ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ ਪਿਛਲੇ ਦੋ ਕੁ ਦਿਨਾਂ ਤੋਂ ਹੋ ਸਕਦਾ ਕਿ ਭਾਰਤ ਦੇ ਵਿੱਚ ਤੁਹਾਨੂੰ ਇਹ ਪ੍ਰੋਗਰਾਮ 1 ਘੰਟਾ ਲੇਟ ਦੇਖਣ ਨੂੰ ਮਿਲਦਾ ਹੋਵੇ ਉਹਦੇ ਪਿੱਛੇ ਕਾਰਨ ਉਹੀ ਹੈ ਜੀ ਕੈਨੇਡਾ 'ਚ ਜਿਹੜੀ 1 ਘੰਟਾ ਘੜੀ ਦਾ ਗੱਪੇਛਾ ਹੁੰਦਾ ਗਰਮੀਆਂ ਤੇ ਸਿਆਲ ਦੇ ਹਿਸਾਬ ਨਾਲ ਉਹਦਾ ਕਰਕੇ ਬਾਕੀ ਹੁਣ ਤਾਂ Jio TV ਜਿਹੜਾ ਹੈ ਯਾਨੀ ਕਿ Jio ਉਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਮੇਸ਼ੀਆ ਟੀਵੀ ਇੰਡੀਆ ਦੇ ਵਿੱਚ ਇਸ ਤੋਂ ਪਹਿਲਾਂ ਏਟਲ ਦੇ ਉੱਪਰ ਸੈਟਲਾਈਟ ਤੇ ਤੁਸੀਂ ਪਹਿਲਾਂ ਹੀ 564 ਨੰਬਰ ਚੈਨਲ ਨੰਬਰ ਦੇ ਉੱਪਰ ਦੇਖਦੇ ਸੀ ਪ੍ਰਾਈਮਰੀ ਸ਼ਾਟੀਵੀ ਨਾਲ ਪਰ ਮੇਰੇ ਬਾਠ ਫਰੀ ਨੇ ਕੀ ਹਾਲ ਨੇ ਵਟਸਐਪ ਚੜਦੀ ਕਲਾ ਸੰਦਾਲੀਆ ਸਭ ਸਾਸਰੀ ਕਾਲ ਸਾਸਰੀ ਕਾਲ ਮਾਰਾ ਸਫਰ ਠੀਕ ਰਿਹਾ ਸਫਰ ਬਹੁਤ ਵਧੀਆ ਜੀ ਸਫਰ ਦੇ ਵਿੱਚ ਸਫਰ ਕਰਨਾ ਨਹੀਂ ਪਿਆ ਨਹੀਂ ਚਲੋ ਚੰਗੀ ਗੱਲ ਆ ਤੇ ਧੂਆ ਹੀ ਧੂਆ ਹੋਇਆ ਤੇ ਹੁਣ ਤੁਹਾਨੂੰ ਇਸੇ ਗੱਲ ਕੇਂਦਰ ਪਾੜਿਆ ਕਿ ਕੁਲੇ ਜਿਹਾ ਹੈਗੇ ਆ ਤੁਸੀਂ ਹਾਂ ਉਹ ਦਿਸ ਨਹੀਂ ਲਿਆ ਮੈਂ ਔਖਾ ਹੋ ਜਾਂਦਾ ਕਈ ਹਾਂ ਇਹ ਵਾਰ ਇੱਕੋ ਹੀ ਗੱਲ ਸੀ ਸਫਰ ਦੇ ਵਿੱਚ ਵੀ ਜਿਹੜਾ ਪੋਲੂਸ਼ਨ ਵਾਲਾ ਕੰਮ ਆ ਜੀ ਉਨੇ ਸਿਰਾ ਲਾਇਆ ਪਿਆ ਤੇ ਜਿਹੜੀ ਵੀ ਕਿਸ ਤਰ੍ਹਾਂ ਦੀ ਕਹਿ ਲੋ ਕਿ ਸਮਝਿਆ ਜਾਂ ਸਮਝਾਉਣੀ ਆ ਉਹਦੇ ਅੱਗੋਂ ਕਈ ਕਈ ਜਵਾਬ ਆ ਜੀ ਵੀ ਕੀ ਕਰਦੀਏ ਜੀ ਆਹ ਕੀ ਕਰਦੀਏ ਜੀ ਫਲਾਣਾ ਨਹੀਂ ਕਰਦਾ ਜੀ ਉਹ ਨਹੀਂ ਕਰਦਾ ਜੀ ਸਾਡੇ ਕੀ ਵਾਸਾ ਹੈ ਜੀ ਉਹ ਮੈਂ ਚਲੋ ਜੇ نئی ਵਾਸਤੇ ਫਿਰ ਜਿੱਥੇ ਤੱਕ ਗੱਲ ਪਹੁੰਚਣੀ ਸੀ ਉੱਥੇ ਤੱਕ ਪਹੁੰਚ ਗਈ ਫਿਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਸਾਰਾ ਕੁਝ ਨਹੀਂ ਦੇਖੋ ਇੱਕ ਗੱਲ ਤਾਂ ਸੰਧਾਲੀ ਆ ਸਾਬ ਬੜੀ ਕਲੀਅਰ ਹੈ ਕਿ ਜਿੱਦਾਂ ਸੁਪਰੀਮ ਕੋਰਟ ਨੇ ਕੱਲ ਰਾਜਪਾਲ ਸਾਹਿਬ ਤੇ ਪੰਜਾਬ ਸਰਕਾਰ ਨੂੰ ਕਿਹਾ ਸੀ ਨਾ ਕਿ ਇਹ ਗੱਲ ਸਾਡੇ ਤੱਕ ਪਹੁੰਚਣੀ ਨਹੀਂ ਸੀ ਚਾਹੀਦੀ ਹੂੰ ਤੇ ਜਿਹੜੀ ਤੁਸੀਂ ਸੈਸ਼ਨ ਚਲਾਉਣਾ ਕਿ ਨਹੀਂ ਚਲਾਉਣਾ ਬਿੱਲ ਪਾਸ ਕਰਨੇ ਕਿ ਨਹੀਂ ਕਰਨੇ ਮੈਨੂੰ ਇੱਤ ਨਹੀਂ ਲੱਗਦਾ ਕਿ ਆ ਜਿਹੜਾ ਪ੍ਰਦੂਸ਼ਣ ਵਾਲਾ ਮੁੱਦਾ ਇਹ ਸੁਪਰੀਮ ਕੋਰਟ ਦੇ ਸਮਝਾਉਣ ਵਾਲਾ ਮੁੱਦਾ ਨਹੀਂ ਹੈ ਹੂੰ ਤੇ ਨਾ ਮੰਨਜੋਗ ਸੁਪਰੀਮ ਕੋਰਟ ਦੇ ਸੁਲਝਾਉਣ ਵਾਲਾ ਮੁੱਦਾ ਇਹ ਤਾਂ ਹਰ ਇੱਕ ਬੰਦੇ ਦਾ ਮੁੱਦਾ ਮੰਨ ਲਓ ਕਿਸੇ ਬੰਦੇ ਦੀ ਫੈਕਟਰੀ ਦਾ ਕੋਈ ਮਸਲਾ ਕਿ ਉਹਦੇ ਵਿੱਚੋਂ ਆਮਦਨ ਆਉਂਦੀ ਹੈ ਨਿੱਜੀ ਤੌਰ ਤੇ ਉਹਨੂੰ ਫਾਇਦਾ ਹੁੰਦਾ ਸੀ ਬਾਕੀ ਬੰਦੇ ਭਾਵੇਂ ਚੁੱਪ ਕਰਕੇ ਬੈਠੇ ਰਹੀਏ ਕੋਈ ਰੌਲਾ ਨਹੀਂ ਪਰ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਫੇਫੜੇ ਸਾਡੇ ਸਾਰਿਆਂ ਦੇ ਆ ਹੂੰ ਸਾਡੀਆਂ ਸਮੱਸਿਆਵਾਂ ਸਾਡੀ ਸਾਰਿਆਂ ਦੀਆਂ ਆ ਜਿਹੜੀ ਦੀਆਂ ਸਮੱਸਿਆਵਾਂ ਸਾਡੇ ਸਾਰਿਆਂ ਦੀਆਂ ਨੇ ਜੇ ਜ਼ਮੀਨ ਦੇ ਵਿੱਚੋਂ ਖੇਤੀਬਾੜੀ ਹੁੰਦੀ ਹੈ ਭੂਮੀ ਦੇ ਵਿੱਚੋਂ ਕੋਈ ਉਪਜ ਹੁੰਦੀ ਹੈ ਕੋਈ ਦਾਣੇ ਚਾਰ ਪੈਦਾ ਹੁੰਦੇ ਤਾਂ ਉਹ ਸਾਡੇ ਸਾਰਿਆਂ ਦੇ ਅੰਦਰ ਜਾਣੇ ਆ ਪਰ ਜੇ ਜਿਹੜੀ ਚੀਜ਼ ਸਾਨੂੰ ਸਾਰਿਆਂ ਨੂੰ ਇਫੈਕਟ ਕਰਦੀ ਆ ਪ੍ਰਭਾਵਿਤ ਕਰਦੀ ਆ ਜੇ ਉਹਦਾ ਫੈਸਲਾ ਕਰਾਉਣ ਦੇ ਲਈ ਵੀ ਸ਼ਰਿਆਮ ਸਾਨੂੰ ਮਾਣਯੋਗ ਸੁਪਰੀਮ ਕੋਰਟ ਦੇ ਕੋਲ ਜਾਣਾ ਪੈਂਦਾ ਤੇ ਇਹਦਾ ਮਤਲਬ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਣਾ ਦਿਲਦਰ ਦੂਰ ਕਰਨ ਦੀ ਲੋੜ ਹੈ ਦਿਲਦਰ ਕੱਲਾ ਵਿੱਤੀ ਤੌਰ ਤੇ ਨਹੀਂ ਹੁੰਦਾ ਮਾਨਸਿਕ ਤੌਰ ਤੇ ਵੀ ਹੁੰਦਾ ਮੈਂ ਹੈਰਾਨ ਸੀ ਸੰਧਾਲੀਆ ਸਾਹਿਬ ਕਿ ਹੱਲ ਹੈਗਾ ਹੂੰ ਰੋਲਾ ਕੀ ਹੈ ਕਿ ਖੇਤੀਬਾੜੀ ਦੇ ਵਿੱਚੋਂ ਜਨਸ ਵੱਢੀ ਜਾਂਦੀ ਹੈ ਇਦਾਂ ਤਾਂ ਹੋ ਨਹੀਂ ਸਕਦੀ ਇੱਕ ਕਣਕ ਦਾ ਜਿਹੜਾ ਛਿੱਟਾ ਉਹ ਛਿੱਟਾ ਜ਼ਮੀਨ ਦੇ ਵਿੱਚੋਂ ਨਿਕਲੇ ਕੱਲਾ ਹੀ ਹੂੰ ਤੇ ਕਿਸਾਨ ਉਹਨੂੰ ਉੱਥੋਂ ਵਾਢ ਲਵੇ ਤੇ ਮੁੜ ਕੇ ਖੇਤ ਬਾਕੇ ਅਗਲੀ ਫਸਲ ਵੀ ਦੀਵੇ ਤੇ ਨਾ ਝੋਨਾ ਇਦਾਂ ਹੋ ਸਕਦਾ ਕਿ ਝੋਨੇ ਦੀ ਜਿਹੜੀ ਮੁੰਜਰ ਹੈ ਨਾ ਉਹ ਬਿਲਕੁਲ ਧਰਤੀ ਦੇ ਵਿੱਚੋਂ ਨਿਕਲੇ ਤੇ ਨਾਲ ਥੱਲੇ ਹੋ ਵੀ ਨਾ ਕਿਸਾਨ ਦੇ ਲਈ ਤਾਂ ਸੰਭਵ ਨਹੀਂ ਨਾ ਬਾਕੀ ਚੀਜ਼ਾਂ ਤਾਂ ਸੰਭਵ ਹੋਣਗੀਆਂ ਪਰ ਇਹ ਸੰਭਵ ਨਹੀਂ ਉਹਦੇ ਲਈ ਉਹ ਫਸਲ ਦਾ ਵੇਸਟ ਬਚਣਾ ਤੇ ਕਿਸਾਨ ਇਹਨੇ ਜੋਗਾ ਨਹੀਂ ਹਰ ਇੱਕ ਕਿਸਾਨ ਕਿਉਂ ਸਾਰੀ ਫਸਲ ਦੀ ਜਿਹਦੀ ਰਹਿੰਦ-ਖੂੰਦ ਆ ਉਹਨੂੰ ਖੇਤ ਦੇ ਵਿੱਚ ਅਜਮ ਕਰ ਸਕੇ ਉਹਦੇ ਲਈ ਮਸ਼ੀਨਾਂ ਚਾਹੀਦੀਆਂ ਜਾਂ ਕਿਸਾਨ ਨੂੰ ਚਾਰ ਛਿੱਲੜ ਚਾਹੀਦੇ ਕਿ ਭਾਈ ਦੇ ਦੇ ਦਿਓ ਤਾਂ ਕਿਸਾਨ ਉਹ ਕਰਨ ਨੂੰ ਤਿਆਰ ਹੋ ਜੂ ਮਸ਼ੀਨਾਂ ਕਿਹਨੇ ਦੇਣੀਆਂ ਚਾਰ ਛਿੱਲੜ ਕਿਹਨੇ ਦੇਣੀਆਂ ਜਿਹੜੀ ਚੀਜ਼ ਸਾਰਿਆਂ ਨੂੰ ਗਵਰਨ ਕਰਦੀ ਹੈ ਸਾਡੀ ਸਰਕਾਰ ਤੇ ਸਰਕਾਰ ਚਲਾਉਂਦੇ ਆ ਸਿਆਸੀ ਲੀਡਰ ਜੇ ਸਿਆਸੀ ਲੀਡਰਾਂ ਨੂੰ ਇਸ ਮੁੱਦੇ ਦੇ ਉੱਤੇ ਲੜਨਾ ਹੁੰਦਾ ਜਿੱਦਾਂ ਆਪਾਂ ਬੀਤੇ ਕੱਲ ਤੇ ਪਰਾਈ ਫੋਕਸ ਵਿੱਚ ਗੱਲ ਕੀਤੀ ਸੀ ਅਸੀਂ ਕੀ ਕੀਤਾ ਹੈ ਤੀਰਥ ਯਾਤਰਾ ਯੋਜਨਾ ਉਹ ਕਹਿੰਦੇ ਸੀ ਅਸੀਂ ਕੀਤੀ ਹੈ ਤੀਰਥ ਯਾਤਰਾ ਯੋਜਨਾ ਉਹ ਕਹਿੰਦੇ ਜੀ ਸਾਡੇ ਤੋਂ ਪੁੱਛੋ ਤੀਰਥ ਯਾਤਰਾ ਯੋਜਨਾ ਕਿੱਦਾਂ ਚਲਾਈ ਜਾਂਦੀ ਹੈ ਮੱਧ ਪ੍ਰਦੇਸ਼ ਦਿੱਲੀ ਤੇ ਹਰਿਆਣੇ ਦੇ ਮੁੱਖ ਮੰਤਰੀ ਆਪਸ ਵਿੱਚ ਝਗੜ ਰਹੇ ਸੀ ਜਿੰਨਾ ਜ਼ੋਰ ਤੁਸੀਂ ਬੀਬੀਆਂ ਨੂੰ ਹਜ਼ਾਰਾਂ ਰੁਪਈਆ ਦੇਣ ਤੇ ਲਾਉਨੇ ਆ ਜਿੰਨਾ ਜ਼ੋਰ ਤੁਸੀਂ ਮੁਫਤ ਤੀਰਥ ਯਾਤਰਾ ਤੇ ਲਾਉਨੇ ਆ ਜਿੰਨਾ ਜ਼ੋਰ ਤੁਸੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਤੇ ਲਾਉਨੇ ਆ ਮੈਂ ਦਾਅਵੇ ਨਾ ਕਹਿਣਾ ਕਿ ਉਹ ਸਾਰੇ ਪੈਸੇ ਸਾਲ ਦੇ ਕੈਲਕੂਲੇਟ ਸੰਧਾ ਵਾਲੀਆ ਸਭ ਕਰ ਲੈਣ ਤੁਹਾਡੇ ਲੀਡਰ ਸਾਰੇ ਪੈਸੇ ਕੈਲਕੂਲੇਟ ਕਰ ਲੈਣ ਇਥੇ ਹਰ ਪਿੰਡ 'ਚ ਮਸ਼ੀਨ ਹੋਊਗੀ ਬੈਲਰ ਹੋਣਗੇ ਚਾਹੇ ਮਸ਼ੀਨ ਨੇ ਰਹਿਣ ਖੁੰਦ ਜਿਹੜੀ ਹੈ ਪਹਿਲਾਂ ਖਖੜੀਆਂ ਘਰੇਲੇ ਕਰਨੀਆਂ ਆ ਉਹਦੇ ਤੋਂ ਬਾਅਦ ਬੈਲਰ ਨੇ ਭਾਮੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਆ ਭਾਮੇ ਉਹ ਗਾਲਣੀਆਂ ਸਾਰਾ ਮਸਲਾ ਸੈੱਟ ਹੋ ਸਕਦਾ ਮਸਲਾ ਸਿਰਫ ਇੱਛਾ ਸ਼ਕਤੀ ਦਾ ਸੁਪਰੀਮ ਕੋਰਟ 'ਚ ਪਹੁੰਚਣ ਦੀ ਲੋੜ ਨਹੀਂ ਸੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਪਰ ਚੱਕਰੇ ਆ ਨਾ ਹੁਣ ਜੇ ਮੰਨ ਲਓ ਕਿ ਸੁਪਰੀਮ ਕੋਰਟ ਤੱਕ ਗੱਲ ਨਾ ਇਹ ਜਾਂਦੀ ਲੋਕ ਵੀ ਇਸ ਚੀਜ਼ ਦੇ ਉੱਪਰ ਬਹੁਤਾ ਉਜਰ ਇਤਰਾਜ਼ ਨਾ ਕਰਦੇ ਪੰਜਾਬ 'ਚ ਪੰਜਾਬ ਸਰਕਾਰ ਨੂੰ ਨਾ ਕਹਿਣਾ ਪੈਂਦਾ ਵੀ ਮਾਸਕ ਪਾ ਕੇ ਰੱਖੋ ਬਾਹਰ ਨਾ ਨਿਕਲੋ ਦਿੱਲੀ ਸਕੂਲ ਨਾ ਬੰਦ ਹੁੰਦੇ ਦਿੱਲੀ ਵਾਲੇ ਉਹ ਆਡ ਇਵਨ ਫਾਰਮੂਲਾ ਨਾ ਚਲਾਉਂਦੇ ਹੁਣ ਤੇ ਪਰੇ ਦਿੱਲੀ ਦੇ ਨਾਲ ਲੱਗਦੇ ਪਰੇ ਯੂਪੀ ਦੇ ਵਿੱਚ ਵੀ ਸਕੂਲ ਬੰਦ ਕਰਨੇ ਪੈਗੇ ਮੇਰਾ ਖਿਆਲ ਜੀ ਇਥੋਂ ਤੱਕ ਨੌਬਤ ਨਾ ਨਾ ਆਉਂਦੀ ਫਿਰ ਤੇ ਹੋ ਸਕਦਾ ਵੀ ਕਿਸੇ ਨਾ ਕਿਸੇ ਇਲੈਕਸ਼ਨ ਚ ਆਪਾਂ ਇਹ ਵੀ ਸੁਣਦੇ ਕਿਸਾਨ ਵੀਰੋ ਸਾਡੀ ਪਾਰਟੀ ਆ ਲੈਣ ਦਿਓ ਤੁਹਾਨੂੰ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਅਗਲੀ ਲਾਈਨ ਇਹ ਹੋਣੀ ਅਸੀਂ ਆਪ ਜਾ ਕੇ ਲਾ ਕੇ ਆਇਆ ਕਰਾਂਗੇ ਹੁੰਦਾ ਇਹ ਨਹੀਂ ਘਣਾ ਵੇਹ ਦਾ ਪ੍ਰਬੰਧ ਕਰਦਾਂਗੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਆਪਣਾ ਝੋਨਾ ਵੱਡੋ ਬਾਸਮਤੀ ਵੱਡੋ ਤੇ ਤੁਸੀਂ ਘਰੋਂ ਘਰੀ ਉਦੋਂ ਬਾਅਦ 30 ਸਾਡੇ ਵਰਕਰ ਆ ਕੇ ਸਾਨੂੰ ਇੱਕ ਮੈਸੇਜ ਕਰ ਦੇਣਾ ਵੀ ਇੰਨੀ ਤਰੀਕ ਤੋਂ ਪਹਿਲਾਂ ਆ ਕੇ ਲੱਗੀ ਚਾਹੀਦੀ ਹੈ ਵਾਸ ਤੇ ਉਦੋਂ ਬਾਅਦ ਅਸੀਂ ਜਾ ਕੇ ਉਹ ਕੰਮ ਕਰਾਂਗੇ ਮੈਂ ਤਾਂ ਇਹੀ ਸੋਚਦਾ ਵੀ ਕਿਉਂਕਿ ਜੇ ਆਪਾਂ ਇਹ ਕੰਮ ਕਰਾਂਗੇ ਇਹਦੇ ਚੋਂ ਵੋਟਾਂ ਨਿਕਲਦੀਆਂ ਤੇ ਜੇ ਹੁਣ ਕੋਈ ਵੀ ਸਰਕਾਰ ਮੰਨ ਲਓ ਰਾਜ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਕਿਸੇ ਵੀ ਇੱਕ ਪੋਲੀਟੀਕਲ ਪਾਰਟੀ ਦੀ ਸਰਕਾਰ ਆ ਜਾਂ ਕੋ ਪੋਲੀਟੀਕਲ ਲੀਡਰ ਆ ਜਿਨੇ ਕਹਿਦਾ ਵੀ ਹਾਂਜੀ ਕੇਸ ਚਾਹੀਦਾ ਜਾਂ ਕੇਸ ਕਰਤਾ ਜਾਂ ਉਹਦੇ ਤੇ ਉਹਨੇ ਕੋਈ ਨਾ ਕੋਈ ਕਾਰਵਾਈ ਕਰਤੀ ਜਾਂ ਕੱਲ ਨੂੰ ਮਾਲੂ ਕਾਨੂੰਨ ਹੀ ਸਖਤ ਹੋ ਗਿਆ ਜਿਦਾ ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਫਲਾਨਾ ਫਲਾਨਾ ਬੰਦਾ ਜ਼ਿੰਮੇਵਾਰ ਹੋਊਗਾ ਵੀਰ ਮੇਰੇ ਜਗ ਲੱਗੀ ਅਗਲੇ ਨੇ ਸਖਤੀ ਕਰਤੀ ਉਹ ਸਖਤੀ ਦੇ ਲਈ ਪੰਜ ਚਾਰ ਬੰਦਿਆਂ ਨੇ ਬਾਅਦ ਚ ਕੰਨ ਭਰੇ ਹਾਂ ਪਾਲੀਆਂ ਵੋਟਾਂ ਲੈ ਲੈ ਆਨੰਦ ਤੁਸੀਂ ਐਨਾਂ ਨਾ ਨਹੀਂ ਚੁਣ ਕੇ ਲਿਆਉਣਾ ਹੁਣ ਕਰਾ ਦਿਆਂ ਨਾ ਮੈਨੂੰ ਲਵਾ ਦਿਆਂ ਨਾ ਬ੍ਰੇਕਾਂ ਹੋ ਗਏ ਪਰਚੇ ਫਿਰ ਉਹਨਾਂ ਪਰਚਿਆਂ ਨੂੰ ਵਾਪਸ ਕਰਾਉਣ ਦੇ ਲਈ ਫੇਰ ਟਰਾਲੀਆਂ ਨਿਕਲਣੀਆਂ ਹਰੇ ਝੰਡੇ ਨਿਕਲਣੇ ਆ ਉਦੋਂ ਬਾਅਦ ਆਪਾਂ ਕੋਈ ਨਾ ਕੋਈ ਸੜਕ ਰੋਕਣੀ ਉਹ ਸੜਕ ਦੇ ਉੱਪਰ ਫਿਰ ਲੋਕਾਂ ਨੇ ਖੱਜਲ ਹੋਣਾ ਇਹ ਸਾਰਾ ਕੁਝ ਚੱਲਣਾ ਉਹ ਇਸ ਕਰਕੇ ਚੱਲਣਾ ਕਿਉਂਕਿ ਪਤਾ ਵੀ ਉਹ ਜਾ ਖਲਾਰਾ ਪਾਊਗਾ ਉਸ ਖਲਾਰੇ ਜੋ ਕਿਸੇ ਦੀਆਂ ਚਾਰ ਵੋਟਾਂ ਬਣਣੀਆਂ ਕਿਸੇ ਦੀਆਂ ਚਾਰ ਵੋਟਾਂ ਖਤਮ ਹੋਣਗੀਆਂ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਜਿਹੜੀ ਚੀਜ਼ ਹਵਾ ਨਾਲ ਜੁੜੀ ਆ ਸਾਡੀ ਸਿਹਤ ਨਾਲ ਜੁੜੀ ਆ ਸਾਡੇ ਬਜ਼ੁਰਗਾਂ ਨਾਲ ਨਿਆਣਿਆਂ ਨਾਲ ਸਾਡੀ ਆਪਣੇ ਆਪ ਨਾਲ ਜੁੜੀ ਆ ਉਹਦੇ ਤੇ ਤੇ ਘੱਟੋ ਘੱਟ ਯਾਰ ਸਿਆਸਤ ਛੱਡ ਦੀ ਸੰਧਾਲੀਆ ਸਾਹਿਬ ਅੱਜ ਲੀਡਰ ਲੱਖ ਕਹਿੰਦੇ ਆ ਸ਼ਿਵਰਾਜ ਸਿੰਘ ਚੋਹਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੂੰ ਪੁੱਛ ਲਓ ਮ ਉਰੇ ਕੇਜਰੀਵਾਲ ਸਾਹਿਬ ਨੂੰ ਪੁੱਛ ਲਓ ਉਹ ਕਹਿੰਦੇ ਜੀ ਮੈਂ ਬਹੁਤ ਵਧੀਆ ਰਾਜ ਕੀਤਾ ਨਾਲ ਦੇ ਸਟੇਟ ਦੇ ਵਿੱਚ ਗਹਿਲੋਤ ਸਾਹਿਬ ਨੂੰ ਪੁੱਛ ਲਓ ਮੈਂ ਜੀ ਬਹੁਤ ਵਧੀਆ ਰਾਜ ਕੀਤਾ ਮੈਂ ਇਹ ਤਿੰਨ ਚੁਣੇ ਤਾਂ ਆ ਇੱਕ ਬੀਜੇਪੀ ਦਾ ਮੁੱਖ ਮੰਤਰੀ ਇੱਕ ਕਾਂਗਰਸ ਦਾ ਤੇ ਇੱਕ ਆਵਾਤਮੀ ਪਾਰਟੀ ਦਾ ਇਹਹੀ ਥਿਰਾਨੇ ਨਹੀਂ ਤੇ ਰਾਜ ਤਾਂ ਨਾ ਵਧੀਆ ਕੀਤਾ ਨਹੀਂ ਮੈਂ ਜਿਹੜੀ ਹੱਦ ਕਰਦਾ ਹਾਂ ਕਦੇ ਰਾਜਾ ਵੀ ਕਹਿੰਦਾ ਹੁੰਦਾ ਵੀ ਮੈਂ ਰਾਜ ਮਾੜਾ ਕੀਤਾ ਦੇਖੋ ਮਤਲਬ ਗੱਡੀ ਸਰਕਾਰੀ ਤੇਲ ਸਰਕਾਰੀ ਕੋਠੀ ਸਰਕਾਰੀ ਕੋਠੀ 'ਚ ਸੌਦਾ ਪੱਤਾ ਸਰਕਾਰੀ ਹਰ ਤਰ੍ਹਾਂ ਦੀ ਸਹੂਲਤ ਸਰਕਾਰੀ ਉਦੋਂ ਬਾਅਦ ਜਿੱਧਰ ਨੋ ਉਂਗਲ ਕਰਨੀ ਉਹ ਚਲਣਾ ਹਰਾ ਪੈਂ ਜਿੱਥੇ ਚਾਹੀਦਾ ਉੱਥੇ ਕਮਾਉਣਾ ਇਹਦੇ ਤੋਂ ਵਧੀਆ ਤੁਸੀਂ ਮੈਨੂੰ ਦੇ ਕੇ ਦੇਖੋ 5 ਸਾਲ ਮੈਂ ਨਾ ਮੈਂ ਵੀ 5 ਸਾਲ ਬਾਅਦ ਇਹੀ ਸਟੇਟਮੈਂਟ ਦਵਾਂਗਾ ਫਿਰ ਰਾਜਬਹੁਤ ਵਧੀਆ ਕੀਤਾ ਬਹੁਤ ਵਧੀਆ ਰਾਜ ਕੀਤਾ ਹੁਣ ਤੁਸੀਂ ਦੇਖੋ ਕਿ ਜੇ ਰਾਜ ਬਹੁਤ ਵਧੀਆ ਕੀਤਾ ਤੇ ਹਾਲਾਤ ਇੰਨੇ ਮਾੜੇ ਕਿਉਂ ਆ ਜੇ ਤੁਸੀਂ ਸਾਰਾ ਕੁਝ ਹੀ ਠੀਕ ਕੀਤਾ ਸਾਡੇ ਦੇਖਦਿਆਂ ਦੇਖਦਿਆਂ ਦਿੱਲੀ ਦੇ ਚਾਰੇ ਪਾਸੇ ਕੂੜੇ ਦੇ ਪਹਾੜ ਲੱਗ ਗਏ ਸਾਡੇ ਦੇਖਦਿਆਂ ਦੇ ਪੰਜਾਬ ਚ ਕੂੜੇ ਦੇ ਪਹਾੜ ਲੱਗਣ ਲੱਗ ਪਏ ਵੱਡੇ ਸ਼ਹਿਰਾਂ ਚ ਕਦੇ ਹੁੰਦੇ ਨਹੀਂ ਸੀ ਇਦਾਂ ਸਾਡੇ ਵੇਖਦਿਆਂ ਵੇਖਦਿਆਂ ਪੰਜਾਬ ਦੇ ਪਿੰਡਾਂ ਚ ਆਲੇ ਦੁਆਲੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਖੇਤ ਨੇ ਉਹ ਸਾਰੇ ਲਫਾਫੇ ਲਫਾਫੇ ਹੋ ਗਏ ਇਹ ਸਾਡੇ ਦੇਖਤਿਆਂ ਦੀ ਗੱਲ ਹੈ ਇਹ ਕੋਈ ਸਾਨੂੰ ਪੁਸ਼ਤੈਨੀ ਨਹੀਂ ਮਿਲਿਆ ਕੰਮ ਇਹ ਅਸੀਂ ਕੀਤਾ ਪਰ ਜਿਨ੍ਹਾਂ ਨੇ ਸਾਨੂੰ ਸਮਝਾਉਣਾ ਸੀ ਜਿਨ੍ਹਾਂ ਨੇ ਸਾਨੂੰ ਸਹੀ ਪਾਸੇ ਲਾਉਣਾ ਸੀ ਉਹ ਕਹਿੰਦੇ ਚੱਕ ਦਿਓ ਫੱਟੇ ਬਸ ਤੁਸੀਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਜਦੋਂ ਸੁਣਵਾਈ ਕੀਤੀ ਕਿਉਂਕਿ ਪਟੀਸ਼ਨ ਪਈ ਸੀ ਕਿ ਸਾਡਾ ਹਾਲ ਬਹੁਤ ਬੁਰਾ ਤੇ ਹਾਲ ਸੱਚੀ ਬੁਰਾ ਜੇ ਸਰਕਾਰਾਂ ਕਹਿੰਦੀਆਂ ਮਾਸਕ ਲਾ ਕੇ ਰੱਖੋ ਜੇ ਸਰਕਾਰਾਂ ਕਹਿੰਦੀਆਂ ਕਿ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਗਰਭਤੀ ਔਰਤਾਂ ਘਰੋਂ ਬਾਹਰ ਨਾ ਨਿਕਲੋ ਜੇ ਸਰਕਾਰਾਂ ਇਹ ਕਹਿੰਦੀਆਂ ਜੇ ਅਸੀਂ ਕੋਈ 5ਵੀਂ ਤੱਕ ਕੋਈ 8ਵੀਂ ਤੱਕ ਕੋਈ 10ਵੀਂ ਤੱਕ ਅਸੀਂ 4 ਦਿਨ ਸਕੂਲ ਬੰਦ ਕਰ ਦਿੰਨੇ ਆ ਜੇ ਸਰਕਾਰਾਂ ਨੂੰ ਇਹ ਐਡਵਾਈਜ਼ਰੀ ਜਾਰੀ ਕਰਨੀ ਪੈਂਦੀ ਹੈ ਅਸੀਂ ਤਾਂ ਸਾਰੀ ਉਮਰ ਇਹੀ ਸੁਣਦੇ ਰਿਹਾ ਕਿ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਸੈਰ ਕਰੋ ਬਹੁਤ ਵਧੀਆ ਹਵਾ ਸ਼ੁੱਧ ਹੁੰਦੀ ਹੈ ਉਹਦੇ ਸਵੇਰੇ ਨਾ ਕਿਤੇ ਸੈਰ ਕਰ ਲਿਓ ਇਹ ਤੂੰ ਆ ਪਾਕਿਸਤਾਨ ਤੋਂ ਨਹੀਂ ਆਇਆ ਇਹ ਤੂੰ ਆ ਚੀਨ ਨੇ ਨਹੀਂ ਛੱਡਿਆ ਇਹ ਤੂੰ ਆ ਗਾਜ਼ਾ ਪੱਟੀ ਤੋਂ ਨਹੀਂ ਆਇਆ ਇਹ ਰੂਸ ਤੇ ਯੂਕਰੇਨ ਦੀ ਝੰਗ ਚੋਂ ਨਹੀਂ ਆਇਆ ਇਹ ਸਾਡਾ ਇੱਥੇ ਆਇਆ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਸਮੇਤ ਆਪਾਂ ਤਿੰਨ ਹੀ ਮੁੱਖ ਰੱਖਦੇ ਆਂ ਤਿੰਨਾਂ ਹੀ ਸੂਬਿਆਂ ਦੀਆਂ ਸਰਕਾਰਾਂ ਨੂੰ ਕਹਤਾ ਕਿ ਪ੍ਰਾਲੀ ਤੁਹਾਡੇ ਸੜਦੀ ਐ ਤੇ ਪ੍ਰਾਲੀ ਵਾਲਾ ਕੰਮ ਨਬੇੜ ਲੋ ਸਟੇਟਸ ਰਿਪੋਰਟ ਦੇ ਦਿਓ ਤੇ ਨਾਲ ਇਹ ਵੀ ਕਹ ਦਿੰਦਾ ਕਿ ਸਾਨੂੰ ਮਜਬੂਰ ਨਾ ਕਰੋ ਅਸੀਂ ਸਖਤ ਹੀ ਨਹੀਂ ਚਾਹੁੰਦੇ ਪਰ ਜੇ ਕਿਤੇ ਸਾਡਾ ਬਲਡوزر ਚੱਲ ਪਿਆ ਤਾਂ ਇਹਨੇ ਫੇਰ ਰੁਕਣਾ ਨਹੀਂ ਮੁੜ ਕੇ ਤੁਸੀਂ ਜਿੰਨੀਆਂ ਮਰਜ਼ੀ ਤਰਲੇ ਮਨਤਾ ਕਰਦੇ ਰਹੋ ਹੁਣ ਤੁਸੀਂ ਦੇਖੋ ਕਿ ਸਰਕਾਰਾਂ ਨੂੰ ਸਭ ਕੁਝ ਪਤਾ ਵੋਟਾਂ ਲੈਣ ਦੇ ਲਈ ਤੁਸੀਂ ਸਖਤੀ ਨਹੀਂ ਕਰਦੇ ਤੁਸੀਂ ਵੋਟਾਂ ਲੈਣ ਦੇ ਲਈ ਤੁਸੀਂ ਮੁਫਤ ਖੋਰੀ ਦਾ ਸਭ ਕੁਝ ਦਿੰਨੇ ਹੋ ਪਰ ਜਿੱਥੇ ਚਾਰ ਪੈਸੇ ਖਰਚ ਕੇ ਤੁਸੀਂ ਸੂਬੇ ਦਾ ਵਤਨਣ ਬਚਾ ਸਕਦੇ ਆ ਦੇਸ਼ ਦੇ ਲੋਕਾਂ ਨੂੰ ਬਚਾ ਸਕਦੇ ਆ ਉਥੇ ਕਹਿੰਦੇ ਯਾਰ ਇਹਦੇ ਵਿੱਚੋਂ ਕਿਹੜਾ ਵੋਟਾਂ ਮੈਣੀ ਆ ਪੰਜਾਬ ਦੀ ਜੇ ਗੱਲ ਕਰ ਲਈਏ ਪੰਜਾਬ ਸੂਬੇ ਦੀ ਸਰਕਾਰ ਨੂੰ ਵੀ ਉਹਨਾਂ ਨੇ ਕੱਲੀ ਕੱਲੀ ਸਰਕਾਰ ਨੂੰ ਨਿਠ ਕੇ ਕਿਹਾ ਸੁਪਰੀਮ ਕੋਰਟ ਨੇ ਉਹ ਕਹਿੰਦੇ ਸਿਆਸੀ ਗੱਲਾਂ ਨਾ ਕਰੋ ਦਿੱਲੀ 'ਚ ਵੀ ਤੁਹਾਡੀ ਸਰਕਾਰ ਹੈ ਪੰਜਾਬ 'ਚ ਵੀ ਤੁਹਾਡੀ ਸਰਕਾਰ ਹੈ ਇੱਕ ਪਾਰਟੀ ਦੀਆਂ ਸਰਕਾਰਾਂ ਸੂਬੇ ਦੋਨੇ ਧੂਏ ਦੇ ਕਰਕੇ ਨੱਕੋ ਨੱਕੋਏ ਪਏ ਆ ਤੇ ਸਿਆਸਤ ਨਾ ਨਾ ਕਰੋ ਕਹੀ ਜਾਂਦੇ ਪੰਜਾਬ ਤੋਂ ਆਇਆ ਉਹ ਕਹਿੰਦੇ ਪੰਜਾਬ ਤੋਂ ਹਰਿਆਣਾ ਟੱਪ ਕੇ ਜਾ ਕੇ ਦੱਸ ਸਕਦਾ ਉਹ ਕਹਿੰਦੇ ਕਲੀਅਰ ਹੈ NASA ਦੀਆਂ ਤਸਵੀਰਾਂ ਨੇ ਬਾਕੀ ਤਸਵੀਰਾਂ ਨੇ ਕਿ ਭਾਈ ਪ੍ਰਦੂਸ਼ਣ ਦੀ ਸਮੱਸਿਆ ਹੈਗੀ ਹੈ ਇਹਨੂੰ ਹੱਲ ਕਰ ਲੋ ਜੇ ਨਾ ਹੱਲ ਕੀਤਾ ਤਾਂ ਸਾਨੂੰ ਸਖਤ ਕਦਮ ਜਿਹੜੇ ਉਹ ਚੁੱਕਣੇ ਪੈਣਗੇ ਕੇਂਦਰ ਸਰਕਾਰ ਨੂੰ ਕਿ ਆਖਿਆ ਉਹ ਕਹਿੰਦੇ ਜੀ ਤੁਸੀਂ ਮੈਂ ਸੋਚ ਰਿਹਾ ਸੀ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਂ ਜਸਟਿਸ ਹੁਣ ਇਸੇ ਕਰਕੇ ਜੱਜ ਨੇ ਕਿ ਉਹ ਹਰ ਇੱਕ ਚੀਜ਼ ਨੂੰ ਸੰਤੁਲਿਤ ਰੂਪ ਦੇ ਵਿੱਚ ਦੇਖ ਸਕਦੇ ਆ ਸੂਬਿਆਂ ਦੀਆਂ ਸਰਕਾਰਾਂ ਨੂੰ ਝਾੜਾ ਪਾਈਆਂ ਨਾ ਕਿ ਸਖਤੀ ਕਰੋ ਭਾਈ ਪਰਾਲੀ ਨੂੰ ਅਗਲੋਣੀ ਬੰਦ ਕਰੋ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਦੱਸੋ ਤੁਹਾਡੇ ਕੋਲ ਝੋਨੇ ਤੋਂ ਬਿਨਾ ਕੋਈ ਆਲਟਰਨੇਟਿਵ ਫਸਲ ਨੂੰ ਉਤਸ਼ਾਹ ਦੇਣ ਦਾ ਤਰੀਕਾ ਹੈ ਨਹੀਂ ਤੁਸੀਂ ਹੋਰ ਜਿਹੜੀਆਂ ਫਸਲਾਂ ਨੇ ਝੋਨੇ ਤੋਂ ਬਿਨਾ ਜੇ ਇਹਨਾਂ ਦੀ ਪਰਾਲੀ ਤੰਗ ਕਰਦੀ ਹੈ ਤਾਂ ਤੁਸੀਂ ਉਤਸ਼ਾਹਤ ਕਰੋ ਜੇ ਚਾਰ ਛੱਲੜ ਕਿਸਾਨ ਨੂੰ ਦੇਣੇ ਪੈਂਦੇ ਆ ਜੇ ਸਹਾਇਤਾ ਦੇਣੀ ਪੈਂਦੀ ਹੈ ਤਾਂ ਦਿਓ ਕਿੱਡੀ ਬੈਲੈਂਸ ਅਪਰੋਚ ਹੈ ਇਹ ਕਿਸਾਨ ਮਜਬੂਰ ਹੈ ਕਿ ਉਹ ਝੋਨਾ ਲਾਉਂਦਾ ਤੇ ਮੁਰਕਿਓ ਨੂੰ ਕੰਮ ਸਾੜਨਾ ਪੈਂਦਾ ਤੇ ਤੁਸੀਂ ਉਹਨੂੰ ਹੋਰ ਫਸਲ ਦਾ ਮੁੱਲ ਦੇ ਦਿਓ ਕਿਸਾਨ ਝੋਨਾ ਲਾਵੇ ਹੀ ਨਾ ਨਾੜ ਹੋਵੇ ਹੀ ਨਾ ਤੀਨੀ ਲੱਗੇ ਹੀ ਨਾ ਅਗ ਲੱਗੇ ਨਾ ਤੇ ਧੂਆ ਜਾਵੇ ਨਾ ਤੇ ਫਿਰ ਨੁਕਸਾਨ ਹੋਵੇ ਹੀ ਨਾ ਫਿਰ ਉਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਵੀ ਕਹਿਤਾ ਕਿਉਂਕਿ ਦਿੱਲੀ ਤਾਂ ਖੇਤੀ ਬਹੁਤੀ ਨਹੀਂ ਹੁੰਦੀ ਕਹਿੰਦੇ ਜੀ ਤੁਹਾਡੀ ਠੋਸ ਕਚਰਾ ਬਹੁਤ ਹੈ ਤੇ ਠੋਸ ਕਚਰੇ ਨੂੰ ਕਹਿੰਦੇ ਅਸੀਂ ਕਈ ਵਾਰ ਦੇਖਿਆ ਖੁੱਲੇ ਜੀ ਅੱਗ ਲਾਈ ਹੁੰਦੀ ਹੈ ਕਿ ਇਕੱਲਾ ਨਾਰ ਤੋਂ ਹੀ ਪ੍ਰਦੂਸ਼ਣਤਾ ਨਹੀਂ ਹੁੰਦਾ ਠੋਸ ਕਚਰੇ ਤੋਂ ਬਥੇਰਾ ਪ੍ਰਦੂਸ਼ਣ ਹੁੰਦਾ ਕਹਿੰਦੇ ਕਹੋ ਨਿਗਮ ਨੂੰ ਕਿ ਠੋਸ ਕਚਰਾ ਜਿਹੜਾ ਸੋਲਿਡ ਕਿ ਉਹਨੂੰ ਬਿਲਕੁਲ ਵੀ ਖੁੱਲੇ ਦੇ ਵਿੱਚ ਅੱਗ ਨਹੀਂ ਲਾਉਣੀ ਤਾਂ ਮੈਂ ਕਹਣਾ ਕਿ ਸਟੇਟਮੈਂਟ ਸ਼ੁਕਰ ਆ ਸੁਪਰੀਮ ਕੋਰਟ ਨੇ ਹੁਣ ਦਿੱਤੀ ਜੋ ਸਾਲក ਪਹਿਲਾਂ ਦਿੱਤੀ ਹੋਣੀ ਨਾ ਉਹਨੇ ਕਿਹਾ ਨਗਰ ਨਿਗਮ ਤਾਂ ਵੀ ਸਾਡੇ ਕਬਜ਼ੇ 'ਚ ਨਹੀਂ ਹੈ ਨਗਰ ਨਿਗਮ ਤਾਂ ਕਿਸੇ ਹੋਰ ਦੇ ਕੋਲ ਹੈ ਹੁਣ ਤਾਂ ਆਮ ਆਦਮੀ ਪਾਰਟੀ ਦੇ ਕੋਲੇ ਦਿੱਲੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਜਿਹੜੀ ਕਿ ਕਸਾਂਜੀ ਨਗਰ ਨਿਗਮ ਹੁਣ ਤਿੰਨ ਚਾਰ ਨਹੀਂ ਹੈਗੀਆਂ ਉੱਥੇ ਉਹ ਜਿੱਤੇ ਨੇ ਇਸ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਤੁਸੀਂ ਕੂੜੇ ਦੇ ਪਹਾੜ ਥੱਲੇ ਕਰਨੇ ਆ ਆ ਸੋਲਿਡ ਵੇਸਟ ਨੂੰ ਅੱਗ ਲਾਉਣ ਵਾਲਾ ਪ੍ਰਬੰਧ ਵੀ ਕਰ ਲਓ ਇਹ ਕਰਨਾ ਇਹ ਤਾਂ ਪੈਣਾ ਵੀ ਕਿਉਂਕਿ ਇੱਕ ਪਾਸੇ ਤੇ ਸਖਤੀ ਹੋ ਗਈ ਜੀ ਉਜੀ ਆਪਾਂ ਇਹਦੇ ਜੇ ਬੇਨਤੀ ਕਰੀਏ ਕਿ ਵੀ ਹੋ ਸਕਦਾ ਕਿਸੇ ਨੂੰ ਲੱਗਦਾ ਪਿਆਰ ਕਰੀਏ ਕੀ 3600 ਕਾਰੋਬਾਰ ਲੀਡਰ ਸਹਿਬਾਨਾਂ ਦੇ ਚੱਲਦੇ ਆ ਜੇ ਆਪਾਂ ਦੇਸ਼ ਦੇ ਹਿਸਾਬ ਨਾਲ ਵੇਖੀਏ ਤੇ ਕਾਰੋਬਾਰ ਵੀ ਅਗਲੇ ਰੂਪ ਲੱਭ ਕੇ ਲੈ ਕੇ ਆਉਂਦੇ ਜਿੱਥੇ ਲੱਗਦਾ ਵੀ ਯਾਰ ਅੱਛਾ ਹੈ ਦੀ ਤੇ ਕੋਈ ਪਰਮਿਸ਼ਨ ਪ੍ਰੋਮੋਸ਼ਨ ਨਹੀਂ ਮਿਲਦੇ ਉਹ ਕਹਿੰਦੇ ਫਲਾਨਿਆਂ ਕੋਲ ਹੈਗੀ ਹੈ ਤੇ ਕਈ ਵਾਰਾਂ ਤੇ ਉਹ ਕਾਰੋਬਾਰ ਵੀ ਨਿਕਲ ਆਉਂਦਾ ਹੁੰਦਾ ਕਹਿੰਦਾ ਯਾਰ ਇਸ ਜੀ ਦਾ ਕਾਰੋਬਾਰ ਵੀ ਚਲਾ ਸਕਦੇ ਹੁਣ ਜੇ ਆਪਾਂ ਪ੍ਰਾਲੀ ਦੀ ਗੱਲ ਕਰੀਏ ਤੇ ਪ੍ਰਾਲੀ ਤੋਂ ਦੇਖੋ ਕਈ ਕੁਝ ਬਣ ਸਕਦਾ ਜੇ ਆਪਾਂ ਗੱਤੇ ਦੀ ਗੱਲ ਕਰੀਏ ਬਣਦਾ ਪੇਪਰ ਦੀ ਗੱਲ ਕਰੀਏ ਉਧ ਉਦੋਂ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਇੰਡਸਟਰੀਜ਼ ਨੂੰ ਵੀ ਕਿਹਾ ਆਪ ਯਾਂਜੀ ਤੁਸੀਂ ਇਹਨੂੰ ਵਰਤ ਲਓ ਫਿਰ ਇਹ ਵੀ ਹੈ ਕਿ ਵੀ ਜੇ ਆਪਾਂ ਇਹਨੂੰ ਕੱਲ ਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਆ ਉਸ ਪਾਸੇ ਵਰਤ ਲਓ ਕਿਸੇ ਪਾਸੇ ਮੈਨਾਂ ਨਹੀਂ ਗੱਲ ਬਣਦੀ ਹੁਣ ਆਪਾਂ ਸਟੋਰੇਜ ਦੀ ਗੱਲ ਕਰ ਲਈਏ ਤੇ ਮੈਂ ਜਿਹੜਾ ਸਫ਼ਰ ਦੇ ਦੌਰਾਨ ਇਹ ਵੀ ਵੇਖਿਆ ਵੀ ਜਿੱਥੇ ਕੁਝ ਇੱਕ ਇੰਡਸਟਰੀਆਂ ਨੇ ਜਿਨ੍ਹਾਂ ਨੂੰ ਪ੍ਰਾਲੀ ਚਾਹੀਦੀ ਉਹਨਾਂ ਕੋਲੇ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਉਹਨਾਂ ਨੇ ਜ਼ਮੀਨ ਠੇਕੇ ਤੇ ਲੈ ਲਈ ਹੁਣ ਜਿਹੜਾ ਜਿਹੜੀ ਜ਼ਮੀਨ ਆ ਉਹਨੇ ਜਿਹੜੇ ਜਿਹੜੇ ਕਿਸਾਨ ਨੇ ਠੇਕੇ ਤੇ ਦੇਣੀ ਕਿਰਾਏ ਤੇ ਦੇਣੀ ਮੰਨ ਲਓ ਉਨੇ ਤੇ ਠੇਕੇ ਤੇ ਦੇਤੀ ਆਪਣੇ ਲੋច ਐਵੇਂ ਭਾਵੇਂ ਤੁਸੀਂ ਉਹਦੇ ਚ ਖੇਤੀ ਕਰ ਲਓ ਭਾਵੇਂ ਉਹਦੇ ਤੁਸੀਂ ਕੋਈ ਚੀਜ਼ ਸਟੋਰ ਕਰ ਲਓ ਉਹਨਾਂ ਨੇ ਕਹੀ ਏਕੜ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਲੈ ਲੈਣ ਨੂੰ ਪਤਾ ਵੀ ਸਾਲ ਇੱਕ ਸਾਨੂੰ ਇੱਥੇ ਪ੍ਰਾਲੀ ਰੱਖਣ ਨੂੰ ਚਾਹੀਦਾ ਤੇ ਐਵੇਂ ਅਸੀਂ ਚੋਕਿਆ ਆਪਣੀ ਇੰਡਸਟਰੀ ਤਾਂ ਖੜਾਂਗੇ ਸਾਨੂੰ ਕਿਰਾਇਆ ਪੜਾ ਜ਼ਿਆਦਾ ਪੈਣਾ ਤੇ ਉਹਨੂੰ ਚੰਗਾ ਵੀ ਇੱਥੇ ਲੋਕ ਲਾਪਾ ਇੱਥੇ ਇਕੱਠੀ ਕਰ ਲਈਏ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਲੋਡ ਪਊ ਆਪਾਂ ਢੋਲਾਂਗੇ ਹੁਣ ਗੱਲ ਏ ਵੀ ਜੇ ਉਹ ਸਕੀਮਾ ਇੱਕ ਪ੍ਰਾਈਵੇਟ ਕਿਉਂਕਿ ਕਾਰੋਬਾਰੀ ਕੱਢ ਸਕਦਾ ਤੇ ਸਰਕਾਰ ਵੀ ਕੱਢ ਸਕਦੀ ਹੈ ਦੂਜੀ ਗੱਲ ਇਹ ਵੀ ਤੁਸੀਂ ਇਹ ਦੇਖਿਆ ਹੋਣਾ ਵੀ ਉਸੇ ਹੀ ਅੱਜ ਕੱਲ ਤਾਂ ਉਹ ਛੋਟਾ ਜਿਹਾ ਇੱਕ ਬੰਡਲ ਜਿਹਾ ਬਣਾਉਂਦੇ ਨੇ ਪਰਾਲੀ ਦਾ ਬਾਹਰ ਆਉਂ ਹਾਂ ਬਾਹਰ ਆਉਂ ਜਾਂ ਉਹ ਵੱਡੇ ਵੱਡੇ ਗੋਲ ਜਿਹੜੇ ਸੀਗੇ ਰੋਲ ਜੇ ਉਹ ਤਾਂ ਚੁੱਕੇ ਔਖੇ ਜਾਂਦੇ ਨੇ ਇੱਕ ਵਾਰ ਇਹਦੇ ਚ ਇੱਕ ਚੀਜ਼ ਇਹ ਵੀ ਦੇਖੀ ਸੀ ਕਿ ਇਸੇ ਪਰਾਲੀ ਤੋਂ ਜਿਹੜੇ ਆਪਾਂ ਡਿਸਪੋਜ਼ੇਬਲ ਭਾਂਡੇ ਦੇਖਦੇ ਆਂ ਜੀ ਆਮ ਤੌਰ ਤੇ ਆਪਾਂ ਥਰਮੋਕੋਲ ਤੋਂ ਬਣਾਉਂਦੇ ਆਂ ਫਿਰ ਉਹ ਥਰਮੋਕੋਲ ਕਿਹੇ ਪਾਸੇ ਲੱਗਦੀ ਨਹੀਂ ਉਹ ਜਿਹੜੇ ਡਿਸਪੋਜ਼ੇਬਲ ਪਲੇਟਾਂ ਬਣ ਸਕਦੀਆਂ ਥਾਲੀਆਂ ਬਣ ਸਕਦੀਆਂ ਚਮਚੇ ਬਣ ਸਕਦੇ ਬਣਦੇ ਬੜੇ ਆਰਾਮ ਨਾਲ ਬਣਦੇ ਨੇ ਜੀ ਉਹਨਾਂ ਨੂੰ ਤੁਸੀਂ ਜੇ ਲਾਜ਼ਮੀ ਕਰ ਦਿਓ ਜੇ ਆਪਾਂ ਇਹ ਲਫਾਫੇ ਬੰਦ ਕਰਕੇ ਇਹ ਕਹਿ ਸਕਦੇ ਵੀ ਕਾਗਜ਼ ਵਾਲਾ ਲਫਾਫਾ ਚੱਲਣਾ ਵੀਰ ਮੇਰਾ ਦੂਜਾ ਚੱਲਣਾ ਨਹੀਂ ਆਪਾਂ ਹੀ ਕਿੰਨੇ ਬੰਦ ਨਹੀਂ ਹੋਏ ਨਹੀਂ ਨਹੀਂ ਉਹ ਕਿਹਾ ਹੀ ਉਹਨਾਂ ਨੇ ਯਾਰ ਉਹ ਗੱਲਾਂ ਕਹਿ ਤਾਂ ਦੇਣਾ ਨਹੀਂ ਨਹੀਂ ਉਹ ਬੰਦ ਕਾ ਲੀਟਰਾਂਗ ਤਾਂ ਚੇਤਾਨਾ ਭੁੱਲ ਗਿਆ ਪਿਛਲੇ ਪਿੰਡ ਕੀ ਕਹਿ ਗਿਆ ਸੀ ਨਹੀਂ ਮੈਂ ਬੰਦ ਬੰਦ ਮੈਂ ਤਾਂ ਕਿਹਾ ਵੀ ਉਦੋਂ ਤੇ ਮੈਨੂੰ ਜਗ੍ਹਾ ਵੀ ਦੱਸੋ ਕਿ ਨਾ ਕਿੱਥੇ ਹੋਣੀ ਆ ਕਿਉਂਕਿ ਹੁਣ ਕਹਾਣੀ ਚੱਲ ਗਈ ਸੁਪਰੀਮ ਕੋਰਟ ਵਾਲੇ ਪਾਸੇ ਹੁਣ ਗੱਲ ਇਹ ਆ ਵੀ ਉਹ ਜਿਹੜੀਆਂ ਚੀਜ਼ਾਂ ਬਣ ਸਕਦੀਆਂ ਆਪਾਂ ਨੂੰ ਪਤਾ ਵੀ ਆ ਹੁਣ ਸਿਆਲ ਸਿਆਲ ਵਿਆਹ ਚੱਲਣਿਆ ਤੇ ਅਗਲਾ ਕ ਬਾਕੀ ਸਾਰੇ ਸੌਦੇ ਲਈ ਵੀ ਉਹੋ ਹੀ ਪਲੇਟਾਂ ਚ ਲੜੀਆਂ ਜੇ ਉਹ ਸਾਰੀਆਂ ਚੀਜ਼ਾਂ ਉਹ ਪਲੇਟਾਂ ਇਹ ਸਾਰੇ ਕੁਝ ਤੋਂ ਬਣ ਲੱਗ ਪਣ ਗਿਆ ਤੇ ਹੋ ਸਕਦਾ ਇਹੋ ਹੀ ਪ੍ਰਾਲੀ ਬਾਅਦ ਹੋ ਜਾ। ਭਾਜੀ ਬਾਕੀ ਗੱਲਾਂ ਨੇ ਗੱਲਾਂ ਪ੍ਰਾਲੀ ਦਾ ਸੌਦਾ ਖਲੋਤੇ ਦਾ ਹੋ ਗਿਆ ਤੁਸੀਂ ਝੋਨਾ ਜਦਨ ਵੱਢਣਾ ਉਦੋਂ ਸੰਸਮ ਦਾ ਦਵੇ ਪ੍ਰਾਲੀ ਲੈ ਜਾਗੇ। ਸ਼ਾਮ ਤੱਕ ਪ੍ਰਾਲੀ ਨਹੀਂ ਹੋਗੇ। ਹਾਂ ਉੱਥੇ ਨਹੀਂ ਹੋਗੀ। ਇਹਦਾ ਮਤਲਬ ਇਹ ਹੋ ਗਿਆ ਵੀ ਉਸ ਕਾਰੋਬਾਰ ਨੂੰ ਉਸ ਚੀਜ਼ ਨਾਲ ਲਿੰਕ ਕਰਨਾ ਪਊਗਾ। ਹੁਣ ਜਿਹੜੀ ਗੱਲ ਤੁਸੀਂ ਕਹੀ ਵੀ ਲਿਫਾਫੇ ਬੰਦ ਵਾਲੀ। ਹੁਣ ਫਰਕ ਤੇ ਇੰਨਾ ਵੀ ਐ ਤਾਂ ਉਹ ਕਹਿੰਦੇ ਵੀ ਹੈਲਮਟ ਵੀ ਪਾਉਣਾ ਚਾਹੀਦਾ ਤੇ ਸੀਟ ਬੈਲਟ ਵੀ ਲਾਉਣੀ ਚਾਹੀਦੀ ਆ। ਪਰ ਅਚਾਨਕ ਜਦੋਂ ਬੰਦਾ ਪੰਜਾਬ ਤੋਂ ਤੁਰਿਆ 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 ਜਾਂਦਾ ਨਾ ਫਿਰ ਉਹ ਬ੍ਰੇਕ ਮਾਰਦਾ ਇੱਕ ਮਿੰਟ ਭਾਜੀ ਉਹ ਕੀ ਚੰਡੀਗੜ ਆ ਗਿਆ ਭਾਜੀ 벨ਟ ਵੀ ਲਾ ਲਓ ਸਪੀਡ ਲਿਮਟ ਵੀ ਦੇਖ ਲਓ ਹੈਲਮਟ ਵੀ ਪਾ ਲਓ ਉਥੇ ਫਿਰ ਲਫਾਫਾ ਵੀ ਨਹੀਂ ਚੱਲਦਾ ਜੀ ਮਤਲਬ ਇਹ ਹੈ ਵੀ ਜੇ ਸਰਕਾਰਾਂ ਚਾਹਣ ਤੇ ਇਸੇ ਹੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਉਹੀ ਕਾਨੂੰਨ ਬੜੀ ਸ਼ਕਤੀ ਨਾਲ ਲਾਗੂ ਹੁੰਦਾ ਤੁਸੀਂ ਦਿੱਲੀ ਚਲ ਜਾਓ ਅਗਲੇ ਕਿੰਨੇ ਸਾਲ ਵਾਲੀ ਗੱਡੀ ਨਹੀਂ ਚੱਲਣੀ ਨਹੀਂ ਚੱਲ ਵਾੜ ਨੰਦੇ ਅਗਲੇ ਕਿ ਇਹ ਜਿੱਥੇ ਸਰਕਾਰ ਕਰਨਾ ਚਾਹੀ ਉੱਥੇ ਹੋ ਜਾਂਦੀ ਹੈ ਦਾ ਮਤਲਬ ਕਿਤੇ ਨਾ ਕਿਤੇ ਲੀਡਰਾਂ ਦੀ ਸਰਕਾਰਾਂ ਦੀ ਇੱਛਾ ਸ਼ਕਤੀ ਵੀ ਜੁੜੀ ਹੈ ਸਾਰੇ ਕੁਝ ਤੇ ਨਾਲ ਆ ਜਿੱਥੇ ਆਪਾਂ ਬੈਠ ਕੇ ਸਟੂਡੀਓ ਚ ਪ੍ਰੋਗਰਾਮ ਕਰਦੇ ਆ ਇਹਦੇ ਤੋਂ ਮੇਰੇ ਖਿਆਲ ਡੇਢ ਦਾ 2 2.5 ਕਿਲੋਮੀਟਰ ਹੋਊਗਾ ਕਹਿੰਦੇ ਜੀ ਬਸ ਵੀ ਇੱਥੋਂ ਹੁਣ ਸਖਤੀ ਹੋਣੀ ਚੰਡੀਗੜ੍ਹ ਆ ਇੱਥੋਂ ਨਹੀਂ ਗਾਂ ਇੱਧਰਲੇ ਪਾਸੇ ਹੁਣ ਜਰਾ ਕੈਮਰਾ ਇਥੇ ਸਪੀਡ ਸਪੂਡ ਦਾ ਧਿਆਨ ਰੱਖਿਓ ਜਣੀ ਬਹੁਤ ਦੂਰ ਜਾਣ ਦੀ ਰੋਡ ਹੀ ਨਹੀਂ ਕਿਤੇ ਗਾਜ਼ਾ ਪੱਟੀ 'ਚ ਪੜ ਜਾਣਾ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਚ ਪੜ ਜਾਣਾ ਇੱਕੋ ਹੀ ਦੇਸ਼ ਆ ਇੱਕ देखो मैं ਦੱਸਾਂਗਾ ਨਹੀਂ ਕੱਲ ਬੜੇ ਸਤਕਾਰਤ ਸਾਡੇ ਸਾਥੀ ਨੇ ਪ੍ਰਾਈਮੇਸ਼ੀਆ ਦੇ ਉਹਨਾਂ ਦੇ ਨਾਲ ਗੱਡੀ 'ਚ ਮੈਂ ਆ ਰਿਹਾ ਸੀ ਜੀ ਤੇ ਮੈਂ ਜਦੋਂ ਵੇਖਿਆ ਮੈਂ ਕਿਹਾ ਵੀ ਭਾਜੀ ਤੁਸੀਂ ਥੋੜਾ ਵੱਧ ਜਾਣੇ ਹੋ ਤੇ ਆਪਾਂ ਚੰਡੀਗੜ੍ਹ 'ਚ ਤੇ ਨਹੀਂ ਆ ਗਏ ਮੈਨੂੰ ਨਹੀਂ ਪਤਾ ਲੱਗਾ ਉਹਨਾਂ ਨੇ ਭਾਜੀ ਅੱਜ ਆਪਾਂ ਮੌਲੀ ਚੀਆ ਚ ਖਿੱਚਣ ਦੇ ਬੋਲੋ ਮੈਂ ਉਹ ਰਿਲੈਕਸੇਸ਼ਨ ਉਹ ਉਹ ਜਿਹੜਾ ਮਤਲਬ ਈਜ਼ੀਨੈਸ ਦੇਖੀ ਚਿਹਰੇ ਤੇ ਅੱਛਾ ਸੰਧਾਰੀਆ ਸਾਹਿਬ ਮੈਂ ਨਾ ਇੱਕ ਬੇਨਤੀ ਕਰਨੀ ਸੀ ਕਿ ਮੈਂ ਕਈ ਵਾਰ ਦੇਖਿਆ ਕਿ ਪੁਚਾਲਾ ਗਿਆ ਜਾੜਾ ਗਿਆ ਕਦੇ-ਕਦੇ ਜੰਗਰਗੀਆਂ ਸਥਿਤੀਆਂ ਲੱਗ ਜਾਂਦੀਆਂ ਨੇ ਦੇਸ਼ 'ਚ ਸਾਰੇ ਬਹੁਤ ਸਾਰੇ ਮੀਡੀਆ ادارے ਬਹੁਤ ਸਾਰੀਆਂ ਸਿਆਸੀ ਪਾਰਟੀਆਂ ਫਿਰ ਫੰਡ ਇਕੱਠਾ ਕਰਦੀਆਂ ਭਾਰਤ 'ਚ ਤੇ ਰੋਜ਼ ਵੱਡੀਆਂ-ਵੱਡੀਆਂ ਲਿਸਟਾਂ ਛੱਪਦੀਆਂ ਹੁੰਦੀਆਂ ਕਿਸੇ ਨੇ 10 ਰੁਪਏ ਦਿੱਤੇ ਕਿਸੇ ਨੇ 10 ਲੱਖ ਦਿੱਤਾ ਤੇ ਉਹ ਆਫਤ ਹੁੰਦੀ ਹੈ ਨਾ ਹੂੰ ਤੇ ਮੈਂ ਸੋਚਦਾ ਸੀ ਕਿ ਆਹ ਆਫਤ ਨਹੀਂ ਹੈਗੀ ਪ੍ਰਦੂਸ਼ਣ ਜੇ ਅੱਜ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਝੋਨੇ ਦਾ ਰਹਿਣ ਖੁੰਦ ਸੰਭਣ ਦੇ ਲਈ ਜਾਂ ਕਣਕ ਦੀ ਰਹਿਣ ਖੁੰਦ ਸੰਭਣ ਦੇ ਲਈ ਜੇ ਸਿਆਸੀ ਪਾਰਟੀਆਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦੇ ਕੋਲੇ ਰੈਲੀਆਂ ਕਰਨ ਤੋਂ ਬਾਅਦ ਫੰਡ ਨਹੀਂ ਬਚਦਾ ਜੇ ਸਿਆਸੀ ਪਾਰਟੀਆਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦੇ ਕੋਲੇ ਰੋਡ ਸ਼ੋਅ ਕਰਕੇ ਡੋਰ ਟੂ ਡੋਰ ਪ੍ਰਚਾਰ ਕਰਕੇ ਪੋਸਟਰ ਛਪਾ ਕੇ ਬੈਨਰ ਛਪਾ ਕੇ ਬੀ ਗੋਸ਼ੋਰ ਮੈਂ ਹੁਣ ਗਿਣਾਉਣਾ ਨਹੀਂ ਸਾਰਾ ਕੁਝ ਕਿਉਂਕਿ ਸਾਰਾ ਕੁਝ ਲੀਗਲੀ ਗਿਣਾਇਆ ਨਹੀਂ ਜਾ ਸਕਦਾ ਤੁਹਾਡੇ ਕੋ ਨਹੀਂ ਬਚਦਾ ਤੁਸੀਂ ਲੋਕਾਂ ਤੋਂ ਇਕੱਠੇ ਕਰ ਲਓ ਲੋਕ ਤੁਹਾਨੂੰ ਦੇ ਦੇਣਗੇ ਲੋਕਾਂ ਨੂੰ ਦੱਸੋ ਹਸਪਤਾਲ ਚ ਜਾਣ ਸਾਡੇ ਲੀਡਰ ਸਹਿਬਾਨ ਹਸਪਤਾਲਾਂ ਦੇ ਵਿੱਚ ਅੱਜ ਕੱਲ੍ਹ ਜਾ ਕੇ ਦੇਖੋ ਕਿ ਭਾਈ ਉੱਥੇ ਛੋਟੇ-ਛੋਟੇ ਬੱਚਿਆਂ ਦੇ ਕੀ ਹਾਲਾਤ ਹੋਏ ਪਏ ਆ ਸਾਧੀਆਂ ਬਿਮਾਰੀਆਂ ਕਿੰਨੀਆਂ ਚਮੜੀ ਦੀਆਂ ਬਿਮਾਰੀਆਂ ਕਿੰਨੀਆਂ ਤੁਸੀਂ ਜਾ ਕੇ ਵੇਖੋ ਤਾਂ ਸਹੀ ਆਪ ਤਾਂ ਤੁਸੀਂ ਜਾਣਿਓ ਵੱਡੇ ਹਸਪਤਾਲਾਂ ਦੇ ਵਿੱਚ ਚਿੱਟੇ ਚਿੱਤੀ ਚਿੱਟੀ ਚਾਦਰ ਵੀ ਉਹ ਤਿੰਨ ਵਾਰੀ ਦਿਹਾੜੀ ਬਦਲਦੇ ਆ ਜਿੱਥੇ 300 ਰੁਪਏ ਨੂੰ ਇੱਕ ਦੇ ਇੱਕ ਟਾਈਮ ਦਾ ਖਾਣਾ ਉਹ ਦਿੰਦੇ ਆ ਤੁਹਾਨੂੰ ਜਿੱਥੇ ਜਾ ਕੇ ਐਂ ਲੱਗਦਾ ਹੁੰਦਾ ਕਿ ਪਾਈ ਹਸਪਤਾਲ ਦੇ ਵਿੱਚ ਆ ਗਏ ਕਿ ਫਾਈਵ ਸਟਾਰ ਹੋਟਲ ਦੇ ਵਿੱਚ ਆ ਗਏ ਤੁਸੀਂ ਕਿਤੇ ਸਧਾਰਨ ਹਸਪੀਟਲ ਜਾਓ ਤਾਂ ਸਹੀ ਤੁਸੀਂ ਸਧਾਰਨ ਵਾਰ ਦੇ ਵਿੱਚ ਕੁਰਬਲ-ਕੁਰਪਰ ਕਰਦੇ ਲੋਕਾਂ ਨੂੰ ਵੇਖੋ ਤਾਂ ਸਹੀ ਕਿ ਪਾਈ ਆ ਸਮੱਸਿਆ ਕਿੰਡੀ ਵੱਡੀ ਹੈ ਫਿਰ ਤੁਸੀਂ ਆਪੇ ਹੱਲ ਕਰ ਲਓਗੇ ਪਰ ਜੇ ਆਮ ਲੋਕਾਂ ਦੇ ਨਾਲ ਉਹ ਵਾਸਤਾ ਤੁਸੀਂ ਰੱਖਣਾ ਹੀ ਨਹੀਂ ਤੁਸੀਂ ਹਸਪਤਾਲ ਵੀ ਉਦੋਂ ਜਾਣਾ ਜਿੱਦ ਦਿਨ ਚੂਨਾ ਪਿਆ ਹੋਣਾ ਵਾਸ਼ਰੂਮ ਸਾਫ਼ ਹੋਣੀ ਚਿੱਟੀਆਂ ਚਾਦਣਾ ਹੋਣੀਆਂ ਜਾਲੇ ਲਿੱਥੇ ਹੋਣੇ ਤੇ ਡਾਕਟਰ ਤੇ ਅਮਲਾ ਫੈਲਾ ਸਾਰਾ ਪੂਰਾ ਹੋਣਾ ਜੇ ਉਦੋਂ ਹੀ ਜਾਣਾ ਤੁਹਾਨੂੰ ਸੱਚ ਦਾ ਪਤਾ ਨਹੀਂ ਲੱਗਣਾ ਪਰ ਆ ਸਿੱਧੇ ਤੌਰ ਦੇ ਉੱਤੇ ਸੰਧਾਲੀਆ ਸਮੈਂ ਤਾਂ ਕਹਾਂਗਾ ਕਿ ਲੋਕਾਂ ਦੇ ਕਤਲ ਆ ਕਿ ਜੇ ਤੁਸੀਂ ਠੀਕ ਤਰੀਕੇ ਕਾਨੂੰਨ ਨਹੀਂ ਬਣਾਉਂਦੇ ਜੇ ਕਾਨੂੰਨ ਬਣਾਉਂਨੇ ਹੋ ਤਾਂ ਠੀਕ ਤਰੀਕੇ ਲਾਗੂ ਨਹੀਂ ਕਰਦੇ ਬਾਕੀ ਸਾਰੇ ਪਾਸੇ ਆ ਮੁਫਤ ਖੋਰੀ ਦੀਆਂ ਸਾਰੀਆਂ ਸਹੂਲਤਾਂ ਦੇ ਦੇ ਕੇ ਤੁਸੀਂ ਕਹੀ ਜਾਣੇ ਕਿ ਵੋਟਾਂ ਸਾਡੀਆਂ ਆ ਜਾਣ ਪਰ ਜਿੱਥੇ ਕੰਮ ਕਰਨ ਦੀ ਲੋੜ ਹੈ 8 ਤੋਂ 12% ਪ੍ਰਾਲੀ ਦੇ ਕਰਕੇ ਤੂੰ ਆ ਅਸੀਂ ਕਿੰਨੀ ਵਾਰੀ ਖਬਰਾਂ ਸੁਣਦੇ ਜੀ ਜੇ ਇਸ ਤਰੀਕ ਤੋਂ ਬਾਅਦ ਕਿਸੇ ਇਟਾ ਦੇ ਪੱਠੇ ਵਾਲੇ ਨੇ ਆ ਜੰਤਰ ਨਾ ਲਾਇਆ ਤੇ ਅਸੀਂ ਉਹਦਾ ਚਲਾਨ ਕਟਾਂਗੇ ਅੱਜ ਤੱਕ ਕਿਉਂ ਨਾ ਲੱਗਾ ਤੁਹਾਡੇ ਤੋਂ ਬੁੱਢਾ ਨਾਲਾ ਆਪਾਂ ਤਾਂ ਪੰਜਾਬ ਦੀ ਐਗਜ਼ਾਮਪਲ ਦੇਾਂਗੇ ਬੁੱਢੇ ਨਾਲੇ ਦੇ ਵਿੱਚ ਫੈਕਟਰੀਆਂ ਜਿਹੜਾ ਗੰਦਾ ਪਾਣੀ ਪਾਉਂਦੀਆਂ ਉਹ ਤੁਹਾਡੇ ਤੋਂ ਬੰਦ ਨਹੀਂ ਹੋਇਆ ਗੰਗਾ ਤੇ ਯਮਨਾ ਦੇ ਵਿੱਚ ਸ਼ਹਿਰਾਂ ਦਾ ਵੇਸਟ ਸੀਵਰੇਜ ਦਾ ਪਾਣੀ ਸਿੱਧਾ ਪੈਂਦਾ ਰਿਹਾ ਇੱਕ ਸਪਸ਼ਟ ਮੰਤਰਾਲਾ ਕੇਂਦਰ ਸਰਕਾਰ ਨੂੰ ਬਣਾਉਣਾ ਪਿਆ ਗੰਗਾ ਦੀ ਸਫਾਈ ਦੇ ਲਈ ਯਾਨੀ ਜੇ ਅਸੀਂ ਜਿਹੜਾ ਸਿੱਧੀ ਦਿਸਦੀ ਚੀਜ਼ ਵੀ ਬੰਦ ਨਹੀਂ ਕਰ ਸਕਦੇ ਇਹ ਤਾਂ ਮਤਲਬ ਇੱਛਾ ਸ਼ਕਤੀ ਦੀ ਘਾਟ ਹੈ ਇਹਦਾ ਮਤਲਬ ਕਿ ਧਿਆਨ ਸਾਡਾ ਹੋਰ ਪਾਸੇ ਐ ਸਿੱਧੇ ਪਾਸੇ ਨਹੀਂ ਇਹ ਤਾਂ ਲੋਕਾਂ ਦੇ ਕਤਲ ਹੋ ਰਿਹਾ ਸਿੱਧੇ ਤੌਰ ਦੇ ਉੱਤੇ ਹੋ ਰਿਹਾ ਪਰ ਹੁਣ ਕਰੀਏ ਕੀ ਦੇਖੋ ਗੱਲ ਇਹ ਲੋਕ ਹੈ ਬੜੇ ਹੀ ਭਾਰਤ ਦੇਸ਼ ਮਹਾਨ ਹੈ ਇਹਦੇ ਮੁਲਕ ਵੜਾ ਹੈ ਮੁਲਕ ਮੁਲਕ ਵੀ ਇੰਨਾ ਵੀ ਤੁਸੀਂ ਦੇਖੋ ਵੀ ਮਤਲਬ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਅਸੀਂ ਦੇਸ਼ ਆ ਅਗਲਾ ਕਹਿੰਦਾ ਕੋਈ ਕਰਨੀ ਯਾਰ ਕਿਹੜਾ ਕੋਈ ਫਰਕ ਪੈਣਿਆ ਇੱਥੇ ਵਾਧੂ ਤੁਰੇ ਆਉਂਦੇ ਨੇ ਜੇ ਕੋਈ ਚਲੇ ਵੀ ਜਾਂਦੇ ਆ ਤੇ ਆ ਜਿਹੜਾ ਇੱਕ ਐਟੀਟਿਊਡ ਹੈ ਨਾ ਕਿਉਂਕਿ ਆਪਣੇ ਹੱਦ ਤੱਕ ਸੇਕ ਨਹੀਂ ਪਹੁੰਚਿਆ ਤੇ ਉਹ ਕਹਿੰਦੇ ਹੁੰਦੇ ਬਗਾਨੇ ਘਰੇ ਅੱਗ ਵੀ ਬਸੰਤਰ ਜਾਪਦੀ ਆ ਜੀ ਇਹ ਜਿਹੜਾ ਇੱਕ ਚੱਕਰ ਹੈ ਨਾ ਜਿਹੜਾ ਐਟੀਟਿਊਡ ਹੈ ਸਾਨੂੰ ਬਦਲਣਾ ਪੈਣਾ ਤੇ ਜੇ ਨਹੀਂ ਬਦਲਾਂਗੇ ਤੇ ਫਿਰ ਕੱਲ ਨੂੰ ਜਿੱਦਾਂ ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਸਾਡੀ ਤੁਸੀਂ ਪਾਵਰ ਦੇਖਿਓ ਨਾ ਤੇ ਜਦੋਂ ਅਗਲੇ ਨੇ ਹਵਾ ਉਧਰੋਂ ਚੈੱਕ ਕੀਤੀ ਤੇ ਫਿਰ ਰੇਡ ਆਪਣੇ ਆ ਵੀ ਰੇਡ ਨਾ ਤੁਸੀਂ ਆਪ ਦੇਖ ਲਿਓ ਸੋ ਅਸੀਂ ਆਸ ਕਰਦੇ ਹਾਂ ਵੀ ਮੇਰੇ ਖਿਆਲ ਇਸ ਫੈਸਲੇ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਤਬਦੀਲੀਆਂ ਆਉਣਗੀਆਂ ਤੇ ਹੋ ਸਕਦਾ ਅਗਲੇ ਸਾਲ ਤੱਕ ਲੋਕ ਥੋੜਾ ਜਿਹਾ ਸੁੱਖ ਉਨਾ ਸਾਰੇ ਲੋਕਾਂ ਦਾ ਸਤਿਕਾਰ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਮੈਸੇਜ ਭੇਜੇ ਸੁਨੇਹੇ ਭੇਜੇ ਫੋਟੋਜ਼ ਤੇ ਵੀਡੀਓ ਬਣਾ ਕੇ ਭੇਜੇਆਂ ਕਿ ਅਸੀਂ ਐਨੇ-ਐਨੇ ਸਾਲਾਂ ਤੋਂ ਅੱਗ ਨਹੀਂ ਲਾਈ ਤੇ ਮੈਂ ਸੋਚਦਾ ਹੁੰਦਾ ਸੀ ਕਿ 100-100 200 ਏਕੜ ਦੇ ਮਾਲਕ ਹੋਣੇ ਕੋਈ 5 ਏਕੜ ਕੋਈ 2 ਏਕੜ ਕੋਈ 8 ਏਕੜ ਦਾ ਛੋਟਾ ਕਿਸਾਨ ਦਰਮਿਆਨਾ ਕਿਸਾਨ ਸੀਮਾਨਤ ਕਿਸਾਨ ਵੀ ਉਹਨੂੰ ਕਹਿੰਦੇ ਆ ਬਹੁਤ ਹੀ ਛੋਟੇ ਜਿਹੇ ਉਹ ਕਹਿੰਦੇ ਜੀ ਸਾਡਾ ਸਰਦਾ ਉਹੀ ਧਰਤੀ ਹੈ ਉਹੀ ਪੰਜਾਬ ਹੈ ਉਹੀ ਹਰਿਆਣਾ ਜੀ ਉਹਨਾਂ ਦਾ ਸਰਦਾ ਤਾਂ ਬਾਕੀਆਂ ਦਾ ਵੀ ਸਰਦਾ ਸਕਦਾ ਨਹੀਂ ਪਤਾ ਲੱਗਦਾ ਤੇ ਉਹਨਾਂ ਤੋਂ ਪਤਾ ਲਾ ਲਓ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਕੋਸ਼ਿਸ਼ ਵੀ ਕੀਤੀ ਸੀ ਕੁਝ ਸਜਣਾ ਦੇ ਨਾਲ ਜੇ ਕਿਤੇ ਪ੍ਰੋਗਰਾਮ ਕਰ ਸਕੀਏ ਪਰ ਸਾਡੇ ਵੀ ਸਾਧਨ ਸੀਮਤ ਨੇ ਬਹੁਤੀ ਵਾਰੀ ਸੰਭਵ ਨਹੀਂ ਹੁੰਦਾ ਪਰ ਤੁਹਾਡਾ ਸਾਰਿਆਂ ਦਾ ਸਾਡੇ ਦਿਲਾਂ ਦੇ ਵਿੱਚ ਸਤਿਕਾਰ ਹੈ ਕਿ ਤੁਸੀਂ ਉਸ ਪਾਸੇ ਆਪਣਾ ਨਾਂ ਨਹੀਂ ਲਿਖਾਇਆ ਜਿੱਧਰਲੇ ਪਾਸੇ ਅਸਵੇਲੇ ਤਬਾਹੀ ਹੈ ਤੁਸੀਂ ਤਬਾਹੀ ਰੋਕਣ ਦੇ ਵਿੱਚ ਆਪਣਾ ਨਾਂ ਲਿਖਾਇਆ ਚਾਹੇ ਤੁਸੀਂ ਥੋੜੇ ਹੋਵੋਗੇ ਨਹੀਂ ਇੱਕ ਆਪਾਂ ਹੋਰ ਬੇਨਤੀ ਕਰਦੇ ਜੀ ਵੀ ਅਜੇ ਵੀ ਬਹੁਤ ਸਾਰੇ ਲੋਕ ਨਾਂ ਲਿਖਾ ਸਕਦੇ ਆ ਜੀ ਉਹ ਨਾਂ ਲਿਖਾ ਸਕਦੇ ਆ 12 ਤਰੀਕ ਨੂੰ ਹੂੰ ਜੇ 12 ਤਰੀਕ ਨੂੰ ਉਹਨਾਂ ਨੇ ਆਪ ਨਿਆਣਿਆਂ ਨਾਲ ਇੱਧਰ ਉੱਧਰ ਕਿਤੇ ਰਲ ਮਿਲ ਕੇ ਪਟਾਕਿਆਂ ਦਾ ਭਰੇਜ ਕਰ ਲਿਆ ਵੀ ਆਪਾਂ ਉਸ ਦਿਨ ਵਾਲਾ ਪ੍ਰਦੂਸ਼ਣ ਨਹੀਂ ਕਰਨਾ ਕਿਉਂਕਿ ਉਦੋਂ ਤੁਸੀਂ ਦੇਖੋ ਵੀ ਚੰਦ ਘੰਟਿਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਹੁਣ ਤੇ ਆਪਾਂ ਇਹ ਕਹਿੰਦੇ ਨੇ ਵੀ ਹਾਂ ਜੀ ਉੱਤਰੀ ਭਾਰਤ ਦੇ 3-4 ਸੂਬੇ ਉਹਦੇ ਵਿੱਚ ਵੀ ਕਿਤੇ ਕਿਸੇ ਕਿਲੇ 'ਚ ਅੱਗ ਲੱਗੀ ਹੈ ਕਿਤੇ ਕਿਸੇ ਕਿਲੇ 'ਚ ਅੱਗ ਲੱਗੀ ਹੈ ਤੇ ਉਹ ਅੱਗ ਤੋਂ ਬਾਅਦ ਅਚਾਨਕ ਉਹ ਕਹਿੰਦੇ ਵੀ ਜੀ ਬਹੁਤ ਧੂਆ ਹੋ ਗਿਆ ਤੁਸੀਂ ਉਹ ਦੇਖੋ ਉਹ ਦਿਨ ਕੀ ਬੀਤੂਗੀ ਕਿ ਆਲਰੇਡੀ ਤੁਹਾਡਾ AQI ਜਿਹੜਾ ਉਹ ਇਹ ਦੱਸਦਾ ਪਿਆ ਵੀ ਵੀਰ ਮੇਰੋ ਸਾਹ ਪਤਾ ਨਹੀਂ ਤੁਸੀਂ ਕਿਦਾਂ ਲੈਂਦੇ ਪਿਆ ਜੀ ਤੇ 12 ਤਰੀਕ ਨੂੰ ਤੁਸੀਂ 2-3 ਘੰਟਿਆਂ ਦੇ ਵਿੱਚ ਇੰਨਾ ਜ਼ਿਆਦਾ ਧੂਆਂ ਤੇ ਇੰਨਾ ਜ਼ਿਆਦਾ ਪ੍ਰਦੂਸ਼ਣ ਜਿਹੜਾ ਉਹ ਅਸਮਾਨੀ ਚਾੜ ਦੇਣਾ ਉਦੋਂ ਬਾਅਦ ਤੁਹਾਡਾ ਕੀ ਬਣੂਗਾ ਤੇ ਜੇ ਆਪਾਂ ਉਦੋਂ ਅੱਗ ਲੱਗਣ ਵਾਲੇ ਪਾਸੇ ਨਾ ਹੋ ਕੇ ਤੇ ਚਿੜੀ ਵਾਲੇ ਪਾਸੇ ਖਲੋਜਾਂਗੇ ਜਿਹੜੀ ਭਾਵੇਂ ਚੁੰਝ ਨਹੀਂ ਪਾਣੀ ਪਾਉਂਦੀ ਸੀ ਜੀ ਤੇ ਉਹ ਜਾਣੇ ਕੁਛ ਨਾ ਕੁਛ ਆਪਣੇ ਅੰਦਰ ਜਿਹੜਾ ਜਮੀਰਨਾ ਦਾ ਪੰਛੀ ਆ ਉਹਨੂੰ ਦੇ ਜਵਾਬ ਦੇਵਾਂਗੇ ਕਿ ਨਹੀਂ ਚਲ ਅਸੀਂ ਇਹਦੇ ਵਿੱਚ ਸ਼ਾਮਿਲ ਨਹੀਂ ਹਾਂਗੇ ਪਟਾਕੇ ਨਾ ਚਲਾਇਓ ਅਸੀਂ ਸਪਸ਼ਟ ਰੂਪ ਚ ਕਹਿੰਨੇ ਆ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਦੁਕਾਨਦਾਰ ਭਰਾ ਸਾਨੂੰ ਸੁਣਦੇ ਹੋ ਹੋ ਸਕਦਾ ਕੋਈ ਪਟਾਕੇ ਬਣਾਉਣ ਵਾਲੇ ਫੈਕਟਰੀ ਦਾ ਮਾਲਕ ਸੁਣਦਾ ਹੋਵੇ ਤੁਸੀਂ ਸਾਡੇ ਨਾਲ ਨਾਰਾਜ਼ ਹੋ ਸਕਦੇ ਆ ਤੁਹਾਡਾ ਹੱਕ ਬਣਦਾ ਪਰ ਪਿਛਲੇ ਸਾਲ ਦਾ ਦੀਵਾਲੀ ਤੋਂ 2 ਦਿਨ ਪਹਿਲਾਂ ਵਾਲਾ ਪ੍ਰਾਈਮ ਫੋਕਸ ਦੀਵਾਲੀ ਵਾਲੇ ਦੇਣ ਵਾਲਾ ਪ੍ਰਾਈਮ ਫੋਕਸ ਦੀਵਾਲੀ ਤੋਂ 2 ਦਿਨ ਬਾਅਦ ਵਾਲਾ ਪ੍ਰਾਈਮ ਫੋਕਸ ਉਸ ਇੱਕ ਹਫ਼ਤੇ ਦੇ ਪ੍ਰੋਗਰਾਮ ਸੁਣ ਲਓ ਅਸੀਂ ਉਦੋਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਅਗਲੀ ਵਾਰ ਲਈ ਪਟਾਕੇ ਸਟੋਰ ਨਾ ਕਰਿਓ ਹੂੰ ਅਗਲੀ ਵਾਰ ਲਈ ਪਟਾਕੇ ਨਾ ਬਣਾਏ ਕਿਉਂਕਿ ਅਗਲੀ ਵਾਰੀ ਅਸੀਂ ਤੁਹਾਨੂੰ ਕਹਾਂਗੇ ਕਿ ਭਾਈ ਪਟਾਕੇ ਚਲਾਉਣੇ ਇਸ ਵੇਲੇ ਇੱਕ ਤਰ੍ਹਾਂ ਦੇ ਨਾਲ ਸਮਾਜਿਕ ਗੁਨਾਹ ਹੋ ਗਿਆ ਕਿਉਂਕਿ ਜੇ ਉਹਨਾਂ ਦੇ ਵਿੱਚੋਂ ਧੂਆ ਨਿਕਲਦਾ ਜਿਉ ਉਹ ਸਾਡੇ ਲਈ ਖਤਰਾ ਸਾਬਤ ਬਣਦੇ ਆ ਤੇ ਕਿਉਂ ਹੋ ਸਕਦਾ ਸੰਧਾਲੀਆ ਸਭ ਕੇ 20000 50000 ਲੋਕਾਂ ਨੂੰ ਵਿੱਤੀ ਤੌਰ ਤੇ ਨੁਕਸਾਨ ਹੋਵੇ ਕਿਉਂਕਿ ਬਹੁਤ ਘੱਟ ਲੋਕ ਨੇ ਜਿਹੜੇ ਕੱਲੇ ਹੀ ਪਟਾਕਿਆਂ ਦਾ ਕਾਰੋਬਾਰ ਕਰਦੇ ਆ ਉਹਨਾਂ ਦਾ ਮੇਨ ਕਾਰੋਬਾਰ ਕੋਈ ਹੋਰ ਹੁੰਦਾ ਰੋਟੀ ਉਥੋਂ ਖਾ ਸਕਦੇ ਆ ਬਹੁਤ ਥੋੜੇ ਜਿਹੇ ਲੋਕ ਹੋਣਗੇ ਇਸ ਕਰਕੇ ਜਿੰਨਾ ਗੁਰੇਜ਼ ਕਰ ਸਕੋ ਵਧੀਆ ਤੇ ਜੇ ਅਜੇ ਵੀ ਗੁਰੇਜ਼ ਕੱਲਾ ਚਿੱਕੜ ਨਹੀਂ ਨਾ ਸੁੱਟ ਸਕਦੇ ਸੋ ਅਸੀਂ ਤੁਹਾਡੀਆਂ ਟਿੱਪਣੀਆਂ ਦਾ ਵੀ ਇੰਤਜ਼ਾਰ ਕਰਾਂਗੇ ਕਿ ਜੇ ਤੁਸੀਂ ਬੱਚਿਆਂ ਨੂੰ ਸਮਝਾਉਣਾ ਬੜਾ ਔਖਾ ਪਹਿਲੀ ਗੱਲ ਹੈ ਪਰ ਬੱਚਿਆਂ ਨੂੰ ਸਮਝਾਇਆ ਜਾ ਸਕਦਾ ਉਹਨਾਂ ਨੂੰ ਹੋਰ ਪਾਸੇ ਲਾਇਆ ਜਾ ਸਕਦਾ ਘੱਟ ਕਰ ਦਿਓ ਬਹੁਤ ਘੱਟ ਕਰ ਦਿਓ ਸਾਰਾ ਸਾਲ ਬੱਚਿਆਂ ਨੂੰ ਮਾਨਸਿਕ ਤੌਰ ਦੇ ਉੱਤੇ ਤਿਆਰੀ ਵਾਲੇ ਪਾਸੇ ਲਾ ਕੇ ਰੱਖੋਗੇ ਤਾਂ ਗੱਲ ਬਣਦੀ ਹੈ ਸ਼ਰਮਣੀਆਂ ਅਕਾਲੀਦਾਲ ਸੰਧਾਲੀਆਂ ਸਭ ਪਿਛਲੇ 2-3 ਸਾਲਾਂ ਤੋਂ ਜਿਹੜਾ ਇੱਕ ਦੋਸ਼ ਬਹੁਤ ਵੱਡਾ ਲੱਗਦਾ ਸੀ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤੇ ਸਫਲ ਵੀ ਹੋਇਆ ਆਪਾਂ ਇਹ ਕਹਿ ਸਕਦੇ ਹਾਂ ਪਹਿਲਾਂ ਆਮ ਹੀ ਚਰਚਾ ਚੱਲਦੀ ਹੁੰਦੀ ਸੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਚੋਣ ਹੁੰਦੀ ਆ ਤਾਂ ਪਰਚੀ ਨਿਕਲਦੀ ਸੀ ਪਰਚੀ ਬਾਬਤ ਕਿਹਨੂੰ ਪਤਾ ਹੁੰਦਾ ਸੀ ਤਿੰਨਾਂ ਨੂੰ ਦੋ ਨੂੰ ਕਿ ਇੱਕ ਨੂੰ ਤੇ ਇਹਨਾਂ ਲੱਗਦਾ ਸੀ ਕਿ ਭਾਈ ਫੈਸਲਾ ਉੱਪਰ ਹੁੰਦਾ ਪਰ ਆਪਾਂ ਪਿਛਲੀ ਵਾਰ ਵੀ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਈ ਦਿਨ ਪਹਿਲਾਂ ਹੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਜਨ ਸਕੱਤਰ ਤੇ 15 ਅੰਤਰਿਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਣੀ ਸੀ ਉਹਦੇ ਤੋਂ ਕਈ ਦਿਨ ਪਹਿਲਾਂ ਐਲਾਨ ਕਰ ਦਿੱਤਾ ਕਿ ਭਾਈ ਸਾਡੇ ਵੱਲੋਂ ਐਡਵੋਕੇਟ ਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ ਤਾਂ ਜੇ ਕਿਸੇ ਨੇ ਉਹਦੇ ਖਿਲਾਫ ਬੰਦਾ ਖੜਾ ਕਰਨਾ ਕਰਦੇ ਉਹ ਤੁਹਾਡੇ ਕੋਲ ਰਾਈਟ ਹੋਊਗਾ ਉਸ ਵੇਲੇ ਤਾਂ ਨਹੀਂ ਤਾਂ ਸਾਡੇ ਵੱਲੋਂ ਤਾਂ ਹੈਗੀ ਆ ਬਹੁਮਤ ਇਹਨਾਂ ਦੇ ਕੋਲ ਹੁਣ ਭੜਕੇ ਯਾਨੀ ਕਿ ਅੱਜ ਕਿਉਂਕਿ ਬੀਤੇ ਕੱਲ ਐਲਾਨ ਕੀਤਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਤੇ ਉਹਨਾਂ ਨੇ 24 ਘੰਟੇ ਪਹਿਲਾਂ ਐਲਾਨ ਕਰ ਦਿੱਤਾ ਕਿ ਅਸੀਂ ਲਗਾਤਾਰ ਤੀਸਰੀ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨਗੀ ਦਾ ਉਮੀਦਵਾਰ ਐਲਾਨਦੇ ਆਂ ਤੇ ਨਾਲ ਉਨਾ ਨੇ ਵੀ ਕਿਹਾ ਕਿ ਜੀ ਕੰਮ ਵਧੀਆ ਕੀਤਾ ਹੈ। ਧਾਮੀ ਸਾਹਿਬ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ, ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੇਰੇ ਉੱਤੇ ਜਿਹੜਾ ਉਹ ਯਕੀਨ ਕੀਤਾ। ਲਗਾਤਾਰ ਤੀਸਰੀ ਵਾਰ ਪ੍ਰਧਾਨਗੀ ਜਿਹੜੀ ਉਧਰਲੇ ਪਾਸੇ ਨੂੰ ਚੱਲੀ ਜਿੱਤ ਉਹਨਾਂ ਨੇ ਜਾਣਾ। ਹੂੰ। ਦੂਸਰੇ ਪਾਸੇ ਵਿਰੋਧੀ ਧਿਰਾਂ ਨੇ ਬੀਬੀ ਜਗੀਰਕਰ ਹੋਰਾਂ ਨੂੰ 10 ਦਿਨ ਪਹਿਲਾਂ ਇਹ ਉਹਨਾਂ ਨੇ ਕਹਿਤਾ ਸੀ ਕਿ ਭਾਈ ਮੈਂ ਤਾਂ ਖੜੀ ਆਂ। ਮੈਂ ਤਾਂ ਇਲੈਕਸ਼ਨ ਲੜੂ। ਤੇ ਜਿਸ ਦਿਨ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹ ਕਹਿੰਦੇ ਸੀ ਕਿ ਮੈਂ ਕਿਸੇ ਤੋਂ ਥੋੜੀ ਐਲਾਨ ਕਰਉਣਾ ਆਪਣੇ ਨਾਂ ਦਾ। ਮੈਂ ਕਿਸੇ ਪਾਰਟੀ 'ਚ ਨਹੀਂ ਜੇ ਮੈਨੂੰ ਲੱਗਾ ਕਿ ਭਾਈ ਦਾਵਾ ਕਹਿੰਦੇ ਪਰਚੀ ਵਾਲਾ ਸਿਸਟਮ ਹੈ ਖਤਮ ਕਰਨਾ ਤੇ ਮੈਂ ਆਪਣੇ ਨਾਮ ਦਾ ਐਲਾਨ ਆਪੇ ਹੀ ਕਰੂੰ ਜਿਨੇ ਮੇਰੇ ਨਾਲ ਤੁਰਨਾ ਤੁਰ ਪਵੇ ਪਿਛਲੇ ਵਾਰੀ 42 ਵੋਟਾਂ ਬੀਬੀ ਜੀ ਲੈ ਗਿਆ ਸੀ ਤੇ ਉਮੀਦ ਤੋਂ ਦੁੱਗਣੀਆਂ ਵੋਟਾਂ ਸੀ ਪਰ ਅੱਜ ਸਰਦਾਰ ਸੁਖਦੇਵ ਸਿੰਘ ਢੀਂਸਾ ਰੋਡੇ ਸਾਹਿਬ ਬੀਬੀ ਜਗੀਰਕੌਰ ਇਹਨਾਂ ਨੇ ਸਾਂਝੇ ਰੂਪ ਦੇ ਵਿੱਚ ਬਲਵੀਰ ਸਿੰਘ ਖੁੰਨਸੋਰਾ ਦਾ ਨਾਮ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਪੁਰਾਣੇ ਆਗੂ ਨੇ ਬਲਵੀਰ ਸਿੰਘ ਖੁੰਨਸੋਰਾ ਸਾਹਿਬ ਦਾ ਨਾਮ ਜਿਹੜਾ ਉਹ ਅੱਗੇ ਕਰ ਦਿੱਤਾ ਕਿ ਉਹ ਹੁਣ ਪ੍ਰਧਾਨਗੀ ਦੀ ਚੋਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਮੁਕਾਬਲੇ ਜਿਹੜੀ ਉਹ ਲੜਨਗੇ ਸੋ ਹੁਣ ਤੋਂ ਕੁਝ ਘੰਟੇ ਰਹਿ ਗਏ ਆ ਧਾਮੀ ਸਾਹਿਬ ਨੇ ਖੜੇ ਹੋਣਾ ਉਧਰਲੇ ਪਾਸੇ ਕੋਨਨ ਸਾਹਿਬ ਨੇ ਖੜੇ ਹੋਣਾ ਤੇ ਫਿਰ ਵੋਟਾਂ ਪੈ ਜਾਣੀਆਂ ਕਿਉਂਕਿ 100 ਤੋਂ ਉੱਪਰ ਵੋਟਾਂ ਸ਼੍ਰੋਮਣੀ ਅਕਾਲੀ ਦਲ ਕੋ ਹੈਗੀਆਂ ਹੁਣ ਕੋਨਨ ਸਾਹਿਬ 42 ਵੋਟਾਂ ਲੈਂਦੇ ਆ 40 ਲੈਂਦੇ ਆ 45 ਲੈਂਦੇ ਆ ਕਿ 30 ਦੇ ਨੇੜੇ ਆ ਜਾਂਦੇ ਆ ਇਹ ਹੀ ਦੇਖਣ ਵਾਲੀ ਗੱਲ ਹੋਣੀ ਹੈ ਜਿੱਦਾਂ ਤੁਸੀਂ ਸਟਾਰਟਿੰਗ 'ਚ ਕਿਹਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਚੀਜ਼ਾਂ ਬਦਲੀਆਂ ਜੀ ਤੇ ਉਹਨਾਂ ਚੀਜ਼ਾਂ ਦਾ ਅਸਰ ਨਜ਼ਰ ਆਉਂਦਾ ਹੁਣ ਮੈਨੂੰ ਲੱਗ ਆਪਣੇ ਅੰਦਰ ਹੀ ਆਤਮ ਮੰਥਨ ਜ਼ਰੂਰ ਕਰੇ ਲੀਡਰ ਸਹਿਬਾਨ ਜਾਂ ਸਲਾਹਕਾਰ ਸਹਿਬਾਨ ਕਿ ਯਾਰ ਜਿਹੜਾ ਕੰਮ ਹੁਣ ਆ ਗਿਆ ਆਪਾਂ ਕੀਤਾ ਤੇ ਉਹਦੇ باوجود ਜੇ ਆਪਾਂ ਗੱਲ ਕਰੀਏ ਤੇ ਦੋ ਵਾਰ ਧਾਮੀ ਸਾਹਿਬ ਜਿੱਤੇ ਪਿਛਲੀ ਵਾਰ ਤਾਂ ਜਿੱਤੇ ਤੇ ਹੁਣ ਉਹਨਾਂ ਨੇ ਆਗਾਉ ਉਹਨਾਂ ਦੇ ਇਨਾਮ ਦੀ ਅਨਾਉਂਸਮੈਂਟ ਕਰ ਦਿੱਤੀ ਸੀ ਵੀ ਧਾਮੀ ਸਾਹਿਬ ਉਮੀਦਵਾਰ ਨੇ ਵੀ ਆਓ ਜੇ ਤੁਹਾਨੂੰ ਲੱਗਦਾ ਵੀ ਬਹੁਮਤ ਦੇ ਨਾਲ ਮੈਂਬਰ ਸਹਿਬਾਨ ਖੁਦ ਚੁਣਨ ਪੀ ਕੌਣ ਪ੍ਰਧਾਨ ਹੋਏਗਾ ਤੇ ਆ ਜਾਓ ਹੁਣ ਜਦਾਂ ਤੁਸੀਂ ਕਿਹਾ ਬਹੁਤਾ ਕਰਕੇ ਆਸਮੀ ਦੇ ਹੀ ਲੱਗਦੀ ਹੈ ਵੀ ਸ਼ੋਮਣੀ ਕਾਲਜ ਦੇ ਉਮੀਦਵਾਰ ਅਰਜੰਦਰ ਸਿੰਘ ਧਾਮੀ ਸਾਹਿਬ ਦੁਬਾਰਾ ਪ੍ਰਧਾਨ ਬਣ ਜਾਣਗੇ ਹੁਣ ਸਵਾਲ ਇਹ ਆ ਕਿ ਜੇ ਇਹ ਚੀਜ਼ ਇਸ ਤੋਂ ਪਹਿਲਾਂ ਵੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਬਹੁਤ ਮਤ ਹੁੰਦਾ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿਹੜੇ ਬੰਦੇ ਨੂੰ ਆਪਾਂ ਉੱਥੇ ਨਾਮਿਨੇਟ ਕਰਨਾ ਉਮੀਦਵਾਰ ਦੇ ਤੌਰ ਤੇ ਖੜਾ ਕਰਨਾ ਤੇ ਵੋਟਾਂ ਪੈਣੀਆਂ ਤੇ ਉਹਨੇ ਜਿੱਤ ਜਾਣਾ ਜੇ ਇਹ ਮੰਨ ਲਓ ਇਸ ਤੋਂ ਪਹਿਲਾਂ ਜਿਹੜੀਆਂ ਉਹ ਪਰਚੀ ਵਾਲੀ ਗੱਲ ਸੀ ਉਹ ਨਾ ਆਉਂਦੀ ਉਹ ਚਰਚਾ 'ਚ ਹੀ ਨਾ ਆਉਣ ਦਿੱਤੀ ਜਾਂਦੀ ਤੇ ਸ਼ਾਇਦ ਵਿਰੋਧੀਆਂ ਨੂੰ ਉਸ ਸਮੇਂ ਜਿਹੜੇ ਆਪਣੇ ਬਿਆਨਾਂ ਦੇ ਵਿੱਚ ਸਿਆਸੀ ਹਮਲੇ ਕਰਨ ਦਾ ਮੌਕਾ ਮਿਲਦਾ ਸੀ ਸ਼ਾਇਦ ਇੱਕ ਅੱਧਾ ਘਟ ਜਾਂਦਾ ਕਿਉਂਕਿ ਇਹ ਇੱਕ ਵੱਡੀ ਗੱਲ ਹੋਣੀ ਸੀ ਪੀ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਜੀ ਪੀ ਅਸੀਂ ਉਹਦੇ ਚੋਂ ਪਰਚੀ ਕੱਢਦੇ ਆ ਆ ਬੰਦਾ ਅਸੀਂ ਉਮੀਦਵਾਰ ਬਣਾਤਾ ਜੀ ਤੁਸੀਂ ਆਪਣਾ ਬੰਦਾ ਖੜਾ ਕਰ ਲਓ ਦੇਖ ਲੈਣੇ ਕਿਹਦਾ ਜਿੱਤਦਾ ਗੱਲ ਖਤਮ ਹੋ ਗਈ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਹੋ ਸਕਦਾ ਇਹ ਮੈਂ ਕੋਈ ਉਦਾਹਰਨ ਦੀ ਗੱਲ ਕਰਦਾ ਵੀ ਇਹ ਇੱਕ ਉਦਾਹਰਨ ਹੈ ਜਿਹਦੇ ਨਾਲ ਫਰਕ ਕੋਈ ਨਹੀਂ ਪਿਆ ਪਰ ਫਰਕ ਇੱਕ ਇਮੇਜ ਨੂੰ ਬਹੁਤ ਵੱਡਾ ਪੈ ਜਾਣਾ ਅਕਾਲੀ ਦਲ ਦੀ ਵੀ ਜਿਹੜਾ ਕਿ ਪਿਛਲੀ ਵਾਰ ਵੀ ਪੈ ਗਿਆ ਸੀ ਹੁਣ ਵੀ ਪੈ ਜਾਊਗਾ ਵੀ ਆਹ ਯਾਰ ਅਗਲੇ ਦਾ ਬੰਦਾ ਸੀ ਅਗਲੇ ਨੇ ਖੜਾ ਕੀਤਾ ਜਿੱਤ ਗਿਆ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਕਈਆਂ ਨੂੰ ਹੋਵੇ ਪਿਆ ਯਾਰ ਇਦਾਂ ਉਹਨਾਂ ਚੀਜ਼ਾਂ ਨੂੰ ਭਾਵੇਂ ਤਜਰਬੇ ਦੇ ਤੌਰ ਤੇ ਕਰਕੇ ਦੇਖ ਲਿਆ ਜਾਵੇ ਪੀ ਚਲੋ ਯਾਰ ਜੇ ਲੋਕ ਇਦਾਂ ਦਿਨ ਤੇ ਆਪਾਂ ਇਦਾਂ ਵੀ ਕਰਕੇ ਦੇਖ ਲੈਣ ਕਿਉਂਕਿ ਕਈ ਵਾਰ ਹੁੰਦਾ ਪੰਜਾਬੀਆਂ ਦਾ ਸੁਭਾਅ ਹੀ ਆ ਨਾ ਹੁਣ ਜਿਹੜਾ ਐਤਕੀਆ ਆਮ ਆਦਮੀ ਪਾਰਟੀ ਵਾਲੇ ਬਨਵੇਂ ਜਿੱਤੀ ਫਿਰਦੇ ਆ ਤੇ ਉਹਨੂੰ ਕਈਆਂ ਨੂੰ ਇਹ ਵੀ ਨਹੀਂ ਪਤਾ ਵੀ ਯਾਰ ਕਿਹੜਾ ਬੰਦਾ ਐ ਐਮਐਲਏ ਆ ਉਹ ਸਿਰਫ ਪੰਜਾਬੀਆਂ ਦੀਆਂ ਵੋਟਾਂ ਕਰਕੇ ਜਾਂ ਪਿਆਰ ਕਰਕੇ ਪੀ ਚਲੋ ਯਾਰ ਕੋਈ ਗੱਲ ਨਹੀਂ ਠੀਕ ਆ ਤੁਸੀਂ ਆਗੇ ਸੇਮ ਚੀਜ਼ ਪੰਜਾਬ ਦੀ ਇੱਕੋ ਇੱਕ ਪਾਰਟੀ ਜਿਹੜੀ ਖੇਤਰੀ ਪਾਰਟੀ ਆ ਇੱਕ ਸਦੀ ਤੋਂ ਵੀ ਪੁਰਾਣੀ ਪਾਰਟੀ ਐ ਜਿਹਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਲਈ ਉਬਰ ਆਖਾਲ ਜਿਹੜੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਦੇ ਮੈਂ ਤਾਂ ਨਾ ਨਹੀਂ ਲੈ ਰਿਹਾ ਕਿਉਂਕਿ ਪਤਾ ਉਹਨਾਂ ਨੇ ਵੀ ਕਿੜੀਆਂ ਕਿੜੀਆਂ ਚੀਜ਼ਾਂ ਦਾ ਉਜਰਤ ਇਤਰਾਜ਼ ਹੋ ਸਕਦਾ ਤੇ ਕਿਤੇ ਆਪਾਂ ਥੋੜੀ ਜੀ ਅੜੀ ਕਰਦੇ ਆ ਤੇ ਕਿਹਨੂੰ ਚੇਂਜ ਕਰਨ ਦੀ ਲੋੜ ਹੈ ਹੈ ਨਾ ਉਹ ਵੀ ਕਰਕੇ ਦੇਖ ਲੈਣੇ ਕੀ ਪਤਾ ਆ ਜਿਹੜੀਆਂ ਲੋਕ ਸਭਾ ਚੋਣਾਂ ਆਉਣੀਆਂ ਉਦੋਂ ਤੱਕ ਕਈ ਕੁਝ ਬਦਲ ਜਵੇ ਇੱਕ ਗੱਲ ਸੰਧਾਲੀਆ ਸਾਹਿਬ ਬਹੁਤ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਹਮੇਸ਼ਾ ਖੇਤਰੀ ਪਾਰਟੀ ਦੇ ਲਈ ਸਕੋਪ ਪੰਜਾਬੀ ਰੱਖਦੇ ਆ ਆਪਣਾ ਸਮਝਦੇ ਆ ਉਹ ਕਦੇ ਵੀ ਸਾਡੇ ਆ ਖੇਤਰੀ ਪਾਰਟੀ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਕੀ ਉਨਾ ਨੇ ਉਸ ਖੇਤਰੀ ਪਾਰਟੀ ਦਾ ਰੋਲ ਨਿਭਾਉਣਾ ਜੇ ਨਿਭਾਉਣਾ ਤਾਂ ਪੰਜਾਬੀਆਂ ਨੇ ਹੱਥਾਂ ਤੇ ਚੱਕ ਲੈਣੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਚਾਹੇ ਅੱਜ ਐਮਐਲਏ ਤੇ ਇੰਨੀ ਨੇ ਐਮਪੀ ਦੋ ਹੀ ਨੇ ਹਮ ਹਰ ਬਹੁਤ ਬੁਰੇ ਤਰੀਕੇ ਹੋਈਏ ਦੇ ਵਿੱਚ ਕੋਈ ਦੂਰਾ ਹੀ ਨਹੀਂ ਉਹ ਵੀ ਮੰਨਦੇ ਆ ਤੇ ਆਮ ਲੋਕ ਵੀ ਮੰਨਦੇ ਆ ਪਰ ਇਹਦੇ باوجود ਵੀ ਮੈਨੂੰ ਕਦੇ-ਕਦੇ ਐਂ ਲੱਗਦਾ ਹਾਂ ਆਮ ਆਦਮੀ ਪਾਰਟੀ ਭਾਵੇਂ 92 ਬੰਦੇ ਜਿੱਤ ਗਏ ਪਰ ਅਕਾਲੀ ਦਲ ਦੇ ਕੋਲ ਆਮ ਆਦਮੀ ਪਾਰਟੀ ਤੋਂ ਵੱਧ ਸੰਗਠਿਤ ਵਰਕਰਾਂ ਦੀ ਫੌਜ ਹੈਗੀ ਅੱਜ ਵੀ ਹਮ ਹਰ ਇੱਕ ਪਿੰਡ 'ਚ ਹੈਗੀ ਆ ਹਰ ਇੱਕ ਮੁਹੱਲੇ ਚ ਹੈਗੀ ਹੈ ਠੀਕ ਹੈ ਸ਼ਹਿਰਾਂ ਦੇ ਵਿੱਚ ਕਮਜ਼ੋਰੀ ਆਕਾਲੀ ਦਲ ਦੀ ਸ਼ੁਰੂਤ ਹੋ ਰਹੀ ਹੈ ਉਹ ਕੋਈ ਨਵੀਂ ਗੱਲ ਨਹੀਂ ਪਰ ਤੁਸੀਂ ਜਿਹੜੇ ਮਰਚੀ ਪਿੰਡ ਜਾ ਕੇ ਦੇਖ ਲਓ ਤੁਹਾਨੂੰ ਆਕਾਲੀ ਦਲ ਦੇ ਸਰਗਰਮ ਬੰਦੇ ਮਿਲਣਗੇ ਚਾਹੇ ਅੱਜ ਉਹਨਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦਾ ਪੱਖ ਰੱਖਣਾ ਥੋੜਾ ਜਿਹਾ ਔਖਾ ਲੱਗਣ ਲੱਗ ਪਿਆ ਪਰ ਉਹਦੇ ਉਹ ਉਹ ਦੇਖੋ ਨਾ ਗੱਲ ਉੱਥੇ ਵੀ ਪਾਕ ਕੋਈ ਏਡਾ ਖਾਸ ਨਹੀਂ ਹੈ ਉਹ ਸਵਾਲ ਹੀ ਨੇ ਜਿਹੜੀ ਅਗਲੇ ਪੁੱਛ ਲੈਂਦੇ ਉਹਨਾਂ ਕੋਲ ਜਵਾਬ ਨਹੀਂ ਹੁੰਦਾ ਉਹਨਾਂ 'ਚੋ ਇੱਕ ਸਵਾਲ ਆ ਸੀ ਤੇ ਉੱਤਰ ਉੱਪਰ ਆ ਲੈਣ ਦੇਣਾ ਉਹਦਾ ਹਾਂ ਉੱਪਰ ਉੱਤਰ ਆ ਲੈਣ ਦੇਣਾ ਤੁਸੀਂ ਇਹ ਦੇਖੋ ਵੀ ਆ ਜਿਹੜਾ ਇੱਕ ਸਵਾਲ ਸੀ ਇਹਦਾ ਤਾਂ ਕਿੱਡਾ ਵਧੀਆ ਜਵਾਬ ਦੇ ਲਿਆ ਜੀ ਹੁਣ ਤੁਸੀਂ ਦੇਖੋ ਜੇ ਮੰਨ ਲਓ ਪੰਥਕ ਧਰਾਂ ਪਿਛਲੀ ਵਾਰ ਤੋਂ ਬੜੀ ਵਾਰ ਇਸ ਚੀਜ਼ ਦੇ ਉੱਪਰ ਜ਼ਿਕਰ ਕਰਦੇ ਸੀ ਆਹ ਦੇਖੋ ਜੀ ਪਰਚੀ ਸਿਸਟਮ ਅਸੀਂ ਖਤਮ ਕਰਨਾ ਪਿਛਲੀ ਵਾਰ ਵੀ ਬੀਬੀ ਚ ਕੀਰਕਰ ਰੋ ਰੱਖਿਆ ਸੀ ਹੁਣ ਵੀ ਉਹ ਧਰਾਂ ਦਾ ਇਹੀ ਕਹਿਣਾ ਤੇ ਐਤਕੀ ਉਹ ਸਵਾਲ ਹੀ ਕੋਈ ਨਹੀਂ ਕਰ پا ਰਿ ਜੋ ਵੀ ਪਿਛਲੀ ਵਾਰ ਦਾ ਖਤਮ ਹੋ ਗਿਆ ਖਤਮ ਹੋ ਗਿਆ ਸੰਧਾਲੀਆਂ ਸਭ ਇੱਕ ਹੋਰ ਵੀ ਹੈ ਨਾ ਤੁਸੀਂ ਦੇਖੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਰਣਨੀਤੀ ਬਦਲੀ ਹੈ ਜਦੋਂ ਅਸੀਂ ਕੋਈ ਚੀਜ਼ ਚਲਾਉਨੇ ਆ ਟਰੈਕਟਰ ਚਲਾਉਨੇ ਆ ਕੁਝ ਵੀ ਚਲਾਉਨੇ ਆ ਕੰਪਨੀ ਚਲਾਉਨੇ ਆ ਪਰਿਵਾਰ ਚਲਾਉਨੇ ਆ ਤੇ ਅਸੀਂ ਇੱਕ ਤਰੀਕਾ ਵਰਤਦੇ ਆ ਲੱਗਦਾ ਹੁੰਦਾ ਕਿ ਉਹ ਤਰੀਕਾ ਠੀਕ ਹੈ ਕਈ ਵਾਰੀ ਉਹ ਗਲਤ ਹੁੰਦਾ ਤੇ ਗਲਤ ਹੁੰਦਾ ਤਾਂ ਉਹ ਜਨਤਕ ਤੌਰ ਦੇ ਉੱਤੇ ਮੰਨ ਕੇ ਠੀਕ ਕਰਾਣਾ ਚਾਹੀਦਾ ਤੇ ਪੰਜਾਬ ਦੇ ਲੋਕ ਤਾਂ ਕਹਿੰਦੇ ਛੱਡ ਜਰ ਗੱਲੇ ਮੰਨ ਲਈ ਹੁਣ ਛੱਡੋ ਪਰ ਮਿੱਟੀ ਪਾਓ ਉਸ ਗੱਲ ਦੇ ਉੱਤੇ ਹੁਣ ਅੱਗੇ ਧੁਰੀਏ ਹੁਣ ਤੁਸੀਂ ਦੇਖੋ ਜਦੋਂ ਪੰਜਾਬ ਕਿਉਂਕਿ ਇਹ ਨਹੀਂ ਆਖੇ ਕਿ ਸ਼ਰੋਨੀ ਅਕਾਲੀ ਦਲ ਤਬਦੀਲ ਹੋਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜਾਂ ਆ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਉਹਨਾਂ ਨੂੰ ਕੋਈ ਪਤਾ ਨਹੀਂ ਬਹੁਤ ਚੰਗੇ ਤਰੀਕੇ ਪਤਾ ਅਕਾਲੀ ਦਲ ਲੀਡਰਸ਼ਿਪ ਨੂੰ ਉਹ ਤਾਂ ਸੰਭਾਦੀਆਂ ਚੋਣਾਂ 'ਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਉਹ ਮੰਨ ਲਓ ਪਠਾਨਕੋਟ ਗਏ ਤਾਂ ਉੱਥੇ ਜਾ ਕੇ ਉਹ ਫਾਜ਼ਿਲਕਾ ਦੇ ਉਮੀਦਵਾਰ ਦਾ ਐਲਾਨ ਕਰ ਦਿੰਦੇ ਸੀ ਮੈਂ ਐਗਜ਼ਾਮਪਲ ਦੇ ਰਿਹਾ ਹੂੰ ਜੇ ਉਹ ਸ਼੍ਰੀ ਮੁਖਸਰ ਸਾਹਿਬ ਜਾਂਦੇ ਸੀ ਤਾਂ ਉੱਥੋਂ ਜਾ ਕੇ ਲੁਧਿਆਣੀਆਂ 'ਚ ਤਿੰਨ ਸੀਟਾਂ ਦੇ ਉਮੀਦਵਾਰ ਐਲਾਨ ਕਰ ਦਿੰਦੇ ਸੀ ਇਹ ਨਹੀਂ ਸੀ ਕਿ ਜਿਹੜੇ ਹਲਕੇ ਜਾਂਦੇ ਉੱਥੋਂ ਦੇ ਉਮੀਦਵਾਰ ਦਾ ਐਲਾਨ ਕਰਦੇ ਸੀ ਜਾਂ ਅਕਾਲੀ ਦ ਉਹਦੂ ਇੱਕ ਪ੍ਰਭਾਵ ਚਲੇ ਗਿਆ ਹੋ ਸਕਦਾ ਸਲਾਹ ਵੀ ਕੀਤੀ ਹੋਵੇ ਹਾਂ ਐਲਾਨ ਹੀ ਉੱਥੇ ਜਾ ਕੇ ਹੋਇਆ ਹੋਵੇ ਪਰ ਉਹਦੇ ਨਾਲ ਇੱਕ ਪ੍ਰਭਾਵ ਜਾਂਦਾ ਸੀ ਕਿ ਯਾਰ ਉਹਨਾਂ ਨੇ ਕੱਲਿਆਂ ਨਹੀਂ ਐਲਾਨ ਕਰ ਦਿੱਤਾ ਇੱਕ ਬੰਦਾ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਰੈਲੀ ਦੇ ਵਿੱਚ ਹੀ ਸ਼ਾਮਲ ਹੋਇਆ ਰੈਲੀ ਦੇ ਵਿੱਚ ਉਹਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਉੱਥੇ ਮੀਤ ਪ੍ਰਧਾਨ ਬਣਾ ਕੇ ਉੱਥੋਂ ਹੀ ਇੱਕ ਹਲਕੇ ਦਾ ਇੰਚਾਰਜ ਬਣਾ ਕੇ ਤੇ ਟਿਕਟ ਵੀ ਦੇ ਦਿੱਤੀ ਉਹਦੂ ਕਿਤੇ ਕਿਤੇ ਲੱਗਦਾ ਸੀ ਕਿ ਇਹ ਇਹ ਤਰੀਕਾਕਰ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੋਰ ਹੈ ਪਰ ਐਤਕੀ ਹੁਣ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਉਹਨਾਂ ਨੇ ਤੀਸਰੀ ਵਾਰ ਉਮੀਦਵਾਰ ਬਣਾਉਣਾ ਸੀ ਅਕਾਲੀ ਦਲ ਵੱਲੋਂ ਤੇ ਇਕੱਲੇ ਇਕੱਲੇ ਅਕਾਲੀ ਦਲ ਦੇ ਐਸਜੀਪੀਸੀ ਦੇ ਮੈਂਬਰ ਦੇ ਨਾਲ ਮੀਟਿੰਗ ਕੀਤੀ ਗਰੁੱਪ ਵਿੱਚ ਵੀ ਕੀਤੀ 1 ਟੂ 1 ਵੀ ਕੀਤੀ ਵਿਚਾਰ ਲਏ ਅਗਲੇ ਨੂੰ ਭਰੋਸਾ ਹੁੰਦਾ ਕਿ ਭਾਈ ਸਾਡੇ ਤੋਂ ਪੁੱਛਿਆ ਕਿਉਂਕਿ ਸਾਰਿਆਂ ਨੇ ਤਾਂ ਪ੍ਰਧਾਨ ਬਣਨਾ ਨਹੀਂ ਤੇ ਵੈਸੇ ਵੀ ਸੰਧਾਲੀਆ ਸਭ ਇੱਕ ਗੱਲ ਤਾਂ ਮੰਨਣੀ ਪਊਗੀ ਪਿਛਲੇ 3 ਸਾਲਾਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾ ਦੀ ਉੱਤੇ ਕਿੰਨੇ ਕਿਤੇ ਦੋਸ਼ ਲੱਗੇ ਆ ਹਾਂ ਜਿਹੜੀਆਂ ਗੱਲਾਂ ਚੱਲੀਆਂ ਆਉਂਦੀਆਂ ਜਿਹੜੇ ਰੇੜਕੇ ਚੱਲੇ ਆਉਂਦੇ ਆ ਜਿਹੜੀਆਂ ਫਾਈਲਾਂ ਅੱਜੇ ਅਭੀ ਪਿਛਲੇ ਸਮੇਂ ਦੀਆਂ ਚੱਲੀਆਂ ਆਉਂਦੀਆਂ ਉਹਦਾ ਨਾਲ-ਨਾਲ ਰਹਿਣੀਆਂ ਪਰ ਜੇ ਆਪਾਂ ਦੇਖੀਏ ਕਿ ਪਾਈ ਤਿੰਨਾਂ ਸਾਲਾਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਉੱਤੇ ਕਿਸੇ ਨੇ ਬਹੁਤ ਵੱਡੀ ਉਂਗਲ ਚੁੱਕੀ ਆ ਤੇ ਪੁਰਾਣੇ ਪ੍ਰਧਾਨਾਂ ਅੰਨ ਕੰਮ ਨਹੀਂ ਹੋਇਆ ਤੇ ਜਿਸ ਤਰੀਕੇ ਦੇ ਨਾਲ ਆ ਕੋਚਿੰਗ ਸੈਂਟਰ ਸ਼ੁਰੂ ਕਰ ਦਿੱਤੇ ਸਿਵਲ ਸਰਵਿਸੇਸ ਦੇ ਉਹਦੇ ਨਾਲ ਤਾਂ ਆਮ ਲੋਕਾਂ ਦੇ ਵਿੱਚ ਪ੍ਰਭਾਵ ਚੰਗਾ ਹੀ ਗਿਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਕੁਝ ਨਾ ਕੁਝ ਤਬਦੀਲੀ ਦੀ ਆਸ ਤਾਂ ਨਜ਼ਰ ਆ ਰਹੀ ਹੈ ਦੇਖੋ ਗੱਲ ਇੰਨੀ ਆ ਕਿ ਜੇ ਮੰਨ ਲਓ ਵੀ ਕਿਸੇ ਚੀਜ਼ ਦੇ ਬਾਰੇ ਵਿੱਚ ਕੋਈ ਬੰਦਾ ਟਿੱਪਣੀ ਕਰੇ ਜਾਂ ਉਜਰ ਕਰੇ ਇਤਰਾਜ਼ ਕਰੇ ਜਾਂ ਵ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਅੰਦਰੂਨੀ ਸਲਾਹਕਾਰ ਹੁਣ ਉਹੀ ਸਹੀ ਹੁੰਦੇ ਆ ਕਈ ਵਾਰ ਲੋਕ ਵੀ ਸਹੀ ਹੁੰਦੇ ਆ ਸੋ ਆਪਾਂ ਇਹ ਇਸ ਕਰਕੇ ਬੇਨਤੀ ਕਰ ਰਹੇ ਆ ਹੋ ਸਕਦਾ ਕਿਸ ਨੂੰ ਲੱਗਦਾ ਵੀ ਯਾਰ ਆ ਤੇ ਕਾਲੀ ਦਲ ਨੂੰ ਕਿਹੜੀ ਗੱਲਾਂ ਸਲਾਹ ਦੇਈ ਨੇ ਅਸੀਂ ਕਿਸੇ ਨੂੰ ਸਲਾਹ ਨਹੀਂ ਦਿੰਦੇ ਨਾ ਸਾਡੇ ਕਿਹਨੇ ਸਲਾਹ ਮੰਨਣੀ ਆ ਵੀ ਮੇਰੇ ਆਪਾਂ ਤਾਂ ਇਸ ਕਰਕੇ ਗੱਲ ਕਰਦੇ ਆ ਵੀ ਯਾਰ ਜਦੋਂ ਤਬਦੀਲੀ ਦੀ ਗੱਲ ਕਰਦੇ ਆ ਹੁਣ ਤੁਸੀਂ ਦੇਖੋ ਵੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਨੂੰ ਪਤਾ ਲੱਗਿਆ ਵੀ 2014 ਤੋਂ ਮੋਦੀ ਸਾਹਿਬ ਆਏ ਤੇ ਉਹਨਾਂ ਨੇ ਪਹਿਲੇ ਦਿਨੋਂ ਕਹਿਣਾ ਸ਼ੁਰੂ ਕਰਤਾ ਵੀ ਮੈਂ ਕਾਂਗਰਸ ਮੁਕਤ ਭਾਰਤ ਬਣਾਉਣਾ ਉਦੋਂ ਲੋਕਾਂ ਨੂੰ ਲੱਗਦਾ ਯਾਰ ਇਹ ਕਿਤੇ ਹੋਣਾ ਕਿਹੜੀਆਂ ਗੱਲਾਂ ਕਰਦੇ ਵੀ ਡੂਡਸਾ ਦੀ ਪ੍ਰਾਣੀ ਪਾਰਟੀ ਕਿਤੇ ਇਹਨਾਂ ਨੇ ਕਿਤੇ ਖਤਮ ਕਰ ਦੇਣੀ ਉਹ ਜਿਉਂ 14 ਤੋਂ ਤੁਸੀਂ ਹੁਣ ਦੇਖ ਲਓ ਵੀ 24 ਆਉਣ ਵਾਲੀ ਇਹ ਤੇ ਕਾਂਗਰਸ ਪਾਰਟੀ ਅਜੀਬ ਜਿਹੀ ਲੱਭਦੀ ਫਿਰਦੀ ਕਿਤੇ ਮੰਜਾ-ਮੁੰਜਾ ਡਾਊਨ ਜੋਗੀ ਛਾਂ ਹੀ ਲੱਭ ਜੇ ਪਰ ਆ ਆਪਾਂ ਦੇ ਸਾਲ ਸਵਾ ਸਾਲ ਤੋਂ ਦੇਖ ਲਈ ਜਦੋਂ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ ਸੀ ਭਾਰਤ ਜੋੜੋ ਰਾਹੁਲ ਗਾਂਧੀ ਸਾਹਿਬ ਨੇ ਉਦੋਂ ਤੋਂ ਲੋਕਾਂ ਲੱਗਿਆ ਵੀ ਯਾਰ ਬੰਦਾ ਕੁਝ ਤਬਦੀਲੀ ਕਰ ਰਿਹਾ ਫਿਰ ਉਸ ਭਾਰਤ ਜੋੜੋ ਯਾਤਰਾ ਤੋਂ ਬਾਅਦ ਆਪਾਂ ਉਹਨਾਂ ਦੀਆਂ ਅਲੱਗ-ਅਲੱਗ ਥਾਵਾਂ ਦੀਆਂ ਯਾਤਰਾਵਾਂ ਦੇਖੀਆਂ ਜਿੱਥੇ ਬ ਕਦੀ ਕਿਸੇ ਮੋਟਰਸਾਈਕਲ ਦੇ ਅਗਲੇ ਮਗਰ ਬੈਠਾ ਕਦੀ ਕਿਸੇ ਮਕੈਨਿਕ ਨਾਲ ਬੈਠਾ ਕਦੀ ਕਿਸੇ ਲੱਕੜ ਨਾਲ ਬੈਠਾ ਕਿਤੇ ਜਾ ਕੇ ਚੋਨਾ ਵਢੀ ਜਾਂਦਾ ਕਿਤੇ ਟਰੱਕ ਤੇ ਜਿਹੜਾ ਫਿਰਦਾ ਜੇ ਆਪਾਂ ਧਾਰਮਿਕ ਜਿਹੜੀਆਂ ਯਾਤਰਾਵਾਂ ਉਹਨਾਂ ਦੀ ਗੱਲ ਕਰ ਲਈ ਪਿਛਲੇ ਦਿਨੀ ਦਰਬਾਰ ਸਾਹਿਬ ਆਏ ਤੇ ਆਪ ਲੋਕਾਂ ਲੱਗਿਆ ਵੀ ਜਿਵੇਂ ਆਮ ਤੌਰ ਤੇ ਵੀਆਈਪੀ ਆਉਂਦੇ ਹੁੰਦੇ ਪੀ ਉਹਨਾਂ ਨੇ ਆਉਣਾ ਹੈ ਆਸੇ ਪਾਸੇ ਖਤਮ ਕਰ ਦਿਓ ਖਤਮ ਕਰ ਦਿਓ ਪਾਸੇ ਕਰ ਦਿਓ ਪਰੇ ਚਲੇ ਜਾਓ ਅਚਾਨਕ মিডিਆ ਨੂੰ ਦੋ ਬਾਈਟਾਂ ਦੇਣੀਆਂ ਤੇ ਵਾਪਸ ਚਲੇ ਜਾਣਾ ਬੰਦਾ ਤਿੰਨ ਦਿਨ ਉੱਥੇ ਬੈਠਾ ਸੇਵਾ ਕਰੀ ਗਿਆ ਉਦੋਂ ਬਾਅਦ ਹੋਰ ਨਾ ਥਾਵਾਂ ਦੇ ਉੱਪਰ ਜਾਂਦੇ ਨੇ ਕੇਦਾਰਨਾਥ ਗਏ ਕੇਦਾਰਨਾਥ ਬੰਦਾ ਸੁਣਦਾ ਵੀ ਯਾਰ ਜਿਹੜਾ ਬੰਦਾ ਉੱਥੇ ਕਿਤੇ ਗਿਆ ਸੀ ਉੱਤੜ ਕੇ 4 ਵਜੇ ਦੇਖਦਾ ਵੀ ਯਾਰ ਮੈਨੂੰ ਚਾਹ ਦੀ ਗਲਾਸੀ ਦੇ ਫੜਾਈ ਪਵੇਂ ਬੰਦਾ ਕਿਤੇ ਵੇਖਿਆ ਲੱਗਦਾ ਫਿਰ ਉਹ ਕਹਿੰਦਾ ਯਾਰ ਉਹ ਤੇ ਰਾਹੁਲ ગાંધી ਸੀ ਹੁਣ ਮਤਲਬ ਇਹ ਹੋ ਗਿਆ ਵੀ ਜਿਹੜੀ ਉਹ ਇੱਕ ਇਮੇਜ ਗਾਂਧੀ ਪਰਿਵਾਰ ਵਾਲਿਆਂ ਬਾਰੇ ਉਹ ਤੋਂ ਵੱਡਾ ਪਰਿਵਾਰ ਤੇ ਕੋਈ ਸਿਆਸੀ ਹੈ ਨਹੀਂ ਨਾ ਹੁਣ ਤੱਕ ਦੇ ਪਿਛਲੇ ਸਾਲਾਂ ਦੇਖੀਏ ਉਸ ਪਰਿਵਾਰ ਦੇ ਵੀ ਇੱਕ ਜੀਰੂ ਲੱਗਦਾ ਵੀ ਯਾਰ ਕੁਝ ਤਬਦੀਲੀ ਕਰਨ ਦੀ ਲੋੜ ਹੈ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਸਮਾਂ ਬਦਲ ਰਿਹਾ ਤੇ ਉਸ ਬਦਲੇ ਹੋਏ ਸਮੇਂ ਦੇ ਹਿਸਾਬ ਨਾਲ ਤਬਦੀਲੀ ਕਰ ਲੈਣੀ ਚਾਹੀਦੀ ਚਾਹੇ ਉਹ ਖੇਤਰੀ ਪੱਧਰ ਤੇ ਹੋਵੇ ਚਾਹੇ ਨੈਸ਼ਨਲ ਲੈਵਲ ਤੇ ਹੋਵੇ ਇੱਕ ਨਾ ਸੰਧਾਲੀਆ ਸਾਹਿਬ ਬਹੁਤ ਸਮਝਣ ਵਾਲੀ ਲੋੜ ਕੀ ਹੈ ਕਿ ਲੋਕਾਂ ਨੂੰ ਹੁਣ ਬੋਲ ਕੇ ਸਮਝਾਉਣ ਦੀ ਲੋੜ ਨਹੀਂ ਹੂੰ ਤਿੰਨ ਦਿਨ ਰਾਹੁਲ ਗਾਂਧੀ ਸਾਹਿਬ ਦਰਬਾਰ ਸਾਹਿਬ ਆਏ ਤਿੰਨ ਦਿਨ ਬੋਲੇ ਕੁਛ ਨਾ ਚੁੱਪ ਸੀ ਮੈਂ ਨਹੀਂ ਕਹਿਣਾ ਕਿ ਉਹ ਕਿਵੇਂ ਆਏ ਉਹਨਾਂ ਦੇ ਮਨ ਚ ਕੀ ਸੀ ਆਪਾਂ ਕਿਸੇ ਦੀ ਸ਼ਾਦੀ ਕਿਉਂ ਭਰੀ ਆਪਾਂ ਮੈਂ ਥੋੜੀ ਗਰੰਟੀ ਨਹੀਂ ਲੈਂਦਾ ਜਦੋਂ ਤੁਸੀਂ ਲੀਡਰ ਰਹਿੰਦੇ ਆ ਮੈਂ ਲੈਣਾ ਗਰੰਟੀ ਦਾ ਨਹੀਂ ਮੈਂ ਬੰਦਾ ਨਾਲ ਰਹੂਗਾ ਇਹਦੀ ਗੱਲ ਨਹੀਂ ਕੋਈ ਵੀ ਟਿਕਟ ਦਵਾਉਣੀ ਆ ਟਿਕਟ ਦਵਾਉਣੀ ਹੁਣ ਸੰਧਾਲੀਆ ਸਭ ਹੋਇਆ ਕੀ ਉਸੀਂ ਇਹ ਦੇਖੋ ਕਿ ਇੱਕ ਤਰੀਕਾਕਾਰ ਸੀ ਉਹਨਾਂ ਨੇ ਦੇਖ ਲਿਆ ਕਿ ਬਹੁਤ ਵੱਡੀ ਰੈਲੀ ਕਰਦੇ ਆ ਖਬਰ ਖੁੰਝੇ ਚ ਲੱਗਦੀ ਹੈ ਪੈਸੇ ਵੀ ਲੱਗ ਜਾਂਦੇ ਆ ਅਨਰਜੀ ਵੀ ਲੱਗਦੀ ਆ ਲੋਕ ਇਕੱਠੇ ਕਰਨੇ ਇਹ ਹੋ ਗਿਆ ਉਹ ਹੋ ਗਿਆ ਭਾਸ਼ਣ ਦਿੰਦਿਆਂ ਕੁਝ ਗਲਤ ਬੋਲ ਹੋ ਗਿਆ ਮੈਨੂੰ ਲੱਗਦਾ ਕਿ ਕੋਈ ਬਹੁਤ ਚੰਗਾ ਸਲਾਹਕਾਰ ਪਿਛਲੇ ਸਮੇਂ ਚ ਟੱਕਰਿਆ ਪਿਛਲੇ ਡੇਢ ਸਾਲ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਨੇ ਮੈਨੂੰ ਨਹੀਂ ਪਤਾ ਕਿੰਨੀ ਤਨਖਾਹ ਦਿੰਦੇ ਆ ਕਿਵਾਰੀ ਉਹੀ ਸੱਜਣ ਜਿੱਦਾਂ ਮੈਂ ਤੁਹਾਨੂੰ ਟੱਕਰਿਆ ਕਈ ਵਾਰੀ ਉਹੀ ਉਹੀ ਨਹੀਂ ਨਹੀਂ ਵਧੀਆ ਇਹ ਆਜ ਦੇ ਬੰਦਾ ਮੰਨਿਆ ਵੀ ਸਲਾਹਕਾਰ ਕੌਣਾ ਮੇਰਾ ਨਹੀਂ ਨਹੀਂ ਅੱਛਾ ਨਹੀਂ ਠੀਕ ਹੈ ਗੱਲ ਆਓ ਨਹੀਂ ਜਿਹੜਾ ਮਾੜਾ ਮੋਟਾ ਬਚਿਆ ਮੇਰੇ ਕਰਕੇ ਬਚਿਆ ਨਹੀਂ ਮੈਂ ਇਹ ਮੰਨ ਲਿਆ ਤੇ ਕਹਿੰਦੇ ਆ ਵੀ ਸਲਾਹਕਾਰ ਹੁਣ ਹੋਇਆ ਕੀ ਉਹਨਾਂ ਨੇ ਦੇਖਿਆ ਕਿ ਭਾਈ ਮਹੀਨਾ ਇੱਕ ਤਿਆਰੀ ਕਰਕੇ 10 ਲੱਖ ਦਾ ਟੈਂਟ ਲਾ ਕੇ ਬੱਸਾਂ ਦੇ ਕਿਰਾਏ ਭਰ ਕੇ ਲੰਗਰ ਸ਼ਕਾ ਕੇ ਖਬਰ ਫੇਸ਼ ਛੋਟੀ ਬਣਦੀ ਆ ਭਾਸ਼ਣ ਦੇ ਵਿੱਚ ਕੁਝ ਗਲਤ ਕਹਿ ਹੋ ਜਾਂਦਾ ਇਹਦੇ ਨਾਲ ਚੰਗਾ ਨਹੀਂ ਕਿ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ 'ਚ ਜਾਓ ਉੱਥੇ ਆ ਕੇ ਦੋਕਾ ਨਾਟਕੱਸੋ ਹੱਥ ਕਾਲੇ ਕਰੋ ਉਹਨਾਂ ਬੈਠ ਕੇ ਰੋਟੀ ਖਾਓ ਕੱਪੜੇ ਨਾਲ ਹੱਥ ਸਾਫ਼ ਕਰਕੇ ਖਬਰ ਵੱਡੀ ਬਣਦੀ ਆ ਤੇ ਕਿੰਨੀ ਵੱਡੀ ਗੱਲ ਐ ਕਿ ਤੁਸੀਂ ਸਿਆਲਾਂ ਦੇ ਵਿੱਚ ਮੈਂ ਕਹਿੰਦਾ ਕਿ ਰਾਹੁਲ ਗਾਂਧੀ ਦੇ ਲਈ ਕਹਿੰਦੇ ਉਹਦੇ ਨਾਲੇ ਪੁੰਨ ਤੇ ਨਾਲੇ ਫਲੀਆਂ ਲੀਡਰਾਂ ਦਾ ਕੀ ਹੁੰਦਾ ਸਿਹਤ ਖਰਾਬ ਹੋ ਜਾਂਦੀ ਐ ਕਿਉਂਕਿ ਸਾਰੀ ਦਿਹਾੜੀ ਮੀਟਿੰਗਾਂ 'ਚ ਵੀ ਬੈਠੇ ਰਹਿਣਾ ਉਥੇ ਉਹਨਾਂ ਨੇ ਭਾਰਤ ਯਾਤਰਾ ਸ਼ੁਰੂ ਕਰ ਲਈ ਇੱਕ ਤਾਂ ਤੁਰੇ ਸਿਹਤ ਠੀਕ ਹੋ ਗਈ ਹਨ ਠੰਡ ਬਿਨਾ ਲੱਗੇ ਦੂਸਰਾ ਸਾਰਾ ਭਾਰਤ ਆਮ ਤਰੀਕੇ ਨਾਲ ਦੇਖ ਲਿਆ ਤੀਸਰਾ ਖਬਰਾਂ 'ਚ ਰਹਿ ਗਿਆ ਚੌਥਾ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਭਰਤਾ ਤੇ ਸਭ ਤੋਂ ਵੱਡੀ ਰਣਨੀਤੀ ਦੇਖੋ ਇਹ ਪਿਛਲੇ ਸਿਆਲਾਂ ਦੀ ਗੱਲ ਹੈ ਜਦੋਂ ਭਾਰਤ ਜੋੜੋ ਯਾਤਰਾ ਕੀਤੀ ਜੋ ਸਾਡੇ ਇੱਕ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਹੋਰ ਅੰਦੇ ਹੱਥ ਵੀ ਹਜਲੰਦਰ ਆ ਲੈਂਦਾ ਉਹਦੇ ਤੋਂ ਬਾਅਦ ਕਹਿੰਦੇ ਸੀ ਮਹੀਨੇ ਦੇ ਵਿੱਚ ਵੀ ਯਾਤਰਾ ਸ਼ੁਰੂ ਹੋਈ ਲਾਓ ਭਾਰਤ ਜੋੜੋ ਯਾਤਰਾ ਦਾ ਦੂਸਰਾ ਚਰਨ ਸ਼ੁਰੂ ਹੋਇਆ ਲਓ ਜਦੋਂ ਵੀ ਕਦੇ ਇਦਾਂ ਦੀ ਖਬਰ ਆਉਂਦੀ ਸੀ ਸਾਰੇ ਐਂਕੜੇ ਹੁੰਦੇ ਅੱਛਾ ਯਾਰ ਹੁਣ ਪਤਾ ਨਹੀਂ ਇਹਨਾਂ ਨੇ ਕਿੱਦਾਂ ਨੂੰ ਤੁਰ ਪੈਣਾ ਉਹਦੇ ਤੋਂ ਬਾਅਦ ਦੋ ਖਸੂਬਿਆਂ ਦੀ ਚੋਣ ਵੀ ਜਿੱਤੀ ਆ ਕਾਂਗਰਸ ਨੇ ਹੁਣ ਯਾਤਰਾ ਸ਼ੁਰੂ ਹੋਊਗੀ ਦਸੰਬਰ ਚ ਤੇ 2-3 ਮਹੀਨੇ ਚੱਲੂਗੀ ਤੁਸੀਂ ਅੰਦਾਜ਼ਾ ਲਾਓ ਕਿ ਜੇ ਇਹ ਯਾਤਰਾ ਜੂਨ ਚ ਸ਼ੁਰੂ ਹੋ ਕੇ ਅਗਸਤ 'ਚ ਮੁੱਕ ਜਾਂਦੀ ਤਾਂ ਲੋਕਾਂ ਨੂੰ ਚੇਤਾ ਭੁੱਲ ਜਾਣਾ ਸੀ ਹੁਣ ਦਸੰਬਰ ਦੇ ਅੱਧੇ ਯਾਤਰਾ ਸ਼ੁਰੂ ਹੋਊ ਫਰਵਰੀ ਮਾਰਚ ਦੇ ਵਿੱਚ ਜਾ ਕੇ ਮੁੱਕੂ ਤੇ ਬਹੁਤੀ ਸੰਭਾਵਨਾ ਕਿ ਅਪ੍ਰੈਲ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈਣੀਆਂ ਹੁਣ ਅਗਲਿਆਂ ਨੇ ਪਤੰਗ ਉਦੋਂ ਕਿ ਚੜਾਉਣਾ ਕਿ ਭਾਈ ਜਦੋਂ ਤੱਕ ਆਪਾਂ ਤੁਣਕੇ ਮਾਰਦੇ ਰਹ ਸਕੀਏ ਇਹ ਨਾਲ ਹੋਵੇ ਕਿ ਆਪਾਂ ਪਤੰਗ ਪਹਿਲਾਂ ਹੀ ਚੜ੍ਹ ਰਹੀ ਏ ਕਿ ਉਹ ਤਾਂ ਕਿ ਸੰਧਾਲੀਆ ਸਭ ਡੋਰ ਡੁਰ ਸਿੱਧੀ ਕਰਕੇ ਆਉਂਦੇ ਮੈਂ ਯਾਰ ਮੇਰੀਆਂ ਤਾਂ ਬਾਹਾਂ ਥੱਕ ਗਈਆਂ ਹੁਣ ਉਹ ਜਿਹਨੂੰ ਪਿੰਨਾ ਮਕਾਇਆ ਹੋਏ ਆ ਨਹੀਂ ਮਤਲਬ ਇਹ ਆ ਉਹਨਾਂ ਦੇ ਕੋ ਕਾਰਨ ਆ ਵੀ ਇਹ ਕਿਸੇ ਬੰਦੇ ਨੂੰ ਹੋ ਸਕਦਾ ਵੀ ਇਹ ਲੱਗਦਾ ਹੋਵੇ ਵੀ ਯਾਰ ਇਹ ਭਾਰਤ ਜੋੜੋ ਯਾਤਰਾ ਨਾਲ ਕੀ ਫਰਕ ਪਿਆ ਹੁਣ ਜਦੋਂ ਆਪਾਂ ਪਿਛਲੀ ਜਿਹੜੀ ਯਾਤਰਾ ਉਹਨਾਂ ਨੇ ਦਰਬਾਰ ਸਾਹਿਬ ਦੀ ਕੀਤੀ ਉਹ ਕਿਉਂਕਿ ਇੱਕ ਐਸਾ ਪੁਆਇੰਟ ਸੀ ਜੇ ਆਪਾਂ ਗਾਂਧੀ ਪਰਿਵਾਰ ਦੇ ਹਿਸਾਬ ਨਾਲ ਦੇਖੀਏ ਜੁੜਿਆ ਹੋਇਆ ਵੀ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਠੱਬੀ ਕਾਂਗਰਸ ਪਾਰਟੀ ਲੱਗਦੀ ਸੀ ਉੱਥੋਂ ਲੱਗਦੀ ਸੀ ਵੀ ਤੁਸੀਂ ਆ ਕੀ ਕੰਮ ਕੀਤਾ ਪਰ ਉਹ ਬੰਦਾ 3 ਦਿਨ ਉੱਥੇ ਹੋ ਕੇ ਚਲੇ ਗਿਆ ਗੱਲ ਤੋਂ ਢੀ ਠੀਕ ਆ ਵੀ ਬੋਲਿਆ ਕੁਛ ਨਹੀਂ ਉਦੋਂ ਬਾਅਦ ਲੋਕ ਕਈ ਕਹਿਣ ਲੱਗ ਪਏ ਐਂਡ ਕਈ ਵੱਡੇ ਲੀਡਰਾਂ ਦੇ ਮੂੰਹ ਆਪਾਂ ਸੁਣਿਆ ਉਹ ਯਾਰ ਉਹਦਾ ਕੀ ਕਸੂਰ ਐ ਵੀ ਦਾਦੀ ਨੇ ਕਰਤਾ ਪਿਓ ਨੇ ਕਰਤਾ ਯਾਰ ਉਹਦਾ ਕੀ ਕਸੂਰ ਐ ਹਾਲਾਂਕਿ ਉਹਨੇ ਨਾ ਉਹਨੇ ਕਿਹਾ ਤੇ ਨਾ ਉਹਨਾਂ ਦੀ ਲੀਡਰਸ਼ਿਪ ਨੇ ਕਿਹਾ ਹੁਣ ਇਹ ਚੇਂਜ ਆਈ ਏ ਉਹ ਚੇਂਜ ਦਾ ਫਾਇਦਾ ਕੀ ਹੁੰਦਾ ਨੁਕਸਾਨ ਕੀ ਹੁੰਦਾ ਇਹ ਤਾਂ ਦੱਸਣੀਆਂ ਵੋਟਾਂ ਕਿਉਂਕਿ ਉਤੋਂ ਤੋਂ ਤੁਮ ਬੁਖਾਰ ਕੇ ਵੇਲੇ ਨਹੀਂ ਲੱਗਦਾ ਹੁੰਦਾ ਅੰਦਰ ਅੰਦਰ ਹੁੰਦਾ ਜੀ ਹੁਣ ਜੇ ਦੀ ਦਸੰਬਰ ਦੀ ਤੁਸੀਂ ਯਾਤਰਾ ਦੀ ਗੱਲ ਕਰਦੇ ਹੁਣ ਮੈਂ ਇਹ ਸੋਚਦਾ ਹਾਂ ਵੀ ਹੁਣ ਦਸੰਬਰ ਵਾਲੀ ਯਾਤਰਾ ਪਹਿਲਾਂ ਉਹਨਾਂ ਨੇ ਇਸ ਪਾਸੇ ਨੂੰ ਕੱਢ ਲਿਆ ਗੇੜਾ ਗੁਜਰਾਤ ਰਾਜਸਥਾਨ ਵਾਲੇ ਪਾਸੇ ਦੀ ਇੱਧਰ ਨੂੰ ਆ ਗਏ ਹੁਣ ਕਹਿੰਦੇ ਆ ਵੀ ਉਧਰ ਪਰੇ ਦੱਖਣ ਭਾਰਤ ਵਾਲੇ ਪਾਸੇ ਨੂੰ ਪਰੇ ਨੂੰ ਜਾਣਾ ਜਦੋਂ ਆਪਾਂ ਚੜ੍ਹਦਾ ਬੰਨਾ ਉਹ ਚਿੱਤਰਾਮਜੀ ਲਾਲ ਸ਼੍ਰੀਲੰਕਾ ਵਾਲਾ ਨਹੀਂ ਨਹੀਂ ਪਰ ਜਾਣਾ ਤੇ ਚੜ੍ਹਦੇ ਬੰਦੇ ਤੋਂ ਉਧਰ ਨੂੰ ਸ਼੍ਰੀਲੰਕਾ ਤੋਂ ਦੱਖਣ ਵਾਲ ਨੂੰ ਪਰ ਘੁੰਮ ਕੇ ਦੂਸਰੇ ਪਾਸੇ ਦੀ ਜਾਣਾ ਹੁਣ ਜਿਹੜੀ ਇਹ ਪ੍ਰਕਰਮਾ ਹੋਣੀ ਆ ਤੁਸੀਂ ਦੇਖੋ ਵੀ ਇਹਦੇ ਵਿੱਚ ਵੀ ਉਹ ਸੂਬੇ ਜਿਨ੍ਹਾਂ ਸੂਬਿਆਂ ਦੇ ਵਿੱਚ ਹੋ ਸਕਦਾ ਰਾਹੁਲ ਗਾਂਧੀ ਸਾਹਿਬ ਕਦੀ ਗਏ ਨਾ ਉੱਥੋਂ ਦੇ ਲੋਕਾਂ ਨੇ ਕਦੀ ਰਾਹੁਲ ਗਾਂਧੀ ਸਾਹਿਬ ਨੂੰ ਇਦਾਂ ਦੇਖਿਆ ਨਾ ਹੋਵੇ ਜਾਂ ਰਾਹੁਲ ਗਾਂਧੀ ਸਾਹਿਬ ਨੇ ਉਹਨਾਂ ਲੋਕਾਂ ਦਾ ਉਹ ਕੰਮਕਾਰ ਜਾਂ ਉਹਨਾਂ ਦਾ ਜੀਵਨ ਪੱਧਰ ਜਾਂ ਉਹਨਾਂ ਦੇ ਰਹਿਣ ਸਹਿਣ ਦਾ ਢੰਗ ਤਰੀਕਾ ਨਾ ਦੇਖਿਆ ਹੋਵੇ ਜਦੋਂ ਉਹ ਵੇਖ ਕੇ ਲੰਘੇ ਤਾਂ ਆਪਾਂ ਕਈ ਵਾਰਾ ਜ਼ਿਕਰ ਕਰਦੇ ਹੁੰਦੇ ਹੁੰਨੇ ਵੀ ਬਹੁਤ ਸਾਰੇ ਐਸੇ ਸੂਬੇ ਨੇ ਜਾਂ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿਨ੍ਹਾਂ ਥਾਵਾਂ ਦੇ ਉੱਪਰ ਲੋਕ ਸਿਰਫ ਇਹੋ ਹੀ ਲੱਭਦੇ ਹੁੰਦੇ ਵੀ ਯਾਰ ਸਾਨੂੰ ਪਤਾ ਤੇ ਲੱਗੇ ਵੀ ਲੀਡਰ ਕਿੱਦਾਂ ਦਾ ਜਾਂ ਸਾਡੀ ਕੋਈ ਗੱਲ ਸੁਣੇ ਤੇ ਸਹੀ ਤੇ ਜੇ ਐਦਕੀ ਉਹ ਪ੍ਰਭਾਵ ਦੁਆਰਾ ਚੱਲ ਗਿਆ ਪਹਿਲੀ ਯਾਤਰਾ ਦਾ ਵੀ ਥੋੜਾ ਬਹੁਤ ਅਸਰ ਰਹਿ ਗਿਆ ਕਾਂਗਰਸ ਪਾਰਟੀ ਦੁਬਾਰਾ ਰਿਵਾਈਵ ਹੋਣ ਲੱਗ ਪਈ ਮੈਨੇ ਆਂਦਾ ਵੀ 2024 ਚ ਉਹਨਾਂ ਦੀ ਕਾਂਗਰਸ ਦੀ ਸਰਕਾਰ ਬਣ ਜਾਣੀ ਹੈ ਪਰ ਜੇ ਆਪਣੀਆਂ ਪਿਛਲੀ ਵਾਰ ਦੀਆਂ ਉਹ 45 50 55 ਸੀਟਾਂ ਤੋਂ ਵਧਾ ਕੇ ਕੋਈ 100 800 150 200 ਤੱਕ ਵੀ ਜਾ ਬੜੇ ਅਗਲੇ ਨੇ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਤੇ ਫਿਰ ਇਹ ਤੇ ਮੰਨਣਾ ਪਊਗਾ ਨਾ ਵੀ ਹਾਂ ਤੁਸੀਂ ਆਪਣੇ ਆਪ ਨੂੰ ਤਬਦੀਲ ਕੀਤਾ ਤੁਸੀਂ ਲੋਕਾਂ ਦੇ ਨੇੜੇ ਗਏ ਫਿਰ ਲੋਕ ਤੁਹਾਡੇ ਨੇੜੇ ਆਏ ਇਹਦੇ ਵਿੱਚ ਅਸੀਂ ਇੱਕ ਗੱਲ ਸਪਸ਼ਟ ਦੱਸ ਦਈਏ ਕਿ ਜਿੰਨਾ ਵੀ ਅਸੀਂ ਰਾਹੁਲ ਗਾਂਧੀ ਸਾਹਿਬ ਦਾ ਬੋਲੇ ਉਹਦੇ ਨਾਲ ਨਾ ਤਾਂ ਗਰੀਬੀ ਦੂਰ ਹੁੰਦੀ ਆ ਨਾ ਤਾਂ ਦੇਸ਼ ਦਾ ਸਿਹਤਾਲ ਢਾਂਚਾ ਸੁਧਰਦਾ ਨਾ ਉਹਦੇ ਵਿੱਚੋਂ ਕੋਈ ਵੀ ਐਜੂਕੇਸ਼ਨ ਵਾਲੇ ਪਾਸੇ ਤੋਂ ਗੱਲ ਹੁੰਦੀ ਆ ਨਾ ਪ੍ਰਦੂਸ਼ਣ ਦੀ ਗੱਲ ਐ ਇਹ ਅਸੀਂ ਸਿਆਸੀ ਗਿਣਤੀਆਂ ਮਿੰਟੀਆਂ ਦੀ ਗੱਲ ਕੀਤੀ ਆ ਹਾਂ ਇਮੇਜ ਦੀ ਗੱਲ ਹਾਂ ਇਮੇਜ ਦੀ ਗੱਲ ਕੀਤੀ ਇਹਦੇ ਨਾਲ ਜਿਹੜੀ ਦੇਸ਼ ਦੀਆਂ ਸਮੱਸਿਆਵਾਂ ਨਹੀਂ ਹੱਲ ਹੁੰਦੀਆਂ ਐਵੇਂ ਕੋਈ ਬੰਦਾ ਇਹ ਨਾ ਕਹੇ ਸਿਫਤਾਂ ਕਰਦੇ ਆ ਨਹੀਂ ਇਹਦੋਂ ਪਹਿਲਾਂ ਜਿਹੜੀ ਅਕਾਲੀ ਦਲ ਨੂੰ ਸਲਾਹ ਦਿੱਤੀ ਉਹਦੇ ਨਾਲ ਵੀ ਪੰਜਾਬ ਦਾ ਕੋਈ ਭਲਾ ਨਹੀਂ ਹੋਣਾ ਉਹ ਵੀ ਸਿਆਸੀ ਗਿਣਤੀਆਂ ਮਿੰਟੀਆਂ ਉਹ ਵੀ ਸਿਆਸੀ ਗਿਣਤੀਆਂ ਮਿੰਟੀਆਂ ਆ ਆਕਾਲੀ ਦਲ ਦੇ ਲਈ ਜੀ ਇਹ ਵੀ ਸਿਆਸੀ ਗਿਣਤੀ ਮਿੰਟਤੀ ਕਾਂਗਰ ਕੈਸੂਲੇਟਰ ਤੋਂ ਹੰਚ ਸੰਤ ਸਿੰਘ ਗੱਜਨ ਮਾਜਰਾ ਸਾਹਿਬ ਤੋਂ ਹਿਸਾਬ ਜਾ ਪੁੱਛਦੇ ਸੀਗੇ ਆਪਣੇ ਦਫ਼ਤਰ ਦੇ ਵਿੱਚ ਕਿ ਤੁਹਾਨੂੰ ਕੱਲ ਦਾ ਲਿਆਂਦਾ ਜੀ 40 ਕਰੋੜ ਰੁਪਏ ਦਾ ਉਹ ਬੈਂਕ ਵਾਲਾ ਹਿਸਾਬ ਕਿਤਾਬ ਜੀ ਦੱਸੋ ਫਿਰ ਕਾਗਜ਼ ਪੱਤਰ ਕਿਉਂਕਿ ਈਡੀ ਵਾਲੇ ਪਹਿਲਾਂ ਵੀ ਇੱਕ ਦੋ ਵਾਰੀ ਲੈ ਲੂਗਾ ਘਰੋਂ ਆ ਕੇ ਤੇ ਬਾਕੀ ਵੀ ਉਹਨਾਂ ਨੇ ਇਧਰ ਉਧਰੋ ਜਾਂਚ ਪੜਤਾਲ ਜਿਹੜੀ ਉਹ ਕਰ ਲਈ ਹੋਣੀ ਹੈ ਤੇ ਜਦੋਂ ਕਹਿੰਦੇ ਜੀ ਪੁੱਛਗਿਸ਼ ਕਰ ਰਹੇ ਸੀ ਜੋਹਨ ਸਿੰਘ ਗੱਜਨ ਮਾਜਰਾ ਹੋਰਾਂ ਤੋਂ ਅਮਰਗੜ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੁਸੀਂ ਦੇਖੋ ਕਿ ਚਰਚਾ ਬੜੀ ਸੀ ਉਹਨਾਂ ਦੀ ਉਹ ਕਹਿੰਦੇ ਸੀ 1 ਰੁਪਿਆ ਤਨਖਾਹ ਲੈਣੀ ਹੈ ਜਦੋਂ ਐਮ ਐਲ ਏ ਜਿੱਤੇ ਇਹੋ ਹਲਕਾ ਇਸ ਕਰਕੇ ਵੀ ਬੜੀ ਚਰਚਾ ਦੇ ਵਿੱਚ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਐਮਪੀ ਬਣਨ ਤੋਂ ਪਹਿਲਾਂ ਵਿਧਾਨ ਸਭਾ ਦੀ ਚੋਣ ਉੱਥੋਂ ਹੀ ਲੜੇ ਸੀ ਤੇ ਦੂਸਰੇ ਨੰਬਰ ਤੇ ਆਏ ਸੀ ਕਜਨ ਮਾਜਰਾ ਸਾਹਿਬ ਜਿੱਤ ਗਿਆ ਸੀ ਹੁਣ ਕਹਿੰਦੇ ਜੀ ਜਦੋਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਗਏ ਤੇ ਧੜਕਣ ਵੱਧ ਗਈ ਹਾਰਟ ਬੀਟ ਤੇਜ਼ ਹੋ ਗਈ ਧੜਕਣ ਵੱਧ ਗਈ ਉਹਨਾਂ ਨੂੰ ਠੀਕ ਮਹਿਸੂਸ ਨਹੀਂ ਹੋਇਆ ਘਬਰਾਹਟ ਹੋਈ ਤੇ ਉਹਨਾਂ ਨੂੰ ਮੁਹਾਲੀ ਦੇ ਇੱਕ ਹਸਪੀਟਲ ਦੇ ਵਿੱਚ ਫਿਰ ਈਡੀ ਵਾਲੇ ਲੈ ਕੇ ਗਿਆ ਕਿਉਂਕਿ ਭਾਈ ਬੰਦਾ ਦੋਸ਼ੀ ਤਾਂ ਨਹੀਂ ਕਰਾਰ ਦਿੱਤਾ। ਪੁਸ਼ਕਿਸ਼ ਹੋ ਰਹੀ ਹੈ ਦੋਸ਼ ਲੱਗਿਆ ਤੇ ਬੇਦੋਸ਼ਾ ਵੀ ਸਾਬਤ ਹੋ ਸਕਦਾ। ਤੇ ਚਾਹੇ ਦੋਸ਼ੀ ਵੀ ਸਾਬਤ ਹੋ ਗਿਆ ਬੇ ਹਸਪਤਾਲ ਹੀ ਜਾਣਾ ਹੁੰਦਾ। ਗੰਜਨ ਮਾਇਰਾ ਸਾਹਿਬ ਨੂੰ ਲੈ ਕੇ ਗਏ। ਉਹਨਾਂ ਨੇ ਕਿਹਾ ਤਾਂ ਗਾਂਹ ਲੈ ਜਾਓ ਪੀਜੀਆਈ ਲੈ ਗਿਆ ਫਿਰ। ਤੇ ਪੀਜੀਆਈ ਰੈਫਰ ਕਰ ਦਿੱਤਾ ਉੱਥੇ ਪਤਾ ਲੱਗਿਆ ਸੀ ਸ਼ੁਰੂ ਦੇ ਦੋ ਚਾਰ ਘੰਟੇ ਚ ਕਹਾਤ ਉਹਨਾਂ ਦੀ ਸਿਹਤ ਰਚ ਲੋ ਸੀ ਤਾਂ ਸਾਰਿਆਂ ਦੀ ਸਿਹਤ ਯਾਵੀ ਦੀ ਕਾਮਨਾ ਕਰਦੇ ਹੁੰਨੇ ਆ। ਹੁਣ ਗੰਜਨ ਮਾਇਰਾ ਸਾਹਿਬ ਤੋਂ ਅਗਲੀ ਪੁਸ਼ਕਿਸ਼ ਕਦੋਂ ਹੋਊਗੀ? ਅਗਲਾ ਸਟੈਪ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਕੀ ਹੋਏਗਾ ਇੱਕ ਪਾਸੇ ਤਾਂ ਨਜ਼ਰਾਂ ਉਹਦੇ ਤੇ ਟਿਕੀਆਂ ਦੂਸਰੇ ਪਾਸੇ ਇੰਜੀਨੀਅਰ ਬਨਵਿੰਦਰ ਸਿੰਘ ਗਿਆਸਪੁਰਾ ਨੇ ਉਹ ਪਾਇਲ ਹਲਕੇ ਤੋਂ ਐਮਐਲਏ ਨਿਆਮਤਮੀ ਪਾਰਟੀ ਦੇ ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਬਹੁਤ ਵੱਡੇ ਵੱਡੇ ਉਦਯੋਗਪਤੀ ਤੇ ਕਾਰੋਬਾਰੀ ਜੜੇ ਆ ਉਹਨਾਂ ਦੇ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਕਰਜ਼ੇ ਦੇ ਮਾਫ਼ ਕਰ ਦਿੱਤੇ ਪਰ ਜੇ ਇੱਕ ਸਧਾਰਨ ਕਾਰੋਬਾਰੀ ਨੇ 40 ਕਰੋੜ ਕਰਜ਼ਾ ਲੈ ਲਿਆ ਕਹਿੰਦੇ ਜਦੋਂ ਬਿਜ਼ਨਸ ਚਲਾਉਣਾ ਤਾਂ ਕਰਜ਼ਾ ਲੈਣਾ ਹੀ ਪੈਂਦਾ ਤੇ ਕਹਿੰਦੇ ਜੀ ਅਸੀਂ ਸਾਰੇ ਐਮਐਲਏ ਇਕੱਠੇ ਹੋ ਕੇ ਮੋੜ ਦਿੰਨੇ ਆ ਪਰ ਆ ਜਿਹੜੇ ਤਰੀਕੇ ਦੇ ਨਾਲ ਉਹਨੂੰ ਗ੍ਰਿਫਤਾਰ ਕੀਤਾ ਇਹ ਤਰੀਕਾ ਠੀਕ ਨਹੀਂ ਹੈ ਚਲੋ ਠੀਕ ਹੈ ਗਿਆਸਪਰਾ ਸਾਹਿਬ ਵੀ ਪਹਿਲਾਂ ਲੋਕ ਸਭਾ ਪਾਰਟੀ ਚ ਹੁੰਦੇ ਸੀ ਤੇ ਗੱਜਨ ਮਾਜਰਾ ਸਾਹਿਬ ਵੀ ਤੇ ਦੋਵੇਂ ਬੰਦੇ ਬਾਅਦ ਵਿੱਚ ਆਮ ਆਦਮੀ ਪਾਰਟੀ ਚ ਆਏ ਦੋਹਾਂ ਨੂੰ ਟਿਕਟਾਂ ਮਿਲੀਆਂ ਦੋਵੇਂ ਜਿੱਤੇ ਹੁਣ ਸੰਧਾਲੀਆ ਸਭ ਰੌਲਾ ਇਹ ਨਹੀਂ ਹੈ ਕਿ ਉਹਨਾਂ ਨੇ ਪੈਸੇ ਕਿੱਥੋਂ ਲਏ ਇਹ ਕਲੀਅਰ ਹੋਣਾ ਚਾਹੀਦਾ ਕਿ ਭਾਈ ਉਹਦੇ ਵਿੱਚ ਸ਼ਬਦ ਆ ਰਿਹਾ ਸੀ ਸਾਬਿਤ ਨਹੀਂ ਹੋਇਆ ਕਿ ਗਲਤ ਸਟਾਕ ਵਿਖਾ ਕੇ ਕਿਉਂਕਿ ਜਦੋਂ ਤੁਸੀਂ ਇਹ ਦਿਖਾਉਂਗੇ ਮੈਂ ਨਹੀਂ ਕਿੰਨੇ ਇਹਨਾਂ ਨੇ ਦਿਖਾਇਆ ਕਿ ਭਾਈ ਸਾਡਾ ਤਾਂ ਕਾਰੋਬਾਰੀ ਕੰਪਨੀ ਦਾ ਇੰਨਾ ਵੱਡਾ ਤੇ ਉਸੇ ਕਾਰੋਬਾਰ ਦੇ ਸਿਰ ਦੇ ਉੱਤੇ ਰਟਰਨਰ ਟੁਰਨਰ ਦੇ ਸਿਰ ਦੇ ਉੱਤੇ ਫਿਰ ਕਰਜ਼ਾ ਕਰਜ਼ਾ ਮਿਲਦਾ ਹੁਣ ਦੇਖਦੇ ਆ ਕੱਜਨ ਮਾਇਰਾ ਸਾਹਿਬ ਦੀ ਸਿਹਤ ਕਦੋਂ ਠੀਕ ਹੁੰਦੀ ਹੈ ਤੇ ਕਦੋਂ ਪੁਸ਼ਕੀ ਜੀ ਦਾ ਦੂਸਰਾ ਦੌਰ ਸ਼ੁਰੂ ਹੁੰਦਾ ਹੁਣ ਵੈਸੇ ਤੁਸੀਂ ਇਹ ਦੇਖੋ ਵੀ ਇਹ ਮਸਲਾ ਆਪਾਂ ਅੱਗੇ ਵੀ ਜ਼ਿਕਰ ਕੀਤਾ ਵੀ ਹੈ ਪੁਰਾਣਾ ਜੀ ਇਸ ਤੋਂ ਪਹਿਲਾਂ ਵੀ ਪੁੱਛ ਕੇ ਚੋਈ ਤੇ ਕਾਰਨ ਇਹ ਆ ਵੀ ਜਦੋਂ ਸਿਆਸਤ ਦੇ ਵਿੱਚ ਬੰਦਾ ਆ ਜਾਂਦਾ ਉਦੋਂ ਜਦੋਂ ਇਹ ਦੁਬਾਰਾ ਕੇਸ ਉੱਠਦਾ ਜਾਂ ਦੁਬਾਰਾ ਇਹੋ ਜਿਹੀ ਕੋ ਗੱਲ ਹੁੰਦੀ ਇਹਨਾਂ ਬਾਕੀ ਕੇਸਾਂ ਦੇ ਵਿੱਚ ਵੀ ਜਦੋਂ ਕਿਤੇ ਇਹੋ ਜੀ ਗੱਲ ਹੁੰਦੀ ਹੈ ਉਦੋਂ ਜ਼ਰੂਰ ਪਾਰਟੀ ਦੇ ਬੰਦੇ ਜਾਂ ਨਾਲ ਦੇ ਬੰਦੇ ਕਹਿੰਦੇ ਹੁੰਦੇ ਜੀ ਸਿਆਸੀ ਤੌਰ ਦੇ ਉੱਪਰ ਬਦਲਾਖੋਰੀ ਦੀ ਨਾਜਰੀਤੀ ਹੁਣ ਜੇ ਆਪਾਂ ਗੈਸਪ੍ਰਾ ਸਾਹਿਬ ਦੀ ਗੱਲ ਕਰੀ ਉਹਨਾਂ ਨੇ ਜਿੱਦਾਂ ਇਹ ਜ਼ਿਕਰ ਕੀਤਾ ਵੀ ਜੇ ਤੱਕ ਆ ਹੈ ਤੇ ਆਪਾਂ ਮੋੜ ਦਨੇ ਹਨ ਹੁਣ ਸੋਚਣ ਵਾਲੀ ਗੱਲ ਹੈ ਵੀ 40 ਕਰੋੜ ਤਾਂ ਬਾਕੀ ਦੇ ਬੰਦੇ ਵੀ ਕਿੱਦਾਂ ਮੋੜ ਸਕਦੇ ਜੀ 40 ਕਰੋੜ ਕੋ ਥੋੜੀ ਰਕਮ ਤਾਂ ਹੁੰਦੀ ਨਹੀਂ ਖੈਰ ਪਰ ਗੱਲ ਇਹ ਆ ਵੀ ਜੇ ਤੇ ਇਹਦੇ ਵਿੱਚ ਵਾਕਿਆ ਹੀ ਸਿਆਸਤ ਦਾ ਕਰਕੇ ਮਤਲਬ ਜਿਹੜਾ ਗੈਸਪ੍ਰਾ ਸਾਹਿਬ ਨੇ ਪੁਆਇੰਟ ਚੁੱਕਿਆ ਵੀ ਯਾਰ ਹੋਰ ਵੀ ਤਾਂ ਇੰਡੀਆ ਦੇ ਵਿੱਚ ਬ ਉਦੋਂ ਬਾਅਦ ਪਤਾ ਨਹੀਂ ਕਿੰਨਾ ਖੁੰਝ ਕੇ ਲੱਗੇ ਜਾਂ ਕਈ ਬੰਦੇ ਐਸੇ ਨੇ ਜਿਨ੍ਹਾਂ ਦੇ ਲੋਕਾਂ ਦਾ ਪਤਾ ਨਹੀਂ ਕਿੰਨਾ-ਕੰਨਾ ਛਾਕ ਲਿਆ ਤੇ ਉਦੋਂ ਬਾਅਦ ਅੰਦਰ ਬੈਠੇ ਨੇ ਉਹ ਕਹਿੰਦੇ ਵੀ ਠੀਕ ਹੈ ਯਾਰ ਜਦੋਂ ਹੋਣਗੇ ਮੋੜ ਦਿਆਂਗੇ ਇਹ ਜਿਹੜਾ ਮਰੇ ਮੁਕਰੇ ਦੇ ਇਲਾਜ ਵਾਲੀ ਗੱਲ ਆਪਣੇ ਆਮ ਪੰਜਾਬ ਚੱਲਦੀ ਹੁੰਦੀ ਆ ਇਸ ਲੈਵਲ ਤੱਕ ਦੀ ਗੱਲ ਤਾਂ ਆਮ ਆ ਕਈਆਂ ਥਾਵਾਂ ਤੇ ਪਰ ਜਦੋਂ ਇਹੋ ਜੇ ਕੇਸ ਦੇ ਵਿੱਚ ਈਡੀ ਤੱਕ ਦੀ ਜਾਂਚ ਹੋਣ ਲੱਗ ਪਈ ਜਦੋਂ ਇਹੋ ਜੀ ਗੱਲ ਜਨ ਲੱਪੇ ਤੇ ਫਿਰ ਇਹ ਗੱਲਾਂ ਉਹਨਾਂ ਦੇ ਸਾਥੀਆਂ ਵੱਲੋਂ ਕਹਿਣੀਆਂ ਲੋਕਾਂ ਨੂੰ ਕਿ ਹਾਂ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਹੈ ਬਦਲਾਖੋਰੀ ਹੈ ਉਹ ਕਈ ਵਾਰਾਂ ਆਮ ਲੋਕਾਂ ਦੇ ਮੰਨਣ ਚ ਨਾ ਆਉਣ ਘੱਟੋ ਘੱਟ ਉਹਨਾਂ ਦੀ ਪਾਰਟੀ ਦੇ ਸਪੋਰਟਰਾਂ ਦੇ ਮੰਨਣ ਜਾਂਦੇ ਹੁੰਦੇ ਆ ਵੀ ਹਾਂ ਯਾਰ ਸਾਡੇ ਲੀਡਰ ਨੂੰ ਜਾਣਬੁੱਝ ਕੇ ਤਾਂ ਕੀਤਾ ਯਾਰ ਹੁਣ ਜਿਹੜੀ ਇਹ ਜਮਾ ਘਟਾਓ ਆ ਇਸ ਜਮਾ ਘਟਾਓ ਦਾ ਜੇ ਤਾਂ ਕੋਈ ਫਾਇਦਾ ਨੁਕਸਾਨ ਨਿਕਲਦਾ ਇਹ ਤਾਂ ਜੀਸਦਕੇ ਕੀਤੀ ਜਾਣੀ ਚਾਹੀਦੀ ਹੈ ਜੇ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ ਫਿਰ ਵੀ ਜੀਸਦਕੇ ਕੀਤੀ ਜਾਣੀ ਚਾਹੀਦੀ ਹੈ ਪਰ ਜੇ ਮੰਨ ਲਓ ਵੀ ਅੱਜ ਆਪਾਂ ਇਸ ਕਿਸੇ ਮੁੱਦੇ ਨੂੰ ਚੱਕਦੇ ਆਂ ਅੱਜ ਤੋਂ 15-20 ਦਿਨਾਂ ਬਾਅਦ ਮੁੜ ਕੇ ਕਿਸ ਨੂੰ ਚੇਤਾ ਹੀ ਨਹੀਂ ਹੁੰਦਾ ਉਹੋ ਜਿਹੀ ਕਵਾਇ ਦਾ ਮੈਨੂੰ ਲੱਗਦਾ ਨਹੀਂ ਹੁੰਦਾ ਕੋਈ ਫਾਇਦਾ ਹਫਤੇ ਦੇ ਅੰਦਰ ਅੰਦਰ ਦੂਸਰੀ ਚਿੱਠੀ ਜੇਲ੍ਹ ਦੇ ਪਾਈ ਬਲਵੰਤ ਸਿੰਘ ਰਾਜੋਣਾ ਸਾਹਿਬ ਨੇ ਲਿਖਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਕबीर ਸਿੰਘ ਜੀ ਪਹਿਲਾਂ ਵੀ ਰਾਜੋਣਾ ਸਾਹਿਬ ਦੇ ਭੈਣ ਜੀ ਬੀਬੀ ਕਮਲਦੀਪ ਕੌਰ ਹੁਰੀ ਉਹ ਚਿੱਠੀ ਦੇ ਕੇ ਆਏ ਸੀ ਤੇ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਉਹ ਰਹਿਮ ਦੀ ਅਪੀਲ ਵਾਪਸ ਲੈ ਲਓ ਜੇ ਫੈਸਲਾ ਨਹੀਂ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਈ ਹੈ ਅਪੀਲ ਉਹ ਕਿਉਂਕਿ ਇੱਕ ਸਮਾਂ ਤੋਂ ਉਹ ਵੀ ਆ ਗਿਆ ਸੀ ਜਦੋਂ ਫਾਂਸੀ ਦਾ ਦਿਨ ਨਿਰਧਾਰਤ ਕਰ ਦਿੱਤਾ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜੋਣਾ ਹੋਰਾਂ ਨੂੰ ਫਾਂਸੀ ਇਸ ਦਿਨ ਨੂੰ 8 ਵਜੇ ਦਿੱਤੀ ਜਾਊਗੀ ਐਸਟੀਐਲ ਦੇ ਵਿੱਚ ਤੇ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਉੱਤੇ ਕਾਲੇ ਝੰਡੇ ਲੱਗੇ ਅਸੀ ਉਦੋਂ। ਉਦੋਂ ਫਿਰ ਰਹਿਮ ਦੀ ਅਪੀਲ ਪਾਈ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ। ਫੈਸਲਾ ਹੀ ਨਹੀਂ ਹੋ ਰਿਹਾ। ਮੇਰੇ ਖਿਆਲ 12 ਸਾਲ ਹੋ ਗਏ 12-13 ਸਾਲ। ਹੁਣ ਦੂਸਰੀ ਚਿੱਠੀ ਦੇ ਵਿੱਚ ਭਾਈ ਬਲੌਂਸਿੰਗ ਰਾਜੋਣਾ ਹੋਰਾਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੂੰ ਬੇਨਤੀ ਕੀਤੀ ਹੈ। ਉਹ ਕਹਿੰਦੇ ਜੀ ਦੇਖੋ ਨਾ ਸਿੱਖ ਪੰਥ ਨੂੰ ਤੇ ਨਾ ਮੈਨੂੰ ਇਨਸਾਫ ਦੀ ਕੋਈ ਕੇਂਦਰ ਤੋਂ ਆਸ ਤਾਂ ਹੈ ਨਹੀਂ। 12 ਸਾਲ ਹੋ ਗਿਆ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਦਾ। ਉਹਦੇ ਅਪੀਲ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਉਹ ਕਹਿੰਦੇ ਜ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਅਪੀਲ ਵਾਪਸ ਕਰਾ ਦਿਓ ਮੈਨੂੰ ਉਹ ਰਹਿਮ ਦੀ ਅਪੀਲ ਚਾਹੀਦੀ ਨਹੀਂ ਤੇ ਜੇ ਅਜੇ ਵੀ ਢਿੱਲ ਮੱਠਾ ਵਾਲਾ ਰਵਈਆ ਰਿਹਾ ਤੇ ਮੈਂ ਭੁਖੜਤਾਲ ਤੇ ਬਹਿ ਜਾਣਾ ਹੁਣ ਪਹਿਲਾਂ ਤਾਂ ਚਿੱਠੀ ਆਉਂਦੀ ਸੀ ਤੇ ਚਿੱਠੀ ਆਉਣ ਤੋਂ ਬਾਅਦ ਕਹਾਣੀ ਦੂਜੇ ਪਾਸੇ ਨੂੰ ਚਲੀ ਜਾਂਦੀ ਸੀ ਉਹ ਕੋਈ ਢਿੱਲ ਮੱਠ ਕਰਦਾ ਸੀ ਜਾਂ ਲੇਟ ਕਰਦੇ ਸੀ ਜਾਂ ਕੋਸ਼ਿਸ਼ ਕੀਤੀ ਜਾਂਦੀ ਸੀ ਕਹਾਣੀ ਕਿੱਥੇ ਹੋਵੇ ਕਿਉਂਕਿ ਇਹ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਨਹੀਂ ਕੀਤਾ ਲੱਖਾਂ ਜਿਹੜੇ ਸਸਖਤ ਕਰਾ ਕੇ ਵੀ ਰਾਜਪਾਲ ਸਾਹਿਬ ਦੇ ਨਾਲ ਹੀ ਰਾਸ਼ਟਰਪਤੀ ਸਾਹਿਬ ਨੂੰ ਭੇਜੇ ਗ੍ਰਹਿ ਮੰਤਰੀ ਸਾਹਿਬ ਤੋਂ ਸਮਾਂ ਮੰਗਿਆ ਪ੍ਰਧਾਨ ਮੰਤਰੀ ਸਾਹਿਬ ਤੋਂ ਸਮਾਂ ਮੰਗਿਆ ਕੋਸ਼ਿਸ਼ ਤਾਂ ਕਰਦੇ ਆ ਉਹ ਕਿੰਨੀ ਕੁ ਸੰਜੀਦਗੀ ਨਾਲ ਹੋ ਰਹੀ ਹੈ ਕਿੰਨੀ ਨਹੀਂ ਉਹ ਤਾਂ ਪਤਾ ਨਹੀਂ ਪਰ ਹੁਣ ਕਿਉਂਕਿ ਰਾਜਵਾਨਾ ਸਾਹਿਬ ਨੇ ਦਿਨਰ ਧਾਰਤ ਕਰ ਦਿੱਤੇ ਕਿ ਇੰਨੇ ਕ ਦਿਨ ਦਿੱਤੇ ਆ ਹੁਣ ਮੈਨੂੰ ਲੱਗਦਾ ਕਿ ਇੱਕ ਪਾਸਾ ਕਰਨਾ ਪਊਗਾ ਹਨ ਇਹ ਵੀ ਤੁਸ ਦੇਖੋ ਵੀ ਗੱਲ ਅਚਾਨਕ ਹੋਈ ਆ ਜੀ ਕਿ ਜਿ ਆਪਾਂ ਇਹ ਚਿੱਠੀ ਨਾ ਆਉਂਦੀ ਪਹਿਲੀ ਨਾ ਆਉਂਦੀ ਦੂਸਰੀ ਚਿੱਠੀ ਨਾ ਆਉਂਦੀ ਤੇ ਮੇਰਾ ਖਿਆਲ ਨੇ ਵੀ ਕਿ ਆਮ ਲੋਕਾਂ ਨੂੰ ਚਿਤਚੇਤਾ ਵੀ ਸੀ ਪੀ ਹਾਂ ਬਲਵੰਤ ਸਿੰਘ ਰਾਜਵਾਨਾ ਹੁਣੀ ਅੰਦਰ ਉਨਾਂ ਨੂੰ ਇੱਕ ਫਾਂਸੀ ਦੀ ਸਜ਼ਾ ਮਿਲੀ ਹੋਈ ਆ ਉਹਨਾਂ ਦੇ ਲਈ ਇੱਕ ਰਹਿਮ ਦੀ ਅਪੀਲ ਪਈ ਹੋਈ ਆ ਉਹਨੂੰ ਕਈ ਸਾਲ ਹੋ ਗਏ ਨੇ ਉਹਦੇ ਤੇ ਜੇ ਫੈਸਲਾ ਆਉਣਾ ਹੁਣ ਤੁਸੀਂ ਇਹ ਦੇਖੋ ਵੀ ਬਲੰਸਿੰਗ ਰਾਜਵਾਨਾ ਹਣੀ ਉਦੋਂ ਚਰਚਾ ਚ ਆਏ ਸੀ ਜਦੋਂ ਥੋੜੇ ਜਿਹੇ ਚਿਰ ਦੇ ਲਈ ਉਹਨਾਂ ਨੇ ਇੱਕ ਪੈਰੂਲ ਮਿਲਦੀ ਆ ਜਾਂ ਫਿਰ ਉਹਨਾਂ ਦੇ ਭੈਣ ਜੀ ਹਣੀ ਜਦੋਂ ਇਲੈਕਸ਼ਨ ਲੜਦੇ ਨੇ ਇੱਕ ਪੋਲੀਟੀਕਲ ਪਾਰਟੀ ਵਾਲੇ ਪਾਸਿਓਂ ਤੇ ਉਦੋਂ ਕਈ ਤਰ੍ਹਾਂ ਦੀ ਚਰਚਾ ਚੱਲ ਗਈ ਕਿ ਹਾਂਜੀ ਇੱਕ ਪੋਲੀਟੀਕਲ ਪਾਰਟੀ ਨਾਲ ਉਹ ਕਿਉਂ ਜੁੜੇ ਫਿਰ ਉਹਨਾਂ ਦੇ ਇੱਕ ਦੋ ਬਿਆਨ ਵੀ ਜਦੋਂ ਉਸ ਪੋਲੀਟੀਕਲ ਪਾਰਟੀ ਦੇ ਹੱਕ ਚ ਆਏ ਉਦੋਂ ਵੀ ਕਈ ਨਿਊਟਰ ਲੋਕਾਂ ਨੇ ਇਸ ਚੀਜ਼ ਦੇ ਉੱਪਰ ਵਿਚਾਰ ਕੀਤਾ ਸੀ ਵੀ ਧਿਰ ਨਹੀਂ ਬਣਨਾ ਚਾਹੀਦਾ ਪਰ ਚਲੋ ਖੈਰ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੋ ਸਕਦੀ ਹੈ ਉਹਨਾਂ ਨੂੰ ਲੱਗਦਾ ਹੋ ਸਕਦਾ ਹੈ ਵੀ ਅਸੀਂ ਉਸ ਪਾਰਟੀ ਦੇ ਨਾਲ ਜੁੜੇ ਹਾਂ ਜਾਂ ਸਾਨੂੰ ਲੱਗਦਾ ਵੀ ਉਹ ਉਸ ਹਾਵਨਾ ਸੀ ਚੱਲਣਾ ਹੁਣ ਗੱਲ ਇਹ ਆ ਕਿ ਉਹ ਸਾਰੀਆਂ ਚੀਜ਼ਾਂ ਇੱਕ ਉਤਰਾ ਚੜਾ ਆ ਜਾਂਦੀਆਂ ਤੁਸੀਂ ਉਹ ਠੀਕ ਜ਼ਿਕਰ ਕੀਤਾ ਵੀ ਜਦੋਂ ਤੇ ਆਮ ਲੋਕਾਂ ਨੂੰ ਲੱਗਣ ਲੱਗ ਪਿਆ ਸੀ ਵੀ ਯਾਰ ਆ ਕੀ ਲੋੜਾ ਮਾਰਦਣ ਲੱਗੇ ਹੋ ਤੁਸੀਂ ਤੇ ਉਦੋਂ ਕਾਲੇ ਝੰਡੇ ਲੱਗ ਪਏ ਤੇ ਮਤਲਬ ਆਮ ਬੰਦਾ ਵੀ ਹੱਕ ਚ ਆ ਗਿਆ ਵੀ ਇਹ ਲੋੜਾ ਨਾ ਮਾਰਿਓ ਤਾਂ ਹੀ ਜਾ ਕੇ ਅਪੀਲ ਪਈ ਅਚਾਨਕ ਜਦੋਂ ਇੱਕ ਧਿਰ ਵਾਲੇ ਪਾਸੇ ਖੜਦੇ ਨੇ ਉਦੋਂ ਬਹੁਤ ਸਾਰੇ ਲੋਕ ਪਿੱਛੇ ਅੜ ਜਾਂਦੇ ਨੇ ਨਹੀਂ 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 ਵੀ ਇਹ ਗੱਲ ਠੀਕ ਨਹੀਂ ਹੈਗੀ ਹੁਣ ਮੈਨੂੰ ਲੱਗਦਾ ਦੁਬਾਰਾ ਉਹ ਗੱਲ ਫਿਰ ਉੱਥੇ ਆ ਗਈ ਨਿਊਟਰਲ ਦੇ ਤੌਰ ਤੇ ਕਿ ਜਦੋਂ ਇੱਕ ਚਿੱਠੀ ਆਉਂਦੀ ਹੈ ਤੇ ਉੱਥੇ ਉਹ ਜ਼ਿਕਰ ਕਰ ਦਿੰਦੇ ਵੀ ਤੁਸੀਂ ਉਹ ਰਹਿਮ ਦੀ ਅਪੀਲ ਵਾਪਸ ਲੈ ਲਓ ਜੀ ਮੈਨੂੰ ਲੋੜ ਨਹੀਂ ਹੈਗੀ ਉਹਦੀ ਨਹੀਂ ਤਾਂ ਮੈਂ ਭੁਖੜ ਹੜਤਾਲ ਤੇ ਚਲੇ ਜਾਣਾ ਹੁਣ ਹੋ ਸਕਦਾ ਪਈ ਉਹ ਜਿਹੜੇ ਬੰਦੇ ਉਦੋਂ ਕਿਸੇ ਧਿਰ ਦੇ ਤੌਰ ਤੇ ਵੀ ਸੋਚਦੇ ਨੇ ਅੱਜ ਉਹ ਫਿਰ ਉਹ ਨਿਊਟਰਲ ਹੋ ਗਏ ਸੋਚਦੇ ਨੇ ਨਹੀਂ ਯਾਰ ਇਹ ਤਾਂ ਗੱਲ ਗਲਤ ਆ ਇੱਕ ਬੰਦਾ ਜੇ ਇਨੇ ਦਹਾਕਿਆਂ ਤੋਂ ਅੰਦਰ ਬੰਦ ਆ ਅਜੇ ਤ ਸਜ਼ਾ ਕਿਸ ਨੂੰ ਹੋ ਸਕਦੀ ਵੀ ਮੰਨ ਲਓ ਕਿਸ ਨੂੰ 10 ਸਾਲ ਹੈ ਕਿ ਨੂੰ 15 ਸਾਲ ਹੈ 20 ਸਾਲ ਹੈ ਉਹਨੂੰ ਪਤਾ ਲੱਗ ਗਿਆ ਮੈਂ 18 ਸਾਲ ਭੁੱਤ ਨਹੀਂ 2 ਸਾਲ ਰਹਿ ਗਏ ਛੁੱਟ ਜਾਾਂਗੇ ਪਰ ਜੇ ਮੰਨ ਲਓ ਅਗਲੇ ਨੂੰ ਸਜ਼ਾ ਹੀ ਇਹ ਹੋਵੇ ਪਰ ਤੈਨੂੰ ਫਾਂਸੀ ਦੇਣੀ ਹੈ ਪਰ ਉਹਨੂੰ ਇਹ ਨਾ ਪਤਾ ਹੋਵੇ ਕਿ ਅੱਜ ਰਾਤ ਨੂੰ ਦੇ ਦੇਣੀ ਹੈ ਕਿ ਕੱਲ ਸਵੇਰੇ ਦੇ ਦੇਣੀ ਹੈ ਤੇ ਇਹ ਅੱਜ ਰਾਤ ਨੂੰ ਤੇ ਕੱਲ ਸਵੇਰ ਕਰਦਿਆਂ ਕਰਦਿਆਂ ਕਈ ਦਹਾਕੇ ਨਿਕਲ ਜਾਣ ਜੀ ਉਹ ਜਿਹੜੀ ਇੱਕ ਮਾਨਸਿਕ ਪੀੜਾ ਉਹ ਜ਼ਰੂਰ ਮਹਿਸੂਸ ਕੀਤੀ ਜਾਣੀ ਚਾਹੀਦੀ ਨਹੀਂ ਬਿਲਕੁਲ ਠੀਕ ਹੈ ਸੰਧਾਲੀਆ ਸਭ ਤੋਂ ਹੀ ਹੁਣ ਆਪਾਂ ਇਧਰ ਸਿੱਧਾ ਇਜ਼ਰਾਈਲ ਵਾਲੇ ਪਾਸੇ ਜਾਣਾ ਗਾਜ਼ਾ ਪੱਟੀ ਵਾਲੇ ਪਾਸੇ ਜਿੱਥੇ ਇੱਕ ਮਹੀਨਾ ਮੁਕੰਮਲ ਹੋ ਗਿਆ ਉਹ جنگ ਸ਼ੁਰੂ ਹੋਈ ਨਹੀਂ ਪਹਿਲਾਂ ਗਾਜ਼ਾ ਪੱਟੀ ਦੇ ਵਿੱਚ ਹਮਾਸ ਜਥੇਬੰਦੀ ਨੇ ਗਾਜ਼ਾ ਪੱਟੀ ਦੇ ਵਿੱਚੋਂ ਜਿਸ ਤਰੀਕੇ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ ਐਦ ਕੀ ਪਹਿਲ ਕਦਮੀ ਹਮਾਸ ਵਾਲਿਆਂ ਨੇ ਕੀਤੀ ਇਤਿਹਾਸਿਕ ਤੌਰ ਦੇ ਉੱਤੇ ਆਪਾਂ ਖੂ ਪੱਟਾਂ ਵਾਲਾ ਆਪਿਆ ਤਾਂ ਕਸੂਰ ਕਈਆਂ ਦਾ ਨਿਕਲਦਾ ਤੇ ਉਹਦੇ ਵਿੱਚ ਸੈਂਕੜੇ ਬੰਦੇ ਇਜ਼ਰਾਈਲ ਦੇ ਮਾਰੇ ਵੀ ਗਏ ਕੁਝ ਨੂੰ ਬੰਧਕ ਬਣਾ ਕੇ ਲੈ ਗਏ ਤੇ ਫਿਰ ਇਜ਼ਰਾਈਲ ਨੇ ਹਮਲਾ ਕਰ ਦਿੱਤਾ ਹੁਣ ਸੰਧਾਲੀਆਂ ਸਭ ਗਾਜ਼ਾ ਪੱਟੀ ਬਿਲਕੁਲ ਦੋ ਹਿੱਸਿਆਂ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਹਿੱਸਾ ਇਜ਼ਰਾਈਲੀ ਫੌਜ ਦੇ ਘੇਰੇ ਦੇ ਵਿੱਚ ਹੈ ਉੱਤਰੀ ਸੱਜ ਨੂੰ ਕਹਿੰਦਾ ਹੈ ਤੇ ਦੂਸਰਾ ਦੱਖਣੀ ਹਿੱਸਾ ਜਿਹੜਾ ਕਿ ਗਾਜ਼ਾ ਪੱਟੀ ਦਾ ਮਿਸਰ ਦੇ ਨਾਲ ਲੱਗਦਾ ਏਜੀਪਟ ਦੇ ਨਾਲ ਉਹ ਜੇ ਹਮਾਸ ਦੇ ਕੰਟਰੋਲ ਚ ਲਾ ਲਓ ਜਿਹਦੇ ਮਰਜ਼ੀ ਲਾ ਲਓ ਉੱਤਰੀ ਹਿੱਸੇ ਦੇ ਵਿੱਚੋਂ ਤਕਰੀਬਨ 12 ਲੱਖ ਲੋਕ ਉਹ ਆਪੋ ਆਪਣੇ ਘਰ-ਬਾਰ ਛੱਡ ਕੇ ਦੱਖਣੀ ਹਿੱਸੇ ਜਾ ਚੁੱਕੇ ਆ ਕਿਉਂਕਿ ਇਜ਼ਰਾਈਲ ਨੇ ਸਿੱਧਾ ਕਹਿਤਾ ਸੀ ਜਿਹੜਾ ਤਾਂ ਆਮ ਬੰਦਾ ਉੱਤਰੀ ਹਿੱਸਾ ਛੱਡ ਕੇ ਚਲੇ ਜਾਓ ਇਹ ਉਹੀ ਉੱਤਰੀ ਹਿੱਸਾ ਜਿੱਥੇ ਬਹੁਤ ਸਾਰੀਆਂ ਸਰੰਗਾਂ ਨੇ ਜਿੱਥੇ ਹਮਾਸ ਜਿੱਥੇ ਬੰਦੀ ਦਾ ਹੈੱਡਕੁਆਰਟਰ ਹੈ ਜਿੱਥੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਲੜਾਕੇ ਰਹਿੰਦੇ ਆ ਇਹ ਇ ਹੁਣ 3 ਲੱਖ ਫੌਜ ਨੇ ਘੇਰਾ ਪਾਇਆ 12 ਲੱਖ ਲੋਕ ਜਿਹੜੇ ਘਰ-ਬਾਰ ਛੱਡ ਕੇ ਦੱਖਣੀ ਹਿੱਸੇ ਚਲੇ ਗਏ ਕਿਉਂਕਿ ਆਪਣੇ ਲਈ ਇੱਕ ਬਹੁਤ ਛੋਟੀ ਗੱਲ ਹੈ ਜਿਉ ਉਹ ਫਿਰ ਨਾ ਜਦੋਂ ਇਜ਼ਰਾਈਲ ਨੇ ਚੇਤਾਵਨੀ ਦਿੱਤੀ ਤਾਂ 10-12 ਲੱਖ ਲੋਕਾਂ ਨੇ ਆਪਣਾ ਘਰ ਛੱਡਤਾ ਉਹ ਦੱਖਣੀ ਗਾਜ਼ਾ ਚਲੇ ਗਏ ਕਿੱਥੇ ਚਲੇ ਗਏ ਪਹਿਲੀ ਗੱਲ ਮੈਨੂੰ ਮੇਰੇ ਘਰ ਦੇ ਵਿੱਚੋਂ ਤੁਸੀਂ ਕਹੋ ਤੁਹਾਨੂੰ ਤੁਹਾਡੇ ਘਰ ਦੇ ਵਿੱਚੋਂ ਮੈਂ ਕਹਾ ਕਿ ਭਾਈ ਸਵੇਰ ਤੱਕ ਚਲੇ ਜਾਓ ਨਹੀਂ ਤੇ ਇੱਥੇ ਬੰਬ ਡੇਗ ਸਕਦਾ ਤੁਸੀਂ ਚਲੇ ਜਾਓਗੇ ਬੰਬ ਤੋਂ ਬਚ ਜਾਓਗੇ ਪਰ ਅੱਗੋਂ ਕੀ ਜਾਣਾ ਕਿੱਥੇ ਹੈ ਰਹਿਣਾ ਕਿੱਥੇ ਹੈ ਖਾਣਾ ਕੀ ਹੈ ਪਾਣੀ ਕਿੱਥੋਂ ਪੀਣਾ ਹੈ ਥੋਡੇ ਨਾਲ ਬੱਚੇ ਨੇ ਥੋਡੇ ਨਾਲ ਬਜ਼ੁਰਗ ਨੇ ਉਹਨਾਂ ਬਜ਼ੁਰਗਾਂ ਦੀਆਂ 20 ਤਰ੍ਹਾਂ ਦੀਆਂ ਲੋੜਾਂ ਨੇ ਦਵਾਈਦਾਰ ਉਹ ਸਿਰ ਟਿਕਣ ਨੂੰ ਛੱਤ ਨਹੀਂ ਅੱਗੋਂ ਠੰਡ ਆਉਣ ਵਾਲੀ ਐ ਤੁਸੀਂ ਦਾਣੇ ਵਾਲੇ ਡਰਮ ਤਾਂ ਉੱਥੇ ਛੱਡ ਆਏ ਗੈਸ ਸਿਲੰਡਰ ਤਾਂ ਉੱਥੇ ਛੱਡ ਆਏ ਦਾਣਾ ਤਾਂ ਉੱਥੇ ਛੱਡ ਆਏ ਲਾਈਟਰ ਤਾਂ ਉੱਥੇ ਛੱਡ ਆਏ ਤੀਲਾ ਦੀ ਡੱਬੀ ਤਾਂ ਉੱਥੇ ਛੱਡ ਆਏ ਬਾਲਣ ਤੁਹਾਡੇ ਕੋਲੇ ਕੋਈ ਨਹੀਂ ਭਾਂਡਾ ਢਿੰਡਾ ਤੁਹਾਡੇ ਕੋਲੇ ਕੋਈ ਨਹੀਂ ਉਹ 12 ਲੱਖ ਲੋਕ ਜਦੋਂ ਬਹੁਤੀ ਦੁਨੀਆ ਤੋਂ ਜੇ ਮਨੁੱਖੀ ਸਹਾਇਤਾ ਵੀ ਉਹਨੂੰ ਤੱਕ ਨਹੀਂ ਅਪੜਈ ਜੇ ਤਾਂ ਯੂਨੋ ਦੇ ਅਧਿਕਾਰ ਹੀਟ ਹੋਵੇ ਜੇ ਬਹੁਤ ਸਾਰੇ ਦੇਸ਼ ਉੱਥੇ ਸਹਾਇਤਾ ਦਿੰਦੇ ਵਰਦਾ ਡਾਕਟਰੀ ਸਾਹਿਬ ਅਭੀ ਆਜ ਵੀ ਚਾਹੇ ਉਹ ਵੀ ਹਾਲਾਤ ਬਹੁਤੇ ਚੰਗੇ ਨਹੀਂ ਹੁੰਦੇ ਪਰ ਉਹਨਾਂ 12 ਲੱਖ ਲੋਕਾਂ ਦਾ ਕਸੂਰ ਕੀ ਹੈ ਜੋ ਲੜਾਕੇ ਹੁਣ ਤਾਂ ਭੱਜਣ ਹੀ ਨਾ ਹੁਣ ਸੰਧਾਲੀਆ ਸਭ ਜਰਨੈਲ ਲੜਾਈਆਂ ਲੜਦੇ ਆ ਉਹਨਾਂ ਦੀਆਂ ਇੱਛਾਵਾਂ ਹੁੰਦੀਆਂ ਕਿ ਅਸੀਂ ਆ ਕਰਨਾ ਸੀ ਉਹ ਕਰਨਾ ਆਮ ਬੰਦੇ ਦੀ ਇੱਛਾ ਅੱਛਾ ਕੋਈ ਨਹੀਂ ਦੀ ਲੜਨ ਦੀ ਕਦੀ ਇੱਛਾ ਮਸੀਂ ਤਾਂ ਥੀਲਾ ਥੀਲਾ ਜੋੜ ਕੇ ਘਰ ਬਣਦੇ ਆ ਉੱਪਰੋਂ ਅਜੇ ਵੀ ਦੇਸ਼ ਜਿਹੜਾ ਆਪੋ ਆਪਣੀ ਖਾਣਾ ਪੂਰਤੀ ਕਰ ਰਿਹਾ ਹੈ ਮਹੀਨਾ ਇੱਕ ਲੜਾਈ ਨਾ ਰੁਕੇ ਇਜ਼ਰਾਈਲ ਕਿਤੇ ਐਡਾ ਵੱਡਾ ਗਾਜ਼ਾ ਪੱਟੀ ਵਾਲੇ ਹਮਾਸ ਵਾਲੇ ਕਿਤੇ ਇੰਨੇ ਹੀ ਤਾਕਤਵਰ ਨੇ ਕਿ ਦੁਨੀਆ ਦੇ ਪ੍ਰਭਾਵ ਵੇਖਣਾ ਹੁਣ ਰੂਸ ਆਪਣੇ ਹਿਸਾਬ ਨਾਲ ਗੱਲਾਂ ਕਰਦਾ ਅਮਰੀਕਾ ਆਪਣੇ ਹਿਸਾਬ ਨਾਲ ਗੱਲਾਂ ਕਰਦਾ ਚੀਨ ਆਪਣੇ ਹਿਸਾਬ ਨਾਲ ਗੱਲਾਂ ਕਰਦਾ ਹਰ ਇੱਕ ਧਿਰ ਉਹਦੇ ਵਿੱਚੋਂ ਲਾਹਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਤਾਂ ਇਰਾਨ ਦੇ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਟੈਲੀਫੋਨ ਕੀਤਾ ਕਿ ਤੁਸੀਂ ਕੋਸ਼ਿਸ਼ ਕਰੋ ਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਸਬੰਧ ਭਾਰਤ ਦੇ ਜਿਹੜੇ ਉਧਰਲੇ ਪਾਸੇ ਵਧੀਆ ਨੇ ਤੇ ਦੇਖਦੇ ਹੁਣ ਇਧਰਲੇ ਪਾਸੇ ਸਟੈਪ ਕੀ ਲਿਆ ਜਾਂਦਾ ਹੈ ਹੁਣ ਤੁਸੀਂ ਇਹ ਦੇਖੋ ਵੀ ਜਿੱਥੇ ਤੁਸੀਂ ਇਹ ਤਾਂ ਗਿਆ ਨਾ ਵੀ ਉਹ ਬੰਦੇ ਜਾਣਗੇ ਕਿੱਥੇ ਹੁਣ ਮੈਂ ਸੋਚਦਾ ਵੀ ਜੇ ਉਹ ਜਾਣਗੇ ਕਿੱਥੇ ਵਾਲੀ ਗੱਲ ਹੋਵੇ ਤੇ ਚਲੋ ਜੇ ਮਿਸਰ ਵਾਲੇ ਪਾਸੇ ਵੀ ਲੰਘ ਜਾਣ ਤੇ ਅਗਲੇ ਕਹਿਣ ਵੀ ਯਾਰ ਅਸੀਂ ਉਸ ਏਰੀਏ ਚ ਆ ਗਏ ਜਿੱਥੇ ਲੜਾਈ ਹੈ ਨਹੀਂ ਮੈਂ ਨਾ ਉਹ ਗਏ ਵੀ ਉੱਥੇ ਜਿੱਥੇ ਜੇ ਲੜਾਈ ਹੈਗੀ ਹੁਣ ਗਾਜ਼ਾ ਪੱਟੀ ਦਾ ਮੰਨ ਲਓ ਅਗਲੇ ਨੇ ਅੱਜ ਇੱਕ ਸਟੇਟਮੈਂਟ ਹੀ ਸੀ ਨਾ ਵੀ ਉੱਤਰੀ ਹਿੱਸਾ ਖਾਲੀ ਕਰ ਦਿਓ ਮੰਨ ਲਓ ਅਜਰਾਦ ਨੂੰ ਅਗਲੇ ਕਹਿਣ ਵੀ ਹਾਂ ਯਾਰ ਦੱਖਣੀ ਹਿੱਸਾ ਵੀ ਖਾਲੀ ਕਰ ਦਿਓ ਫੇਰ ਮੈਂ ਇੱਕ ਬੇਨਤੀ ਕਰਾਂ ਜੇ ਮੈਨੂੰ ਆਗਿਆ ਦੇਓ ਹਾਂ ਜਿੱਧਰਲੇ ਪਾਸੇ ਉਹ ਨਾ ਇਹ ਉਹ ਰਾਫਾ ਵਾਡਰ ਮਿਸਰ ਦਾ ਜਿਹੜਾ ਉਹਨਾਂ ਨੇ ਖੋਲਿਆ ਜੇ ਉਹ ਦੱਖਣੀ ਹਿੱਸੇ ਦੇ ਵਿੱਚੋਂ ਮੰਨ ਲਓ ਮਿਸਰ 'ਚ ਚਲੇ ਵੀ ਜਾਣ ਉਹਨਾਂ ਨੇ ਬੇਨਤੀ ਪਤਾ ਕੀ ਕੀਤੀ ਸੀ ਪਿੱਛੇ ਜੇ ਸਾਨੂੰ ਜਿਹੜਾ ਤੁਹਾਡਾ ਮਾਰੂਥਲ ਹੈ ਉੱਥੇ ਹੀ ਰਹਿਣ ਨੂੰ ਦੇ ਦਿਓ ਯਾਨੀ ਜੇ ਉਹ ਚਲੇ ਗਿਆ ਤੇ ਇੱਕ ਜੰਗ ਹੋਰ ਉਹਨਾਂ ਦੇ ਸਾਹਮਣੇ ਆ ਨਾ ਉੱਥੇ ਪੀਣ ਨੂੰ ਪਾਣੀ ਹੈ ਨਾ ਖਾਣ ਨੂੰ ਰੋਟੀ ਹੈ ਤੇ ਨਾ ਫਸਲ ਵੜੀ ਹੋ ਸਕਦੀ ਹੈ ਮੈਂ ਤਾਂ ਹੀ ਕਿਹਾ ਵੀ ਹੁਣ ਉੱਥੇ ਸਿਰਫ ਇੱਕੋ ਉਹਨਾਂ ਨੂੰ ਸਹੂਲਤ ਹੋ ਸਕਦੀ ਹੈ ਵੀ ਯਾਰ ਉੱਪਰੋਂ ਬੰਬ ਨਹੀਂ ਡਿੱਗੂਗਾ ਹਾਂ ਥੱਲੇ ਵੀ ਆਪਣਾ ਜੀਵਨ ਕਿਦਾਂ ਤੁਰਨਾ ਹੈ ਵੇਖੋ ਖੋਖਲਾ ਬੰਬ ਡਿੱਗੂਗਾ ਉਹ ਸਵਾਲ ਇਹ ਆ ਵੀ ਤੁਸੀਂ ਦੇਖੋ ਵੀ ਉਹ ਉਹ ਜਿਹੜਾ ਵੀ ਹਿੱਸਾ ਜਿਸ ਹਿੱਸੇ ਦੇ ਵਿੱਚ ਉਹ ਲੱਖਾਂ ਲੋਕ ਇਦੋਂ ਆਪਾਂ ਇਦਾਂ ਸਮਝੀਏ ਜੀ ਕਿ ਉਹ ਨਹੀਂ ਸਮਝ ਆਉਂਦੀ ਵੀ ਆਪਾਂ ਮੰਨ ਕੇ ਚੱਲੀਏ ਵੀ ਜਿੱਦਾਂ ਭੇਡਾਂ ਦਾ ਵਾੜਾ ਕਿਨੇ ਦੇਖਿਆ ਬੱਕਰੀਆਂ ਦਾ ਵਾੜਾ ਉਹ ਜਿਹੜਾ ਇਜੜ ਹੁੰਦਾ ਅਚਾਨਕ ਤੁਸੀਂ ਉਹਨੂੰ ਖੋਲ ਦੇ ਦਿਓ ਤੁਸੀਂ ਐ ਕਿਸੇ ਪਾਸੇ ਨੂੰ ਠੇਲ ਦਿਓ ਉਹ ਕਿੱਥੇ ਜਾਂਦਾ ਵਿਚਾਰਾ ਜਾਂ ਕਿਧਰ ਉਹਨੂੰ ਤੁਸੀਂ ਧੱਕ ਦਿੰਦੇ ਹੋ ਇਹਦਾ ਮਤਲਬ ਇਹ ਹੋ ਗਿਆ ਵੀ ਉਹਨਾਂ ਦੀ ਕੋਈ ਸੇ ਨਹੀਂ ਆ ਵੀ ਤੁਸੀਂ ਇੱਕ ਡੰਡਾ ਫੇਰਿਆ ਉਸ ਬਾਅਦ ਤੁਸੀਂ ਉਹਨੂੰ ਕੱਢਤਾ ਸੇਮ ਚੀਜ਼ ਇੱਥੇ ਹੋਈ ਹੁਣ ਇੱਕ ਗੱਲ ਤੇ ਕਲੀਅਰ ਆ ਵੀ ਕਦੀ ਇਰਾਨ ਵਾਲਿਆਂ ਨੇ ਆਖਿਆ ਕਦੀ ਉਹਦੇ ਨਾਲ ਦੇ ਸਾਥੀ ਨੇ ਆਖਿਆ ਵੀ ਵੇਖੋ ਕਿਤੇ ਤੁਸੀਂ ਇਦਾਂ ਕੀਤਾ ਤਾਂ ਅਸੀਂ ਤੁਹਾਨੂੰ ਵੇਖ ਲਵਾਂਗੇ ਉਹ ਜਿਹੜੇ ਦਬਕੇ ਸੀ ਉਹਨਾਂ ਦਾ ਕਹਿੰਦਾ ਜਵਾਬ ਇਜ਼ਰਾਈਲ ਨੇ ਦਿੱਤਾ ਨੁਕਸਾਨ ਕਿਹਦਾ ਹੋ ਗਾਜ਼ਾ 'ਚ ਰਹਿਣ ਵਾਲੇ ਲੋਕਾਂ ਦਾ ਏਦੋਂ ਪਹਿਲਾਂ ਅਮਰੀਕਾ ਨੇ ਗੇੜਾ ਮਾਰ ਲਿਆ ਉਹ ਯੂਕੇ ਵਾਲੇ ਆ ਗਏ ਜੀ ਕੋਈ ਬਾਕੀਆਂ ਨੇ ਕਹਿੰਦਾ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਆ ਉਸ ਤੜੱਚ ਆ ਕੇ ਜੇ ਪੰਜ ਚਾਰ ਪਟਾਕੇ ਹੋਰ ਚਲਾਏ ਹੋਣਗੇ ਨੁਕਸਾਨ ਕਿਹਦਾ ਹੋਇਆ ਹੋਊਗਾ ਗਾਜ਼ਾ ਵਾਲਿਆਂ ਦਾ ਉੱਥੇ ਆਮ ਲੋਕਾਂ ਦਾ ਜੀ ਹੁਣ ਸਵਾਲ ਇਹ ਆ ਵੀ ਉਹ ਜਿਹੜੀ ਧਰਤੀ ਆ ਉਹਦਾ ਜਿਹੜਾ ਟੋਟਾ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਹ ਜਾਦੇ ਉਹਦੇ ਤੋਂ ਤੁਸੀਂ 10 ਫੁੱਟ ਥੱਲੇ ਵੀ ਵੇਖੋ ਵੀ ਯਾਰ ਇੱਥੇ ਕੀ ਆ ਉਹ ਤੇ ਪਤਾ ਨਹੀਂ ਵੀ ਹਾਂ ਉਹਦੇ ਉੱਪਰ ਉੱਪਰ ਇੱਕ ਲੀਕ ਮਾਰ ਕੇ ਅਸੀਂ ਆਪੋ ਆਪਣੀਆਂ ਲੜਾਈਆਂ ਲੜੀ ਜਾਂਦੇ ਆ ਤੇ ਉਹਦੇ ਤੇ ਵੀ ਆਪਣੇ ਲੋਕਾਂ ਨੂੰ ਭੇਡਾਂ ਬੱਕਰੀਆਂ ਨੂੰ ਕਰੀ ਇੱਧਰ ਨੂੰ ਕਰੀ ਉੱਧਰ ਨੂੰ ਲੈ ਕੇ ਚਲੇ ਜਾਂਦੇ ਆ ਇਹ ਜਿਹੜੀ ਬੰਦੇ ਦੀ ਆਪੋ ਆਪਣੀ ਸੰਕਿਆ ਨਾ ਐਦਾ ਲੀਡਰਾਂ ਦੀ ਸੰਕਿਆ ਨਾ ਕਿਸੇ ਦਿਮਾਗ 'ਚ ਕੋਸ਼ ਆ ਜਾਂਦਾ ਕਿਸੇ ਦਿਮਾਗ 'ਚ ਕੋਸ਼ ਆ ਜਾਂਦਾ ਉਹਦਾ ਵੀ ਕੋਈ ਨਾ ਕੋਈ ਇਲਾਜ ਕਰ ਲੋ ਯਾਰ ਵੈਸੇ ਪਤਾ ਨਹੀਂ ਕਿਹੜੀ ਕਿਹੜੀ ਮਜ਼ਾਇਲ ਬਣਾ ਲਈ ਤੇ ਕਿਹੜੀ ਕਿਹੜੀ ਬਿਮਾਰੀ ਦੀ ਗੋਲੀ ਬਣਾ ਲਈ ਇਹਦੀ ਕੋਈ ਦਵਾਈ ਹੈ ਨਹੀਂ ਸੰਧਾਲੀਆ ਸਾਹਿਬ ਮੈਂ ਪਿਛਲੇ ਦਿਨੀ ਇੱਕ ਸੈ ਬੜੇ ਐਕਸਪਰਟ ਲੋਕ ਸਿਆਣੇ ਲੋਕ ਜਾਗਦੇ ਸਿਰਾਂ ਵਾਲੇ ਲੋਕ ਉੱਥੇ ਆਏ ਤੇ ਉਹਨਾਂ ਨੇ ਇੱਕ ਖਾਕਾ ਜਿਹਾ ਬਣਾ ਕੇ ਦੱਸਿਆ ਕਿ ਪੰਜਾਬ ਦੇ ਵਿੱਚ ਐਸ ਬਲੇ ਸਿਰਫ 5% ਦੀ ਜੰਗਲ ਹੈ ਆਈਡੀਅਲ ਸਿਚੁਏਸ਼ਨ ਆਦਰਸ਼ ਸਥਿਤੀ ਹੈ ਕਿ 33% ਦੀ ਜੰਗਲ ਚਾਹੀਦਾ ਜੇ ਤੁਸੀਂ ਕੁਦਰਤ ਦੇ ਨਾਲ ਬੈਲੈਂਸ ਬਣਾ ਕੇ ਰੱਖਣਾ ਚੰਗੇ ਤਰੀਕੇ ਫਰਾਫਤਾ ਉਫਤਾ ਘਾਟ ਆਉਂਦੀਆਂ ਸਾਡੇ ਕੋਲੇ ਪੰਜ ਜਾਂ ਸਿਰਫ 28% ਦੀ ਘਟਦਾ ਚਲੋ ਕੋਈ ਗੱਲ ਨਹੀਂ ਹਮ ਅਜੇ ਕੋਈ ਗੱਲ ਨਹੀਂ ਅ ਨਹੀਂ ਫਿਰ ਮੈਂ ਇਹੀ ਕਹਿ ਸਕਦਾ ਤੁਸੀਂ ਕੋਲ ਬੈਠੇ ਹੋ ਮੈਂ ਬਹੁਤਾ ਨਹੀਂ ਨਾ ਬੋਲ ਸਕਦਾ ਮੈਂ ਦੱਸੋ ਮੈਂ ਵੜਾਇਆ ਜੰਗਲ ਤੁਹਾਡੇ ਵਰਗਿਆਂ ਨੇ ਕਮਾਲ ਹੋ ਗਈ ਵੀ ਮੈਂ ਵਰਪਣ ਆ ਵੀ ਮੈਂ ਚੰਦਨ ਦੀ ਤਸਕਰੀ ਕਰ ਲਿਆ 18 ਸਾਲ ਪਹਿਲਾਂ ਉੱਤਰ ਪ੍ਰਦੇਸ਼ ਉਦੋਂ ਹੁੰਦਾ ਸੀ ਤੇ ਅੱਜ ਉੱਤਰਾਖੰਡ ਹੈ ਤੇ ਉਸ ਉੱਤਰਾਖੰਡ ਦੇ ਵਿੱਚ ਚਿਪਕੋ ਅੰਦੋਲਨ ਚੱਲਿਆ ਸੀ ਚਿਪਕੋ ਅੰਦੋਲਨ ਵੈਸੇ ਤੋਂ 1970 ਤੋਂ ਲੈ ਕੇ 78-79 ਤੱਕ ਚੱਲਦਾ ਰਿਹਾ ਪਰ 1972-73 ਜਿਹੜਾ ਨਾ ਉਹਦਾ ਸਿਖਰ ਸੀ ਜਦੋਂ ਉਹ ਕੰਮ ਸ਼ੁਰੂ ਹੋ ਗਿਆ ਸੀ ਕੁਦਰਤੀ ਆਫਤ 1970 ਕੇ ਦੇ ਵਿੱਚ ਆਈ ਉੱਥੋਂ ਦੇ ਲੋਕਾਂ ਨੇ ਮਹਿਸੂਸ ਕਰ ਲਿਆ ਹਿਮਾਲੇ ਵਾਲੇ ਲੋਕਾਂ ਨੇ ਕਿ ਨਹੀਂ ਪਾਈ ਇੱਥੇ ਸਾਨੂੰ ਉਤਰਾਖਤ ਚਾਹੀਦੇ ਆ ਕਿਉਂਕਿ ਪ੍ਰੋਜੈਕਟ ਉਦੋਂ ਸ਼ੁਰੂ ਹੋਣ ਲੱਗ ਪਿਆ ਉਦੋਂ ਚਿਪਕੋ ਅੰਦੋਲਨ ਕੀ ਸੀ ਕਿ ਸੈਂਕੜੇ ਦਰਖਤਾਂ ਦਾ ਠੇਕਾ ਦੇ ਦਿੱਤਾ ਕਿ ਪਾਈਆ ਠੇਕੇਦਾਰ ਸਾਹਿਬ ਆ ਕੇ ਵੱਢ ਲੋ ਐਸ ਪ੍ਰੋਜੈਕਟ ਲਈ ਚਾਹੀਦੇ ਆ ਸਭ ਤੋਂ ਮੁਰੇ ਹੋ ਕੇ ਬੀਬੀਆਂ ਨੇ ਉਹ ਲੜਾਈ ਲੜੀ ਸ਼ਾਂਤੀਪੂਰਵਕ ਜਿਹੜੇ ਦਰਖਤ ਨੂੰ ਠੇਕੇਦਾਰ ਦੇ ਕਰੰਦੇ ਵੱਢਣ ਆਉਂਦੇ ਸੀ ਉਹਨੂੰ ਜੱਫੀ ਪਾ ਲੈਂਦੀਆਂ ਸੀ ਬੀਬੀਆਂ ਇਸੇ ਕਰਕੇ ਉਹਨੂੰ ਚਿਪਕੋ ਅੰਦੋਲਨ ਦਾ ਨਾਮ ਦਿੱਤਾ ਗਿਆ ਸੀ ਪਹਿਲਾਂ ਇਹ ਨਾਂ ਨਹੀਂ ਸੀਗਾ ਕਿ ਦਰਖਤ ਦੇ ਨਾਲ ਚਿਪਕ ਜਾਓ ਲੜ ਤੁਸੀਂ ਸਕਦੇ ਨਹੀਂ ਮੱਥਾ ਤੁਸੀਂ ਲਾ ਨਹੀਂ ਸਕਦੇ ਤੁਹਾਡੇ ਕੋਲ ਸਾਧਨ ਉਹਨੇ ਹੈ ਨਹੀਂ ਪਰ ਤੁਹਾਨੂੰ ਤਾਂ ਨਹੀਂ ਵੱਢ ਦੇਣ ਲੱਗੇ ਨਾਲ ਇਸ ਸੰਧਾੜੀਆ ਸਾਹਿਬ ਉਦੋਂ ਚਿਪਕੋ ਅੰਦੋਲਨ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਅੱਜ ਦਾ ਉੱਤਰਾਖੰਡ ਉਸ ਵੇਲੇ ਦਾ ਉੱਤਰ ਪ੍ਰਦੇਸ਼ ਹਿਮਾਲਿਆ ਦੇ ਪੈਰਾਂ 'ਚ ਵੱਡਾ ਯੋਗਦਾਨ ਬੀਬੀਆਂ ਦਾ ਸੀ ਤੇ ਮੈਨੂੰ ਯਾਦ ਆ ਰਿਹਾ ਸੀ ਮੈਂ ਕਿਹਾ ਕਿ ਅੱਜ ਪੰਜਾਬ ਦੇ ਕੀ ਹਾਲਾਤ ਨੇ ਸਾਡੇ ਪਿੰਡਾਂ ਦੇ ਅੱਜ ਪੰਜਾਬ ਦੇ ਵਿੱਚ ਚਿਪਕੋ ਅੰਦੋਲਨ ਚਲਾਉਣ ਦੀ ਲੋੜ ਹੈ ਤੇ ਕਿਸੇ ਸਰਕਾਰ ਨਾਲ ਨਹੀਂ ਆਪਣੇ ਆਪ ਨਾਲ ਆਪਣੇ ਪਰਿਵਾਰ ਨਾਲ ਆਪਣੇ ਘਰ ਨਾਲ ਆਪਣੇ ਪਿੰਡ ਨਾਲ ਆਪਣੇ ਜ਼ਿਲ੍ਹੇ ਦੇ ਨਾਲ ਆਪਣੇ ਬਲਾਕ ਦੇ ਨਾਲ ਕਿਉਂਕਿ ਅਸੀਂ ਸਾਰੇ ਚਾਹੇ ਉਹ ਸਰਕਾਰੀ ਦਰਖਤਾ ਚਾਹੇ ਗੈਰ ਸਰਕਾਰੀ ਦਰਖਤਾ ਚਾਹੇ ਸਾਡੇ ਖੇਤ ਦੀ ਵੱਟ ਦੇ ਉੱਤੇ ਆ ਚਾਹੇ ਸਾਡੇ ਘਰ ਦੇ ਵਿਚਾਲੇ ਆ ਸਾਨੂੰ ਅਸੀਂ ਸੰਵੇਦਨਹੀਣ ਹੋ ਗਏ ਅਸੀਂ ਸੰਵੇਦਨਸ਼ੀਲ ਲੋਕ ਹੁੰਦੇ ਸੀ ਜੇ ਤਾਂ ਪਾਈ ਪੰਜਾਬ ਬਚਾਉਣਾ ਕਦੇ ਕਹਿੰਦੇ ਜੀ ਗਰਮੀ ਵਧ ਗਈ ਕਦੇ ਕਹਿੰਦੇ ਜੀ ਠੰਡ ਵਧ ਗਈ ਕਦੇ ਕਹਿੰਦੇ ਜੀ ਹੜ ਆ ਗਿਆ ਕਦੇ ਕਹਿੰਦੇ ਜੀ ਮੀਂਹ ਪੈਂਦਾ ਹੀ ਨਹੀਂ ਕਦੇ ਬਹੁਤ ਪੈ ਜਾਂਦਾ ਤੇ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਇਹੀ ਹੈ ਕਿ ਅਸੀਂ ਸੰਵੇਦਨਸ਼ੀਲਤਾ ਛੱਡ ਦਿੱਤੀ ਅੱਜ ਪੰਜਾਬ ਚ ਜਿਪਕੋ ਅੰਦੋਲਨ ਚੱਲੇ ਅਸੀਂ ਤਾਂ ਬੂਟੇ ਉੱਪਰੋਂ ਵੱਢਣ ਲੱਗ ਪਏ ਜੇ ਕੋਈ ਬੂਟਾ ਲਾ ਕੇ ਵੀ ਜਾਂਦਾ ਇਹ ਸਾਡੇ ਘਰ ਸ਼ੋਰ ਕਰੂਗਾ ਚੱਲ ਵੀ ਕਰੂਬਲ ਤੋੜ ਦੇ ਚੱਕਰ ਪਤਾ ਕੀ WhatsApp ਸਾਨੂੰ ਇਹ ਲੱਗਦਾ ਵੀ ਜੇ ਹਵਾਲਾ ਸਿਲੰਡਰ ਮਿਲ ਗਿਆ ਤਾਂ ਅਸੀਂ ਖਰੀਦ ਲੈਣਾ ਬੂਟਾ ਨਹੀਂ ਲਾਉਣਾ ਪਤਾ ਨਹੀਂ ਇਹ ਸਚਾਈ ਆ ਆਪਾਂ ਨੂੰ ਹੀ ਲੱਗ ਪਿਆ ਵੀ ਉਹਨਾਂ ਪਾਣੀ ਸਾਫ਼ ਕਰਨ ਵਾਲਾ ਫਿਲਟਰ ਲੈ ਲੈਣਾ ਜਾਂ ਬੋਤਲ ਵਾਲਾ ਪੀ ਲੈਣਾ ਆ ਪਾਣੀ ਗੰਧਲਾ ਨਾ ਹੋਵੇ ਇਹਦੇ ਲਈ ਕੁਝ ਨਹੀਂ ਕਰਨਾ ਇਹ ਜਿਹੜੀ ਆਪਣੀ ਇੱਕ ਸੋਚ ਬਣ ਗਈ ਨਾ ਅਗਲਾ ਜਿੱਦਾਂ ਮੰਨ ਲਓ ਤੁਸੀਂ ਮੈਨੂੰ ਕਿਹਾ ਵੀ ਪੰਜਾਬ ਇਹ ਕਰੇ ਉਹ ਕਰੇ ਹੋ ਸਕਦਾ ਵੀ ਸੁਣਦੇ ਸੁਣਦੇ ਉਹ ਮੈਂ ਵੀ ਸੋਚਾ ਮੈਂ ਜੱਫੀ ਪਾਣੀ ਬਾਟ ਪਾਵੇ ਜਾ ਕੇ ਮੈਂ ਥੋੜਾ ਪਾਣੀ ਮੇਰੇ ਕੋਲ ਟਾਈਮ ਹੈ ਨਹੀਂ ਸਿਰੇ ਪੜਾਵੇ ਮੈਂ ਇਹ ਜਿਹੜਾ ਹੈ ਗੈਟਿਊਡ ਹੈ ਨਾ ਵੀ ਯਾਰ ਅਗਲੇ ਕਰਨਾ ਵੀ ਆ ਜਿਹੜਾ ਕੰਮ ਕਰਨਾ ਤੇ ਫਲਾਣਾ ਕਰੇ ਯਾਰ ਸਾਡੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਇਹ ਕੋਈ ਅੱਜ ਸਿੱਖ ਲਓ 50 ਸਾਲਾਂ ਨੂੰ ਸਿੱਖ ਲਿਓ 50 ਸਾਲਾਂ ਨੂੰ ਸਿੱਖ ਲਿਓ ਕਰਨਾ ਉਹੀ ਪੈਣਾ ਜੀ ਵੀ ਇਹ ਆਪ ਜੇ ਚੇਂਜ ਨਾ ਕਰਾਂਗੇ ਤੇ ਫਿਰ ਹੱਲ ਕਿਸੇ ਨੇ ਹੋਣਾ ਨਹੀਂ ਬਾੱਕੀ ਮੰਨਣੀ ਨਾ ਮੰਨਣੀ ਤੇ ਵੱਖਰੀ ਗੱਲ ਆਪਣੇ ਜਾਣ ਦਾ ਟਾਈਮ ਹੋ ਗਿਆ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਅੱਜ ਵੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਫੀਡਬੈਕ ਤੁਸੀਂ ਆਪਣੀ ਭੇਜਦੇ ਰਹੇ ਨਿਊਜ਼ ਲਈ ਧੰਨਵਾਦੀ ਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ